ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਸਦੀ ਕੀ ਫਤਿਹ ਇਸ ਮਹਾਨ ਯੋਧੇ ਦੀ ਯਾਦ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ ਉਸ ਦੇ ਬਾਰੇ ਉਸ ਦੇ ਮੈਦਾਨੇ ਜੰਗ ਦੇ ਵਿੱਚ ਆਮਦ ਤੇ ਬਾਰੇ ਇੱਕ ਇਸਲਾਮੀ ਸ਼ਾਇਰ ਨੇ ਇੱਕ ਲਾਈਨ ਦੇ ਵਿੱਚ ਬਹੁਤ ਕੁਝ ਬਿਆਨ ਕਰ ਦਿੱਤਾ ਉਹ ਲਿਖਦਾ ਹੈ ਕਿ ਕਿਸ ਸ਼ੇਰ ਕੀ ਆਮਦ ਹੈ ਰਣ ਕਾ ਪ੍ਰਹਾ ਬਾਬਾ ਬੰਦਾ ਸਿੰਘ ਬਹਾਦਰ ਜੇਕਰ ਅਸੀਂ ਇਤਿਹਾਸ ਦੇ ਵਕਤ ਨੂੰ ਕਾਲ ਚੱਕਰ ਨੂੰ ਵੇਖੀਏ ਤੇ ਸਮਾਂ ਬਹੁਤ ਢੋੜਾ ਲੱਗਦਾ ਪਰ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਨੂੰ ਵੇਖਿਆ ਜਾਵੇ ਤਾਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਕੋਈ ਐਸਾ ਜ਼ਰਮੇਰ ਕੋਈ ਐਸਾ ਜੋਧਾ ਨਜ਼ਰ ਨਹੀਂ ਆਵੇਗਾ ਜਿਹੜਾ ਇੰਨੇ ਥੋੜੇ ਸਮੇਂ ਦੇ ਵਿੱਚ ਇੱਕ ਲਹਿਰ ਨੂੰ ਖੜਾ ਕਰਦਾ ਉਸ ਲਹਿਰ ਨੂੰ ਇੱਕ ਪੂਰੇ ਉੱਚ ਸਿਖਰ ਤੇ ਲੈ ਕੇ ਜਾਂਦਾ ਫਿਰ ਉਸ ਮਹਿਬ ਦੇ ਸਦਕਾ ਇੱਕ ਰਾਜ ਦੀ ਸਿਰਜਣਾ ਕਰਦਾ ਤੇ ਉਸ ਰਾਜ ਦੇ ਵਿੱਚ ਜਿਹੜੇ ਉਹ ਮਾਪਦੰਡ ਨਿਰਧਾਰਿਤ ਕਰਦਾ ਹੈ ਰਾਜਸੀ ਸੱਤਾ ਦੇ ਉਹ ਉਹ ਨੇ ਜਿਹੜੇ ਸਾਨੂੰ ਗੁਰਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ ਸੋ ਇੰਨੇ ਥੋੜੇ ਸਮੇਂ ਦੇ ਵਿੱਚ ਉਸ ਸਮੇਂ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤਾਂ ਜਿਹੜਾ ਪੁੱਟ ਦੇਣੀ ਆ ਇੱਕ ਅੰਪੀਰੀਅਨਿਜ਼ਮ ਦੀ ਸਟੈਬਲਿਸ਼ਮੈਂਟ ਇੱਕ ਰਾਜਸੀ ਸੱਤਾ ਨੂੰ ਸਥਾਪਿਤ ਕਰ ਦੇਣਾ ਪਰ ਉਸ ਰਾਜਸੀ ਸੱਤਾ ਦੇ ਵਿੱਚ ਸਹੀ ਰੂਪ ਦੇ ਵਿੱਚ ਲੋਕਾਂ ਦੇ ਵਾਸਤੇ ਸਮਾਜਿਕ ਰੋਹਾਨੀ ਰਾਜਨੀਤਿਕ ਤੇ ਆਰਥਿਕ ਤੌਰ ਤੇ ਉੱਪਰ ਜਿਹੜੇ ਮਾਪਦੰਡ ਬਾਬਾ ਬੰਦਾ ਸਿੰਘ ਬਹਾਦਰ ਨੇ ਪੈਦਾ ਕੀਤੇ ਨੇ ਸਾਨੂੰ ਬਹੁਤ ਘੱਟ ਐਸੇ ਜੋਤੇ ਜਿਸਰਨ ਇਹ ਇਤਿਹਾਸ ਦੇ ਵਿੱਚ ਮਿਲਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਬਾਰੇ ਜੇਕਰ ਅਸੀਂ ਸਿੱਕੇਪੰਦ ਸਰੂਪ ਜਿਸ ਨੂੰ ਅਸੀਂ ਕਹਾਂਗੇ ਕਿ অথੈਨਟਿਕ ਮੈਨਸਕ੍ਰਿਪਟ ਜਿਹੜੀਆਂ ਨੇ ਉਹ ਸਾਡੇ ਕੋਲ ਸਾਰੀਆਂ ਫਾਰਸੀ ਭਾਸ਼ਾ ਦੇ ਵਿੱਚ ਨੇ ਬੇਸ਼ੱਕ ਫਾਰਸੀ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ ਲਿਖਤਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੁੱਤਾਂ ਲਾਂਤੀ ਜਿੰਨੇ ਵੀ ਬੁਰੇ ਸ਼ਬਦ ਵਰਤੇ ਜਾ ਸਕਦੇ ਨੇ ਇੱਕ ਦੁਸ਼ਮਣ ਦੇ ਬਾਰੇ ਉਹ ਸਾਰੇ ਸ਼ਬਦ ਵਰਤੇ ਗਏ ਨੇ ਪਰ ਜੇਕਰ ਸਾਡੇ ਕੋਲ ਇਹ ਫਾਰਸੀ ਦੀਆਂ ਲਿਖਤਾਂ ਨਾ ਹੋਣ ਤੇ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵੀ ਜੇਕਰ ਸਾਨੂੰ ਇਤਿਹਾਸ ਦਾ ਕਰੋਨੋਗ੍ਰਾਫਿਕ ਫੇਸ ਇਤਿਹਾਸ ਦੀ ਤਾਰੀਖਾਬਾਨੀ ਬੰਦਾ ਸਿੰਘ ਬਹਾਦਰ ਨੇ ਕਿਹੜੇ ਦਿਨ ਕਿਸ ਇਲਾਕੇ ਨੂੰ ਫਤਿਹ ਕੀਤਾ ਜੇਕਰ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਤਾਂ ਕੇਵਲ ਤੇ ਕੇਵਲ ਫਾਰਸੀ ਸਰਲਤਾਂ ਦੇ ਵਿੱਚ ਮਿਲਦੀ ਹੈ ਸਿੱਖ ਇਤਿਹਾਸਕਾਰੀ ਦੇ ਵਿੱਚ ਸਭ ਤੋਂ ਪਹਿਲਾਂ ਪਾਪਾ ਪੰਦਾ ਸਿੰਘ ਭਹਾਦਰ ਦੇ ਜੀਵਨ ਨੂੰ ਇਨ੍ਹਾਂ ਫਾਸਿ ਸ्रोतਾਂ ਦੇ ਵਿੱਚੋਂ छान ਕੇ ਜੇ ਕੌਂਗ ਦੇ ਸਾਹਮਣੇ ਪੇਸ਼ ਕੀਤਾ ਤਾਂ ਇਸ ਦਾ ਮਾਨ ਡਾਕਟਰ ਗੰਡਾ ਸਿੰਘ ਗੁਰਨੁਚੰਦ ਹੈ ਡਾਕਟਰ ਗੰਡਾ ਸਿੰਘ ਹੁਣਾਂ ਦੇ ਨਿਕਤ ਉਹਨਾਂ ਸਮਿਆਂ ਦੇ ਵਿੱਚ ਨਾ ਹੁੰਦੀ ਤੇ ਸ਼ਾਇਦ ਸਾਡੇ ਕੋਲ ਇਤਿਹਾਸ ਦੇ ਬਹੁਤ ਸਾਰੇ ਸਰੋਤ ਨੇ ਅੱਜ ਅਸੀਂ ਕੂੜੇ ਦੇ ਵਿੱਚ ਗਵਾ ਚੁੱਕੇ ਹੁੰਦੇ ਪਰ ਡਾਕਟਰ ਗੰਡਾ ਸਿੰਘ ਨੇ ਪਾਪਾ ਪੰਦਾ ਸਿੰਘ ਭਹਾਦਰ ਦੇ ਜੀਵਨ ਦੇ ਜਿਹੜੇ ਫਾਸਿ ਸ्रोत ਸੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਜੀਵਨ ਨੂੰ ਸਾਡੇ ਸਾਹਮਣੇ ਰੱਖਿਆ ਡਾਕਟਰ ਗੰਗਾ ਸਿੰਘ ਆਪਣੇ ਲਿਖਤਾਂ ਦੇ ਵਿੱਚ ਇੱਕ ਗੱਲ ਕਰਦੇ ਨੇ ਕਿ ਮਨੋ ਕਲਪਨਾ ਇਤਿਹਾਸ ਦੇ ਵਿੱਚ ਪਾਪ ਹੈ ਕੁਝ ਵੀ ਤੁਸੀਂ ਮਨੋ ਕਲਪਿਤ ਨਹੀਂ ਕਹਿ ਸਕਦੇ ਇਤਿਹਾਸਕਾਰੀ ਦੇ ਵਿੱਚ ਅਸੀਂ ਕੁਝ ਵੀ ਆਪਣੇ ਕੋਲੋਂ ਬਣਾ ਕੇ ਨਹੀਂ ਕਹਿ ਸਕਦੇ ਜਿਹੜੀ ਗੱਲ ਵੀ ਅਸੀਂ ਸੰਗਤ ਦੇ ਨਾਲ ਸਟੇਜ ਦੇ ਉੱਪਰ ਸਾਂਝੀ ਕਰਨੀ ਹੁੰਦੀ ਹੈ ਉਹਦੇ ਵਾਸਤੇ ਸਾਨੂੰ ਉਹਦੀ ਗੱਲ ਦੀ ਪ੍ਰੂਰਤਾ ਦੇ ਵਾਸਤੇ ਇਤਿਹਾਸਕ ਸਰੋਤਾਂ ਦੀ ਲੋੜ ਹੁੰਦੀ ਹੈ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਪਾਪਾ ਬੰਦਾ ਸਿੰਘ ਬਹਾਦਰ ਦਾ ਜੀਵਨ ਉਹਨਾਂ ਦਾ ਜਨਮ ਜਨਮ ਤੇ ਸ਼ਹਾਦਤ ਤੇ ਸ਼ਹਾਦਤ ਦੇ ਵਿਚਕਾਰ ਇੱਕ ਉਹ ਸਮਾਂ ਜਿਸ ਸਮੇਂ ਦੇ ਵਿੱਚ ਉਹਨਾਂ ਨੇ ਰਾਜ ਨੂੰ ਸਾਕਤ ਕੀਤਾ ਤੇ ਅੱਜ ਦਾ ਦਿਨ 12 ਮਈ 1710 ਜਿਸ ਦੀ ਯਾਦ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ ਮੈਂ ਉਹਨਾਂ ਦੇ ਜੀਵਨ ਨੂੰ ਉਹਨਾਂ ਦੇ ਪਿੰਡ ਤੋਂ ਇਸ ਤਰ੍ਹਾਂ ਕੇ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਦਫ਼ਤਰ ਦੇ ਵਿੱਚ ਬੈਠਿਆ ਵੀ ਗੱਲ ਹੋ ਰਹੀ ਸੀ ਇੱਕ ਟਰੈਜਡੀ ਕਹਿ ਲਈਏ ਇਤਿਹਾਸ ਦੀ ਟਰੈਜਡੀ ਕਹਿ ਲਈਏ ਕਿ ਸਹੀ ਰੂਪ ਦੇ ਵਿੱਚ ਅਜੇ ਤੱਕ ਸਿੱਖਾਂ ਦਾ ਕੋਈ ਵੀ ਇਤਿਹਾਸ ਸਰਚ ਬੋਟ ਨਹੀਂ ਹੈ ਕਿ ਅਸੀਂ ਮਿਲ ਬੈਠ ਕੇ ਆਪਣੇ ਇਤਿਹਾਸ ਦੀਆਂ ਤਰੀਕਾਂ ਨੂੰ ਤੇ ਆਪਣੇ ਨਾਇਕਾਂ ਦੇ ਜੀਵਨ ਤੇ ਜਨਮ ਸਥਾਨ ਨੂੰ ਨਿਰਧਾਰਤ ਕਰ ਸਕਦੇ ਸਾਡੇ ਕੋਲ ਕੁਝ ਵੀ ਨਹੀਂ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 26 ਅਕਤੂਬਰ 1670 ਅਸੀਂ ਮੰਨਿਆ ਹੋਇਆ ਹੈ ਸਾਡੇ ਕੋਲ ਇੱਕ ਵੀ ਸਿੱਖਤੀ ਸਬੂਤ ਨਹੀਂ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 26 ਅਕਤੂਬਰ 1670 ਨੂੰ ਹੋਇਆ ਇਸੀ ਮੰਨਿਆ ਹੋਇਆ ਮੰਨ ਕੇ ਚੱਲਦੇ ਹਨ ਮੰਨਣ ਦੇ ਪਿੱਛੇ ਵੀ ਦੋ ਧਾਰਨਾਵਾਂ ਨੇ ਕਿਉਂਕਿ 26 ਅਕਤੂਬਰ ਨੂੰ ਵਿਜੇ ਦਸ਼ਮੀ ਦਸ਼ਹਿਰੇ ਦਾ ਦਿਨ ਸੀ ਤੇ ਇਹ ਮੰਨਿਆ ਜਾਂਦਾ ਹੈ ਕਿ ਉਸ ਦਿਨ ਪਾਪਾ ਪੰਦਾ ਬਿਰਾਗੀ ਜਿਹੜੇ ਕਿ ਕਿਸੇ ਸਮੇਂ ਰਾਮਦੇਵ ਭਾਰਦਵਾਸ ਦੇ ਘਰ ਪੈਦਾ ਹੋਏ ਨਸ਼ਮਣ ਦਾਸ ਸੀ ਉਹਨਾਂ ਨੇ ਇਸ ਦਿਨ ਲਛਮਣ ਦੇਵ ਤੋਂ ਮਾਧੋ ਦਾਸ ਬਣੀ ਦਾ ਜਿਹੜਾ ਸਫ਼ਰ ਆਰੰਭ ਕੀਤਾ ਸੀ ਤੇ ਇਹ ਬਿਰਾਗੀਆਂ ਦੀ ਪਰੰਪਰਾ ਹੈ ਜੇ ਕਿਸੇ ਦਿਨ ਕੋਈ ਉਹਨਾਂ ਦੇ ਧਰਮ ਦੇ ਵਿੱਚ ਆਉਂਦਾ ਉਸ ਦਿਨ ਉਸ ਦਾ ਜਨਮ ਕਿਹਾ ਜਾਂਦਾ ਹੈ ਉਸ ਦਿਨ ਉਸ ਦਾ ਜਨਮ ਮੰਨਿਆ ਜਾਂਦਾ ਹੈ ਸੋ ਇਹ ਉਹਨਾਂ ਦਾ ਜਨਮ ਨਹੀਂ ਬਨ ਕੇ ਉਸ ਮਤ ਦੇ ਵਿੱਚ ਆਉਣ ਦੀ ਤਾਰੀਖ ਹੈ ਜਿਸ ਨੂੰ ਅਸੀਂ ਜਨਮ ਦੇ ਤੌਰ ਤੇ ਉਪਰਸਥਾਪਿਤ ਕੀਤਾ ਹੋਇਆ ਨਹੀਂ ਤੇ ਸਾਡੇ ਕੋਲ ਸਰੋਤ ਕੋਈ ਨਹੀਂ ਇਸ ਚੀਜ਼ ਦਾ ਉਹਨਾਂ ਦੇ ਜਨਮ ਸਥਾਨ ਦੇ ਬਾਰੇ ਸਾਡੇ ਜਾਦਾ ਸਰੋਤਾਂ ਨੇ ਜਿਹਦਾ ਪੁੰਚ ਡਿਪੈਂਡ ਰਸਾਉਰੀ ਨੂੰ ਮੰਨਤਾ ਦੇ ਤੀਲੀਆਂ ਭਾਵੇਂ ਕਿ ਨਵੇਂ ਤਮ ਇਤਿਹਾਸਕਾਰਾਂ ਨੇ ਇਸ ਦੇ ਉੱਪਰ ਵੀ ਕਾਫੀ ਕਿੰਤੂ ਕੀਤਾ ਹੈ ਪਰ ਰਜ਼ੌਰੀ ਜਨਮ ਜ਼ਿਆਦਾ ਸਰੋਤਾਂ ਦੇ ਆਧਾਰ ਦੇ ਉੱਪਰ ਮੰਨਿਆ ਜਾ ਸਕਦਾ ਹੈ ਇਸ ਤਰਕੇ ਕਿਉਂਕਿ ਰਜ਼ੌਰੀ ਦਾ ਪਹਿਲਾ ਨਾਮ ਰਾਜਾਵਾੜੀ ਸੀ ਔਰ ਰਾਜਾਵਾੜੀ ਨਾਮ ਜਿਹੜਾ ਉਹ ਤੁਸਕੇ ਜ਼ਹਾਂਗੀਰੀ ਜਿਹੜੀ ਜ਼ਹਾਂਗੀਰ ਦੀ ਲਿਖਤ ਹੈ ਉਹਦੇ ਵਿੱਚ ਆਉਂਦਾ ਤੇ ਰਾਜਾਵਾੜੀ ਦਾ ਜ਼ਿਕਰ ਕਰਦਾ ਜ਼ਹਾਂਗੀਰ ਕਹਿੰਦਾ ਕਿ ਇੱਥੇ ਹਿੰਦੂ ਰਾਜਪੂਤਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਸਬੰਧ ਚੰਗੇ ਸੀ ਜਿਹੜੇ ਮੈਂ ਤੋੜੇ ਦੇ ਕੇ ਆਪਸ ਦੇ ਚ ਰਿਸ਼ਤੇ ਨਾ ਕਰੋ ਸੋ ਇੱਕ ਕਾਰਨ ਬਣਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਪਰਿਵਾਰ ਦੇ ਨਾਲ ਉਸ ਇਲਾਕੇ ਦੇ ਵਿੱਚ ਵਧੀਕੀਆਂ ਪਈਆਂ ਹੋਣ ਗਿਆ ਔਰ ਦੂਸਰੀ ਗੱਲ ਕਿ ਜਦੋਂ ਅਪ੍ਰੈਲ 1715 ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪੈਂਦਾ ਉਸ ਘੇਰੇ ਦੇ ਵਿੱਚ ਵੀ ਰਜ਼ੌਰੀ ਦਾ ਹਾਕਮ ਸ਼ਾਮਲ ਹੈ ਇਹ ਦੋ ਪ੍ਰੂਫ ਸਾਨੂੰ ਉਸ ਰਸਤੇ ਤੱਕ ਲੈ ਕੇ ਆਉਂਦੇ ਨੇ ਕਿ ਬਾਬਾ ਪੰਦਾ ਸਿੰਘ ਬਹਾਦਰ ਦਾ ਜਨਮ ਸਥਾਨ ਰਜ਼ੌਰੀ ਮੰਨ ਲਿਆ ਜਾਵੇ ਇਹ ਦੋਸਤ ਨੂਤ ਨੇ ਬਾਕੀ ਸਾਡੇ ਕੋਲ ਜਿਹੜੇ ਸਥਾਨ ਮੰਨੇ ਜਾਂਦੇ ਨੇ ਤਸ਼ਲ ਜਾਂ ਪੰਜਾਬ ਦਾ ਇਲਾਕਾ ਇਹਦੇ ਬਾਰੇ ਸਾਡੇ ਕੋਲ ਸਬੂਤ ਕੋਈ ਨਹੀਂ ਉਹਨਾਂ ਦੀ ਜੀਵਨ ਦੀ ਘਟਨਾ ਉਸ ਘਟਨਾ ਦਾ ਜ਼ਿਕਰ ਸਭ ਤੋਂ ਪਹਿਲਾਂ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵਿੱਚ ਡਾਕਟਰ ਗੰਡਾ ਸਿੰਘ ਉਹਨਾਂ ਨੇ ਕੀਤਾ ਉਸ ਘਟਨਾ ਨੂੰ ਅਸੀਂ ਸਾਰੇ ਇਤਿਹਾਸਕਾਰੀ ਦੇ ਵਿੱਚ ਜਾਂ ਸਾਡੀ ਜਿਹੜੀ ਕਥਾ ਦੀ ਸ਼ੈਲੀ ਉਸ ਪਰੰਪਰਾ ਦੇ ਵਿੱਚ ਅਸੀਂ ਇਸ ਗੱਲ ਦੇ ਨਾਲ ਜੋੜਦੇ ਹਾਂ ਕਿ ਆਪਣੇ ਪਰਿਵਾਰਕ ਕਿੱਤੇ ਦੇ ਅਨੁਸਾਰ ਇੱਕ ਖੇਤੀਬਾੜੀ ਕਰਦਾ ਪ੍ਰਵਾਸੀ ਸ਼ਿਕਾਰ ਕਰਨਾ ਇਹਨਾਂ ਦਾ ਪੇਸ਼ਾ ਸੀ ਇਸ ਨੌਜਵਾਨ ਨੇ ਸ਼ਿਕਾਰ ਕੀਤਾ ਹੁਣ ਸਾਡੇ ਸਾਹਮਣੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿਉਂਕਿ ਮੇਰਾ ਕੰਮ ਇਤਿਹਾਸ ਕਰੀ ਹੈ ਤਾਂ ਛੋਟੇ-ਛੋਟੇ ਨੁਕਤੇ ਨਗਾ ਐਸੇ ਨੇ ਜਿਨ੍ਹਾਂ ਦੇ ਉੱਪਰ ਸਾਨੂੰ ਕੰਸੈਂਟਰੇਟ ਕਰਨਾ ਪਵੇਗਾ ਉਹ ਕੰਸੈਂਟਰੇਟ ਇਸ ਕਰਕੇ ਕਰਨਾ ਪਵੇਗਾ ਕਿ ਜੇਕਰ ਉਹਨਾਂ ਦਾ ਜਨਮ 1670 ਤਾਂ ਮੰਨ ਲਈਏ ਤੇ 3 ਸਾਲ ਦਾ ਬੱਚਾ ਜਿਹੜਾ ਉਹ ਸ਼ਿਕਾਰ ਨਹੀਂ ਕਰ ਸਕਦਾ ਕਿਉਂਕਿ 1673 ਦੇ ਵਿੱਚ ਜਾਨਕੀ ਪ੍ਰਸਾਦ ਦੀ ਮੌਤ ਹੋ ਗਈ ਹੈ ਜਿਹੜਾ ਉਹਨਾਂ ਨੇ ਸ਼ਿਕਾਰ ਕੀਤਾ ਹਿਰਨੀ ਦਾ ਸ਼ਿਕਾਰ ਉਸ ਨੂੰ ਅਸੀਂ ਲਾਰਜ ਗੇਮ ਕਹਿੰਨੇ ਅੱਜ ਵੀ ਤੁਸੀਂ ਕਿਤੇ ਬਰਜੇਸ਼ਾਂ ਦੇ ਵਿੱਚ ਜਾਓ ਤੇ ਹਿਰਨੀ ਦਾ ਸ਼ਿਕਾਰ ਲਾਰਜ ਗੇਮ ਹੁੰਦਾ ਹੈ ਕਿਉਂਕਿ ਹਿਰਨ ਦੀ ਆਪਣੀ ਦੌੜ ਬੜੀ ਹੁੰਦੀ ਹੈ ਤੇ ਹਿਰਨ ਦਾ ਸ਼ਿਕਾਰ ਕਰਨ ਦੇ ਵਾਸਤੇ ਬੰਦਾ ਤੀਰ ਅੰਦਾਜ਼ ਵੀ ਚੰਗਾ ਚਾਹੀਦਾ ਤੇ ਘੋੜ ਸਵਾਰ ਵੀ ਚੰਗਾ ਚਾਹੀਦਾ 3 ਸਾਲ ਦੇ ਬੱਚੇ ਦੇ ਇਹ ਵਸਤੀ ਕਰਨ ਲਈ ਸੋ ਹੁਣ ਸਾਨੂੰ ਥੋੜਾ ਪਿੱਛੇ ਆਉਣਾ ਪਵੇਗਾ ਡਾਕਟਰ ਸੋਮ ਸਿੰਘ ਹੋਣਾ ਦੀ ਲਿਖੀ ਅੰਗਰੇਜ਼ੀ ਦੀ ਕਿਤਾਬ ਬੰਦਾ ਦਾ ਪ੍ਰੇਮ ਜਿਹੜੇ ਕਹਿੰਦੇ ਨੇ ਕਿ ਬੰਦਾ ਸਿੰਘ ਬਹਾਦਰ ਦਾ ਜਨਮ ਪਹਿਲਾਂ ਹੋ ਚੁੱਕਿਆ ਸੀ ਤੇ ਜਿਸ ਵੇਲੇ ਉਹਨਾਂ ਨੇ ਸ਼ਿਕਾਰ ਕੀਤਾ ਉਸ ਸਮੇਂ ਉਹਨਾਂ ਦੀ ਉਮਰ 11 ਸਾਲ ਦੇ ਕਰੀਬ ਸੀ ਬੰਦਾ ਸਿੰਘ ਬਹਾਦਰ ਅਸੀਂ ਗੱਲ ਲక్ష్మణ ਦੇਵ ਤੋਂ ਸ਼ੁਰੂ ਕਰਾਂਗੇ ਬਚਪਨ ਦੇ ਨਾਮ ਤੋਂ 11 ਸਾਲ ਦੀ ਉਮਰ ਦੇ ਵਿੱਚ ਸ਼ਿਕਾਰ ਕੀਤਾ ਏਰਨੀ ਦਾ ਸ਼ਿਕਾਰ ਮਾਸ ਵਾਸਤੇ ਕੀਤਾ ਏਰਨੀ ਦਾ ਸ਼ਿਕਾਰ ਵੀ ਦੋ ਤਰੀਕਿਆਂ ਵਾਸਤੇ ਕੀਤਾ ਜਾਂਦਾ ਹੈ ਇਫਕਾ ਸ਼ਿਕਾਰ ਕੀਤਾ ਜਾਂਦਾ ਹੈ ਮਿਰਗ ਦੇ ਵਿੱਚੋਂ ਜਿਹੜੀ ਕਸੂਰੀ ਉਸ ਨੂੰ ਪੱਡਣ ਦੇ ਵਾਸਤੇ ਜਿਹੜਾ ਮਿਰਗ ਦੇ ਵਿੱਚੋਂ ਕਸੂਰੀ ਕੱਢਣ ਦੇ ਵਾਸਤੇ ਸ਼ਿਕਾਰ ਕੀਤਾ ਜਾਂਦਾ ਉਸ ਦੇ ਵਿੱਚ ਮਿਰਗ ਨੂੰ ਮਾਰਿਆ ਨਹੀਂ ਜਾਂਦਾ ਮਿਰਗ ਨੂੰ ਕੰਡੇ ਹੀੜੇ ਦੇ ਰਾਗ ਦੇ ਸਦਕਾ ਉਸ ਦੀ ਪੂਰ ਬੁਲਾਇਆ ਜਾਂਦਾ ਜਿਸ ਦੇ ਅਨੇਕਾਂ ਪ੍ਰਮਾਣ ਸਾਨੂੰ ਗੁਰਬਾਣੀ ਦੇ ਵਿੱਚ ਵੀ ਮਿਲ ਜਾਣਗੇ ਕਿ ਮਿਰਗ ਜਿਹੜਾ ਉਹ ਰਾਗ ਦੇ ਉੱਪਰ ਮੋਹਿਤ ਹੋ ਕੇ ਕਿਸ ਤਰ੍ਹਾਂ ਆ ਜਾਂਦਾ ਦੂਸਰਾ ਸ਼ਿਕਾਰ ਕੀਤਾ ਜਾਂਦਾ ਉਸ ਦੇ ਮਾਸ ਦੇ ਵਾਸਤੇ ਜੁਰਾ ਸ਼ਿਕਾਰ ਲక్ష్మణਦੇਵ ਨੇ ਕੀਤਾ ਕਸਤੂਰੀ ਵਾਸਤੇ ਨਹੀਂ ਕੀਤਾ ਉਹ ਮਾਸ ਤੇ ਵਾਸਤੇ ਕੀਤਾ ਉਸ ਦਾ ਪੇਟ ਚਾਹ ਕੀਤਾ ਇਤਿਹਾਸਿਕ ਸਰੋਤ ਦੱਸਦੇ ਨੇ ਕਿ ਉਹ ਮਾਤਾ ਹਿਰਨ ਸੀ ਗਰਭਵਤੀ ਸੀ ਇਸ 11 ਸਾਲ ਦੇ ਬੱਚੇ ਦੇ ਸਾਹਮਣੇ ਉਸ ਦੇ ਪੇਟ ਦੇ ਵਿੱਚੋਂ ਦੋ ਛੋਟੇ ਛੋਟੇ ਬੱਚੇ ਨਿਕਲੇ ਤੇ ਉਹਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ ਹੁਣ ਤਿੰਨ ਮੌਤਾ ਉਹ ਬੱਚਾ ਆਪਣੇ ਸਾਹਮਣੇ ਵੇਖ ਰਿਹਾ ਇੱਕ ਤੇ ਉਸਨੇ ਹਿਰਨੀ ਨੂੰ تیر ਮਾਰਿਆ ਹਿਰਨੀ ਜਖਮੀ ਹੋ ਕੇ ਡਿੱਗੀ ਹੈ ਉਸ ਤੋਂ ਬਾਅਦ ਉਹ ਹਿਰਨੀ ਦਾ ਪੇਟ ਚਾਕ ਕਰਦਾ ਮਾਂ ਦੀ ਮੌਤ ਹੁੰਦੀ ਹੈ ਤੇ ਫਿਰ ਉਸ ਮਾਂ ਦੀ ਗੋਦ ਦੇ ਵਿੱਚ ਉਸਦੇ ਦੋ ਬੱਚਿਆਂ ਦੀ ਮੌਤ ਹੁੰਦੀ ਹੈ ਮਨ ਪਚਾਟ ਹੋ ਗਿਆ تیر ਤੋੜ ਦਿੱਤੇ ਖੰਜਰ ਸੁੱਟ ਦਿੱਤਾ ਜਿਹੜੀ ਉੱਥੇ ਨੇੜੇ ਨਦੀ ਵਗਦੀ ਹੈ ਅੱਜ ਵੀ ਉਸ ਨੂੰ ਹਿਰਨੀ ਨਦੀ ਕਿਹਾ ਜਾਂਦਾ ਹੈ ਉਸੇ ਨਾਮ ਦੇ ਉੱਪਰ ਕਿਤੇ ਤੁਹਾਨੂੰ ਉਸ ਇਲਾਕੇ ਚ ਜਾਣ ਦਾ ਮੌਕਾ ਮਿਲੇ ਤੇ تیر ਤੋੜ ਦਿੱਤੇ ਕਮਾਨ ਤੋੜ ਦਿੱਤਾ ਕੰਜਰ ਸੋਟ ਦਿੱਤਾ ਕਹਿ ਸਕਦੇ ਆ ਕਿ ਪੱচ্চਾ ਸ਼ਿਕਾਰ ਵਾਸਤੇ ਗਿਆ ਸੀ ਪਰ ਮਨੋਰੋਗੀ ਹੋ ਕੇ ਘਰ ਆ ਗਿਆ ਅੱਜ ਵੀ ਜਿਹੜੇ ਮਨੋਰੋਗੀ ਨੇ ਹੁਣ ਤਾਂ ਥੋੜੀ ਥੋੜੀ ਸਾਡੇ ਚੇਤਨਤਾ ਆ ਰਹੀ ਹੈ ਪਰ ਅਕਸਰ ਮਨੋਰੋਗੀ ਦਾ ਇਲਾਜ ਜੇ ਅਸੀਂ 10-15 ਸਾਲ ਪਿੱਛੇ ਚਲੇ ਜਾਈਏ ਨਾ ਅਸੀਂ ਦਵਾਈਆਂ ਨਹੀਂ ਸੀ ਦਿੰਦੇ ਕਿਉਂਕਿ ਜ਼ਿਆਦਾਤਰ ਸਾਨੂੰ ਸਾਈਕੋਲੋਜਿਸਟ ਜਾਂ ਸਾਈਕੀਟ੍ਰਿਕ ਦਾ ਪਤਾ ਨਹੀਂ ਸੀ ਹੁੰਦਾ ਅਸੀਂ ਅਕਸਰ ਉਹਨੂੰ ਬਾਪਿਆਂ ਦੇ ਕੋਲ ਲੈ ਕੇ ਤੁਰ ਪੈਂਦੇ ਸੀ ਕਿ ਮਨੋਰੋਗੀ ਹੈ ਕਿਸੇ ਜੰਤਰ ਮੰਤਰ ਵਾਲੇ ਦੇ ਕੋਲ ਕਿਸੇ ਟੂਨੇ ਟਾ ਮਾਣੇ ਵਾਲੇ ਦੇ ਕੋਲ ਕਿਸੇ ਵਿਹਮਾ ਭਰਮਾ ਵਾਲੇ ਬਾਬੇ ਦੇ ਕੋਲ ਲੈ ਕੇ ਚਲੇ ਜਾਣਾ ਮਾਂ ਨੇ ਵੀ ਆਪਣੇ ਬੱਚੇ ਦੀ ਇਸ ਮਨੋਰੋਗ ਦੀ ਦਸ਼ਾ ਨੂੰ ਤੱਕ ਕੇ بڑے ਪਾਬਿਆਂ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਪਰ ਬੱਚੇ ਦੀ ਇਸ ਮਨੋਰੋਗ ਦੀ ਦਸ਼ਾ ਦੇ ਵਿੱਚ ਕੋਈ ਸੁਧਾਰ ਨਾ ਪਿਆ ਅਖੀਰ ਉਸ ਇਲਾਕੇ ਦੇ ਵਿੱਚ ਬਿਰਾਗੀਆਂ ਦਾ ਬੜਾ ਪ੍ਰਚਾਰ ਸੀ ਹੁਣ ਜਿਹੜਾ ਬਿਰਾਗੀਆਂ ਦਾ ਪ੍ਰਚਾਰ ਹੈ ਇਹਦੇ ਵਾਸਤੇ ਜੇਕਰ ਤੁਸੀਂ 1622 ਚ ਚਲੇ ਜਾਓ ਤੇ ਜਿਹੜਾ ਸ਼੍ਰੀ ਚੰਦ ਹੈ ਗੁਰੂ ਨਾਨਕ ਸਾਹਿਬ ਦਾ ਬੇਟਾ ਉਹਨੇ ਵੀ ਉਸ ਇਲਾਕੇ ਦੇ ਵਿੱਚ ਕਾਫੀ ਭ੍ਰਮਣ ਕੀਤਾ ਇਸ ਦਾ ਸਾਨੂੰ ਪ੍ਰਮਾਣ ਇਤਿਹਾਸ ਚ ਮਿਲਦੇ ਨੇ ਇਹਦਾ ਮਤਲਬ ਕਿ ਉਹਨਾਂ ਇਲਾਕਿਆਂ ਦੇ ਵਿੱਚ ਵਿਰਾਗੀ ਤੇ ਉਦਾਸੀ ਪ੍ਰਚਾਰ ਵਾਸਤੇ ਨਿਕਲਦੇ ਸੀ ਤੇ ਵਿਰਾਗੀਆਂ ਦੀਆਂ ਅਖਾੜੀਆਂ ਦੇ ਵਿੱਚ ਆਪਣੀਆਂ ਬਹੁਤ ਲੜਾਈਆਂ ਹੁੰਦੀਆਂ ਸੀ ਅਖਾੜੀਆਂ ਦੇ ਉੱਪਰ ਕਬਜ਼ੇ ਦੇ ਉੱਪਰ ਔਰ ਉਹ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਆਪਣੇ ਆਪਣੇ ਅਖਾੜੇ ਦੇ ਉੱਪਰ ਕਬਜ਼ਾ ਕਰਨ ਦੇ ਵਾਸਤੇ ਉਨ੍ਹਾਂ ਸਮਿਆਂ ਦੇ ਵਿੱਚ ਇਹ ਜਿਹੜੇ ਬਰਾਗੀ ਸੀ ਇਹ ਵੀ ਤੀਰ ਅੰਦਾਜ਼ੀ ਦੇ ਮਾਹਰ ਹੋਇਆ ਕਰਦੇ ਸੀ। खैर जानकी प्रसाद ਇਸ ਪਿੰਡ ਦੇ ਵਿੱਚ ਆਇਆ। ਮਾਂ ਆਪਣੇ ਬੱਚੇ ਨੂੰ ਲੈ ਕੇ ਕੋਲ ਗਈ ਕਿ ਤੁਸੀਂ ਪਹੁੰਚੇ ਹੋਏ ਸਾਧੂ ਲੱਗਦੇ ਹੋ ਤੁਹਾਡੇ ਕੋਲ ਗਿਆਨ ਹੈ। ਮੇਰਾ ਬੱਚਾ ਇਸ ਅਵਸਥਾ ਦੇ ਵਿੱਚ ਹੈ ਕਿ ਸਾਰਾ ਦਿਨ ਚੁੱਪ ਰਹਿੰਦਾ ਹੈ। ਮਨੋਰੋਗ ਦੀ ਅਵਸਥਾ। जानकी प्रसाद ਨੇ ਕਿਹਾ ਕਿ ਬੱਚਾ ਸਾਨੂੰ ਦੇ ਦਿਓ। जानकी प्रसाद ਉਸ ਬੱਚੇ ਨੂੰ ਨਾਲ ਲੈ ਕੇ ਆਪਣੇ ਮੂਲ ਡੇਰੇ RAM ਕੰਮਣ ਲੈ ਗਿਆ। ਫੋਂ ਖਿਆਲ ਕਰੋ ਇੱਥੋਂ ਬੰਦਾ ਸਿੰਘ ਪਹਾਦਰ ਦਾਸ ਸਿੱਖ ਧਰਮ ਦੇ ਨਾਲ ਜੁੜਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਉਹ ਤੋਂ ਉਹ ਲਸ਼ਮਣਦੇਵ ਹੈ ਵੈਰਾਕੀਆਂ ਦੀ ਪਥਾ ਦੇ ਮੁਤਾਬਕ ਉਸ ਦਾ ਨਾਮਕਰਨ ਕੀਤਾ ਜਾਂਦਾ ਹੈ ਮਾਧੋਦਾਸ ਉਸ ਨੂੰ ਵੈਰਾਗੀ ਬਣਾ ਲਿਆ ਜਾਂਦਾ ਹੈ ਤੇ ਉਹਨੂੰ ਲਿਜਾਇਆ ਜਾਂਦਾ ਹੈ ਰਾਮਥੰਮਣ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਵਿੱਚ ਤੇ ਜਿਹੜਾ ਰਾਮਥੰਮਣ ਹੈ ਉਹ ਗੁਰੂ ਨਾਨਕ ਸਾਹਿਬ ਦੀ ਮਾਸੀ ਲਖੋ ਦਾ ਪੁੱਤਰ ਸੀ ਜੀ ਦੀ ਯਾਦ ਦੇ ਵਿੱਚ ਉੱਥੇ ਅੱਜ ਵੀ ਡੇਰਾ ਬਣਿਆ ਪਿਆ ਹੈ ਤੇ ਉਹਦੇ ਡੇਰੇ ਦਾ ਮੁਖੀ ਸੀ ਜਾਨਕੀ ਪ੍ਰਸਾਦ ਇਸ ਦਾ ਮਤਲਬ ਕਿ ਕਿਤੇ ਨਾ ਕਿਤੇ ਉੱਥੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਚਾਨਣ ਸੀ ਤੇ ਇਹ 11-12 ਸਾਲ ਦਾ ਨੌਜਵਾਨ ਜਾਨਕੀ ਪ੍ਰਸਾਦ ਦੇ ਡੇਰੇ ਦੇ ਵਿੱਚ ਰਿਹਾ ਉਤੋਂ ਅਗਲੇ ਸਾਲ ਵਿਸਾਖੀ ਦਾ ਮੇਲਾ ਲੱਗਦਾ ਸੀ ਤੇ ਮੇਲਿਆਂ ਦੇ ਉੱਪਰ ਅਚਰਬਾ ਮਾਹੌਲ ਨਹੀਂ ਸੀ ਹੁੰਦਾ ਵੱਖ-ਵੱਖ ਫਾਮਾਂ ਤੋਂ ਬਰਾਗੀਆਂ ਤੇ ਉਦਾਸੀਆਂ ਦੀਆਂ ਮੰਡਲੀਆਂ ਆਉਂਦੀਆਂ ਸੀ ਤੇ ਧਰਮ ਦੀ ਚਰਚਾ ਕਰਦੀਆਂ ਸੀ ਤੁਸੀਂ ਗੁਰਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਜਿੰਨੀਆਂ ਵੀ ਗੋਸ਼ਟਾਂ ਵੇਖੋਗੇ ਚਾਹੇ ਅਚਤ ਬਟਾਲੇ ਦੀ ਗੋਸ਼ਟ ਹੈ ਉਹ ਕਿਸੇ ਨਾ ਕਿਸੇ ਮੇਲੇ ਦੇ ਉੱਪਰ ਹੁੰਦੀ ਸੀ ਕਿਸੇ ਨਾ ਕਿਸੇ ਦਿਨ ਨੂੰ ਮਿੱਤ ਕੇ ਉਸ ਜਗ੍ਹਾ ਤੇ ਪਹੁੰਚਿਆ ਜਾਂਦਾ ਸੀ ਇੱਥੇ ਇੱਕ ਉਦਾਸੀਆਂ ਦਾ ਗੁਰੂ ਆਇਆ ਉਹਦੀ ਔਰ ਜਾਨਕੀ ਪ੍ਰਸਾਦੀ ਆਪਸ ਦੇ ਵਿੱਚ ਚਰਚਾ ਹੋਈ ਹੈ ਹੁਣ ਇਹ ਜਿਹੜਾ ਗੁਰੂ ਹੈ ਉਸ ਦੇ ਕੋਲ ਗਿਆਨ ਬਹੁਤ ਹੈ ਇਹਦਾ ਨਾਮ ਹੈ ਸਮਰੱਤ RAMDAS ਸਮਰੱਤ RAMDAS ਦੀ ਤੇ ਜਾਨਕੀ ਪ੍ਰਸਾਦੀ ਆਪਸ ਦੇ ਵਿੱਚ ਚਰਚਾ ਹੋਈ ਇਹ ਜਿਹੜਾ ਮਾਧੋਦਾਸ ਹੈ ਇਹ 12 ਸਾਲ ਦੀ ਉਮਰ ਦੇ ਵਿੱਚ ਬੈਠਾ ਉਸ ਚਰਚਾ ਨੂੰ ਸੁਣ ਰਿਹਾ ਉਸ ਚਰਚਾ ਦੇ ਵਿੱਚ ਇਹਦਾ ਗੁਰੂ ਜਾਨਕੀ ਪ੍ਰਸਾਦ ਹਾਰ ਗਿਆ ਸਮਰੱਥ RAMDAS ਜਿੱਤ ਗਿਆ ਹੁਣ ਕੁਦਰਤੀ ਬੱਚੇ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਜੇਕਰ ਮੈਂ ਘਰ ਦਾ ਤਿਆਗ ਹੀ ਕਰਨਾ ਹੈ ਤੇ ਕਿਉਂ ਨਾ ਫਿਰ ਮੈਂ ਉਸ ਗੁਰੂ ਦਾ ਚੇਲਾ ਬਣਾ ਜਿਸ ਦੇ ਕੋਲ ਗਿਆਨ ਜ਼ਿਆਦਾ ਹੈ ਹੁਣ ਅਗਲੀ ਗੱਲ ਫਿਰ ਆ ਜਾਂਦੀ ਹੈ ਕਿ RAMDAS ਸਮਰੱਥ ਦੇ ਕੋਲ ਇਹਨਾਂ ਗਿਆਨ ਕਿਵੇਂ ਆਇਆ ਹੁਣ ਸਮਰੱਥ RAMDAS ਜਿਹੜਾ ਹੈ ਉਹਦੇ ਜੀਵਨ ਦੀ ਇੱਕ ਮਰਾਠੀ ਭਾਸ਼ਾ ਦੀ ਕਿਤਾਬ ਹੈ ਹੇਮਤ ਸਵਾਮੀ ਦੀ ਲਿਖੀ ਹੋਈ ਕਿਤਾਬ ਦਾ ਨਾਮ ਹੈ ਭਖਰ ਸਵਾਮੀ RAMDAS ਮਰਾਠੀ ਭਾਸ਼ਾ ਦੇ ਵਿੱਚ ਖਬਰਾਂ ਦੇ ਸੰਗ੍ਰਹਿ ਨੂੰ ਪਖਰ ਕਿਹਾ ਜਾਂਦਾ ਹੈ ਉਸ ਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਖਬਰਾਂ ਨੇ ਤੇ ਉਹ ਸਾਡੇ ਕੋਲ ਇਤਿਹਾਸ ਦਾ ਪਹਿਲਾ ਸਰੋਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਮਰੱਥ RAMDAS ਦੇ ਕੋਲ ਇੰਨਾ ਗਿਆਨ ਕਿੱਥੋਂ ਆਇਆ ਆਪ ਨੂੰ ਯਾਦ ਹੋਵੇਗਾ ਯੂਪੀ ਦੇ ਵਿੱਚ ਨਾਨਕਮਤਾ ਸਾਹਿਬ ਸਥਾਨ ਤੇ ਨਾਨਕਮਤਾ ਸਾਹਿਬ ਤੋਂ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਾਪਸ ਪੰਜਾਬ ਨੂੰ ਆ ਰਹੇ ਨੇ ਤੇ ਜਿਹੜਾ ਗੜਵਾਲ ਵਾਲਾ ਸ਼੍ਰੀનગર ਹੈ ਇੱਥੇ ਮੁਲਾਕਾਤ ਹੋਈ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਔਰ ਸਵਾਮੀ ਰਾਮਦਾਸ ਦੀ ਸੋਲਾ ਸੂਕਤੀ ਦੇ ਵਿੱਚ ਤੇ ਉੱਥੇ ਉਸਨੇ ਸਵਾਲ ਕੀਤਾ ਸੀ ਕਿ ਇਹ ਕੌਣ ਨੇ ਆਪਣੇ ਚੇਲੇ ਨੂੰ ਪੁੱਛਦਾ ਹੈ ਕੌਣ ਨੇ ਉਸਨੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਚੱਲੇ ਆ ਰਹੇ ਸਿੱਖਾਂ ਨੂੰ ਪੁੱਛ ਕੇ ਜਵਾਬ ਦਿੱਤਾ ਕਿ ਗੁਰਨਾਨਕ ਦੀ ਗੱਦੀ ਦੇ ਵਾਰਸ ਨੇ ਕਹਿੰਦਾ ਮੈਂ ਮਿਲਣਾ ਚਾਹੁੰਦਾ 6ਵੇਂ ਪਾਤਸ਼ਾਹ ਨੂੰ ਆ ਕੇ ਮਿਲਿਆ ਤੇ ਇਹ ਕਿਸ ਨੇ ਸਵਾਲ ਕੀਤਾ 6ਵੇਂ ਪਾਤਸ਼ਾਹ ਨੂੰ ਹੁਣ ਉਸ ਸਵਾਲ ਦੇ ਵਿੱਚ ਇੱਕ ਬਹੁਤ ਬੁੜੀ ਗੱਲ ਐ ਬੜੀ ਡੂੰਗੀ ਗੱਲ ਐ ਉਹਨੂੰ ਸਮਝਣਾ ਬਹੁਤ ਜ਼ਰੂਰੀ ਐ ਇਸ ਲਈ ਸਵਾਲ ਕੀਤਾ 6ਵੇਂ ਪਾਤਸ਼ਾਹ ਨੂੰ ਸਮਰੱਥ RAMDAS ਨੇ ਕਹਿੰਦਾ ਕਿ ਗੁਰਨਾਨਕ ਨੇ ਤੇ ਸੰਸਾਰ ਦਾ ਤਿਆਗ ਕੀਤਾ ਸੀ ਤੁਸੀਂ ਸ਼ਸਤਰਧਾਰੀ ਸੂਰਮੇ ਹੋ ਤੁਸੀਂ ਆਪਣੇ ਨਾਲ ਕਿਰਪਾਨਧਾਰੀ ਤੇਕਬੰਦ ਸੂਰਮੇ ਲੈ ਕੇ ਫਿਰ ਰਹੇ ਹੋ ਗੁਰਨਾਨਕ ਸਾਹਿਬ ਨੇ ਤੇ ਸੰਸਾਰ ਦਾ ਤਿਆਗ ਕੀਤਾ ਸੀ ਹੁਣ ਇਹ ਸਵਾਲ ਪੇ ਸਾਡੇ ਸਾਹਮਣੇ ਵੀ ਕਵੇ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਸ਼ਬਦਾਂ ਦੀ ਜੜੀ ਡੂੰਘਾਈ ਅਸੀਂ ਸਮਝ ਨਹੀਂ ਸਕਾਂਗੇ ਪਰ 6ਵੇਂ ਪਾਤਸ਼ਾਹ ਦੇ ਜਵਾਬ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਿਓ 6ਵੇਂ ਪਾਤਸ਼ਾਹ ਕਹਿੰਦੇ ਨੇ ਸਮਰੱਥ RAMDAS ਤੈਨੂੰ ਇਲਮ ਨਹੀਂ ਤੈਨੂੰ ਸੱਚਾਈ ਦਾ ਪਤਾ ਨਹੀਂ ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਨਹੀਂ ਬਲਕਿ ਸੰਸਾਰ ਦੇ ਵਿੱਚ ਰਹਿੰਦਿਆਂ ਮਾਇਆ ਦਾ ਤਿਆਗ ਕੀਤਾ ਸੀ ਇਹ ਗੱਲ ਸਮਝਣ ਵਾਲੀ ਹੈ ਉਹਦਾ ਸਵਾਲ ਹੈ ਕਿ ਗੁਰੂ ਨਾਨਕ ਨੇ ਸੰਸਾਰ ਦਾ ਤਿਆਗ ਕੀਤਾ ਸੀ ਤੁਸੀਂ ਛੱਤਰ ਪਹਿਨੇ ਨੇ ਤੇ 6ਵੇਂ ਪਾਤਸ਼ਾਹ ਕਹਿੰਦੇ ਨੇ ਸਮਰੱਥ RAMDAS ਤੇਰੇ ਕੋਲ ਗਿਆਨ ਦੀ ਘਾਟ ਹੈ ਤੂੰ ਗੱਲ ਨੂੰ ਸਮਝ ਨਹੀਂ ਸਕਿਆ ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਨਹੀਂ ਬਲਕਿ ਸੰਸਾਰ ਦੇ ਵਿੱਚ ਰਹਿੰਦੇ ਅਸੀਂ ਮਾਇਆ ਦਾ ਤਿਆਗ ਕੀਤਾ ਸੀ। ਇਹੀ ਸਾਡਾ ਸਿੱਖੀ ਦਾ ਸੂਤ ਹੈ। ਪੰਜਨਮਹਿ ਨਿਰੰਜਨ ਰਕਿ ਪੰਜਨ ਮਾਇਆ ਹੈ। ਨਿਰੰਜਨ ਮਾਇਆ ਤੁਰਤ ਕਿ ਮਾਇਆ ਵੀ ਸੰਸਾਰ ਦੇ ਵਿੱਚ ਰਹਿੰਦੇ ਹੋਇਆਂ ਵੀ ਰੂਹਾਨੀਅਤ ਤੇ ਨਾਲ ਜੁੜੇ ਰਹਿਣਾ ਤੇ ਮਾਇਆਤ ਨੂੰ ਛੱਡ ਦੇਣਾ, ਰਬਾਨੀਅਤ ਤੇ ਰੂਹਾਨੀਅਤ ਨੂੰ ਅਪਣਾ ਲੈਣਾ ਇੰਹ ਤਾਂ ਗੁਰੂ ਸਾਹਿਬ ਦਾ ਉਪਦੇਸ਼ ਹੈ। ਫਿਰ ਉਸ ਦਾ ਅਗਲਾ ਸਵਾਲ ਹੈ ਤੁਸੀਂ ਸ਼ਸਤਰ ਕਿਉਂ ਪਹਿਨੇ ਨੇ? ਤੇ ਗੁਰਦੇਵ ਪਾਤਸ਼ਾਹ ਦਾ ਜਵਾਬ ਤੁਸੀਂ ਸਾਰੇ तकरीबन ਸਿੱਖ ਸਰੋਤਾਂ ਦੇ ਵਿੱਚ ਪੜਿਆ ਹੋਵੇਗਾ ਸ਼ਸਤਰਨ ਗਰੀਬ ਦੀ ਰੱਖਿਆ ਜ਼ਲਵਾਣੀ ਕੀ ਪੱਖਿਆ ਇਹ ਸ਼ਸਤਰ ਨਾ ਤਾਂ ਵਿਖਾਵੇ ਵਾਸਤੇ ਨੇ ਨਾ ਕਿਸੇ ਨੂੰ ਡਰਾਉਣ ਦੇ ਵਾਸਤੇ ਨੇ ਨਾ ਕਿਸੇ ਨੂੰ ਧਮਕਾਉਣ ਦੇ ਵਾਸਤੇ ਨੇ ਇਨ ਸ਼ਸਤਰਾਂ ਨੂੰ ਪਹਿਨਣ ਦਾ ਪਰਜੋਜਨਤਾ ਇੰਨਾ ਹੈ ਕਿ ਗਰੀਬ ਦੀ ਰੱਖਿਆ ਕਰਨੀ ਤੇ ਜ਼ਾਲਮ ਜਿਹੜਾ ਜ਼ਾਲਮ ਹੈ ਜ਼ੁਲਮ ਕਰਨ ਵਾਲਾ ਉਸ ਨੂੰ ਦੰਡ ਦੇਣਾ ਇਹ ਹੀ ਸਾਡੀ ਸਿੱਖ ਮਰਿਆਦਾ ਦੇ ਵਿੱਚ ਸ਼ਸਤਰ ਦੀ ਪਰੰਪਰਾ ਹੈ ਇਹ ਨਾ ਕਿਸੇ ਨੂੰ ਡਰਾਉਣ ਦੇ ਵਾਸਤੇ ਨੇ ਨਾ ਕਿਸੇ ਨੂੰ ਧਮਕਾਉਣ ਦੇ ਵਾਸਤੇ ਉਸ ਸਮੇਂ ਮਰਾਠੀ ਪਹਾ ਸਾ ਦੇ ਵਿੱਚ ਇਹਦਾ ਜਵਾਬ ਦਿੱਤਾ ਹੈ ਸਵਾਮੀ ਰਾਮਦਾਸ ਨੇ ਕਹਿੰਦਾ ਇਹਾਂ ਬਾਤ ਮੇਰੇ ਮਨ ਭਾਵਤੀ ਹੈ ਕਿ ਤੁਹਾਡੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ ਕਿ ਕਿਤੇ ਵੀ ਜ਼ੁਲਮ ਨੂੰ ਬਚਾਉਣ ਦੇ ਵਾਸਤੇ ਤੇ ਜ਼ਾਲਮ ਨੂੰ ਦਬਾਉਣ ਦੇ ਵਾਸਤੇ ਸ਼ਸਤਰ ਦੀ ਲੋੜ ਹੁੰਦੀ ਹੈ ਔਰ ਇਹਹੀ ਪਰਭਾਸ਼ਾ ਉਸਨੇ ਜਾ ਕੇ சிவாਜੀ ਮਰਾਟੇ ਨੂੰ ਦੱਸੀ ਹੈ ਇਹ ਜਿਹੜਾ ਸਵਾਮੀ ਰਾਮਦਾਸ ਹੈ சிவாਜੀ ਮਰਾਟੇ ਦਾ ਧਾਰਮਿਕ ਗੁਰੂ ਸ ਹੁਣ ਤੁਸੀਂ ਵੇਖੋ ਇਹਦਾ ਮਤਲਬ ਇਹ ਕਿ ਬੰਦਾ ਬਹਾਦਰਤਾ ਜਨਮ ਦੇ ਵੇਲੇ ਲక్ష్మణ ਦੇਵ ਤੋਂ ਮਾਧੋਦਾਸ ਬਣਾਉਣ ਵਾਲਾ ਗੁਰੂ ਜਾਨਕੀ ਪ੍ਰਸਾਦ ਵੀ ਗੁਰਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਜਾਣਦਾ ਹੈ ਤੇ ਜਿਹੜਾ ਉਸ ਦਾ ਬਾਅਦ ਦੇ ਵਿੱਚ ਗੁਰੂ ਬਣਿਆ ਸਮਰੱਥ RAMਦਾਸ ਜਿਸ ਦੇ ਨਾਲ ਇਹ ਜਿਹੜਾ ਮਾਧੋਦਾਸ ਹੈ ਇਹ ਚਲਾ ਗਿਆ ਪੰਜਵੱਡੀ ਦੇ ਸਥਾਨ ਤੇ ਨਦੇੜ ਉਹ ਵੀ ਗੁਰਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਹੈ ਤੀਸਰੀ ਗੱਲ ਇਕਤਨਾ 1674 ਦੀ ਹੈ ਜਦੋਂ ਸਵਾਮੀ ਰਮਦਾਸ ਦੇ ਨਾਲ ਜਾਣ ਤੋਂ ਬਾਅਦ ਇਹ ਵਾਪਸ ਪੰਜਾਬ ਦੇ ਇਲਾਕੇ ਦੇ ਵਿੱਚ ਆਇਆ ਤੇ ਤੁਹਾਨੂੰ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦੀ ਲਿਖੀ ਹੋਈ ਉਹਦਾ ਜੇਕਰ ਤੁਹਾਨੂੰ ਸਭ ਤੋਂ ਪਹਿਲਾ ਖਰੜਾ ਜਾਂ ਉਸ ਤੋਂ ਬਾਅਦ ਜਿਹੜਾ 1882 ਤੋਂ 87 ਦੇ ਵਿੱਚ ਛਪਿਆ ਉਹਨੂੰ ਪੜ੍ਹਨ ਦਾ ਮੌਕਾ ਮਿਲੇ ਤੇ ਤੁਹਾਨੂੰ ਇੱਕ ਸਬੂਤੋਂ ਦੇ ਵਿੱਚ ਹੋਰ ਮਿਲੇਗਾ ਉਹ ਇਹ ਹੈ ਕਿ ਅਨੰਦਪੁਰ ਸਾਹਿਬ ਵੈਰਾਗੀਆਂ ਦਾ ਇੱਕ ਟੋਲਾ ਆਇਆ ਇਹ ਜਿਹੜੀ ਘਟਨਾ ਇੱਕ 1690 ਦੀ ਆਨੰਦਪੁਰ ਸਾਹਿਬ ਵੈਰਾਗੀਆਂ ਦਾ ਇੱਕ ਟੋਲਾ ਆਇਆ ਤੇ ਉਹਨਾਂ ਵੈਰਾਗੀਆਂ ਦਾ ਮੁਖੀ ਮਾਧੋਦਾਸ ਤੀਰ ਅੰਦਾਜੀ ਦੇ ਵਿੱਚ ਬੜਾ ਮਹਾਰਸੀ ਇਸ ਦਾ ਮਤਲਬ ਕਿ ਮਾਧੋਦਾਸ ਜਿਸਵੇਂ ਨੇ ਉਦਾਸੀ ਬਣਿਆ ਸੀ ਉਸਵੇਂ ਨੇ ਵੀ ਗੋਬਿੰਦ ਰਾਏ ਜਿਹੜੇ ਉਦੋਂ ਗੋਬਿੰਦ ਰਾਏ ਨੇ ਗੁਰੂ ਗੋਬਿੰਦ ਸਿੰਘ ਨਹੀਂ ਪੜੇ 1690 ਦੇ ਵਿੱਚ ਉਦੋਂ ਇੱਕ ਮੁਲਾਕਾਤ ਹੋ ਚੁੱਕੀ ਹੈ ਅਗਲੀ ਗੱਲ ਅਗਲੀ ਰੀ ਮੁਲਾਕਾਤ ਦੀ ਗੱਲ ਇਸ ਦਾ ਜ਼ਿਕਰ ਆਉਂਦਾ ਹੈ ਸਰੂਪ ਸਿੰਘ ਕੋਸ਼ਿਸ਼ ਰੀਆਂ ਪਟਵੰਿਆਂ ਦੇ ਵਿੱਚ ਜਿਨ੍ਹਾਂ ਦਾ ਆਧਾਰ ਜਿਹੜਾ ਪਟਖਰੀ ਹੈ ਉਹਦੇ ਵਿੱਚ ਅਗਲੀ ਮੁਲਾਕਾਤ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਰਾਇਣੇ ਦੇ ਸਥਾਨ ਦੇ ਉੱਪਰ ਦਾਤੂ ਰਾਮ ਦੀ ਕਬਰ ਦੇ ਉੱਪਰ ਜਿਹੜੀ ਘਟਨਾ ਵਾਪਰਦੀ ਹੈ ਤੇ ਉਦੋਂ ਜੈਤਰਾਮ ਨੂੰ ਮਿਲਦੇ ਨੇ ਤੇ ਜੈਤਰਾਮ ਜਦੋਂ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਤੁਸੀਂ ਪੰਚਵਟੀ ਦੇ ਸਥਾਨ ਦੇ ਅੱਗੇ ਨਾ ਜਾਓ ਕਿਉਂਕਿ ਉੱਥੇ ਇੱਕ ਮਾਧੋਦਾਸ ਨਾਮ ਦਾ ਜੋਗੀ ਰਹਿੰਦਾ ਹੈ ਜਿਹੜਾ ਆਏ ਗਏ ਅਭਿਆਗਤ ਦੀ ਬੇਇੱਜ਼ਤੀ ਕਰਦਾ ਹੈ ਤੇ ਉੱਥੇ ਗੁਰੂ ਸਾਹਿਬ ਦਾ ਜਵਾਬ ਹੈ ਅਸੀਂ ਮਾਧੋ ਦਾਸ ਨੂੰ ਕਨਖਲ ਵਿਖੇ ਪਹਿਲਾਂ ਵੀ ਮਿਲ ਚੁਕੇ ਹਾਂ ਇਹਦਾ ਮਤਲਬ ਮੁਲਾਕਾਤ ਕਨਖਲ ਵੀ ਹੋ ਚੁੱਕੀ ਹੈ ਤੇ ਕਨਖਨ ਪੁਰੂ ਸਾਹਿਬ ਕਦੋਂ ਆਏ ਸੀ ਹਰਦਵਾਰ ਦੇ ਪੋਰ ਜਦੋਂ ਪੁਰੂ ਸਾਹਿਬ ਡੇਰਾ ਦੂਨ ਮਸੰਦਾ ਨੂੰ ਸੋਧਨ ਤੋਂ ਬਾਅਦ ਵਾਪਸ ਆ ਰਹੇ ਸੀ ਉਹਨਾਂ ਸਰਵਤਾਂ ਦੇ ਚ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਨਖਲ ਰੁਕੇ ਤੇ ਉਸ ਅਸਥਾਨ ਦੇ ਉੱਪਰ ਇੱਕ ਬਰਾਗੀਆਂ ਦੇ ਮੁਖੀ ਦੇ ਨਾਲ ਗੁਰੂ ਸਾਹਿਬ ਦੀ ਵਾਰਤਾ ਲਾਪ ਹੋਈ ਸੋ ਇਹ ਚਾਰ ਇਤਿਹਾਸ ਦੇ ਸਾਡੇ ਕੋਲ ਅਹਿਮ ਸਬੂਤ ਨੇ ਕਿ 11 ਸਾਲ ਦੀ ਉਮਰ ਦੇ ਵਿੱਚ ਘਰ ਛੱਡਣ ਤੋਂ ਬਾਅਦ ਇਹ ਮਾਦੋਦਾਸ ਬਰਾਗੀ ਜਿੱਥੇ-ਜਿੱਥੇ ਵੀ ਰਿਹਾ ਹੈ ਕਿਤੇ ਨਾ ਕਿਤੇ ਸਿੱਖ ਵਿਚਾਰਧਾਰਾ ਦੇ ਨਾਲ ਜੁੜਿਆ ਰਿਹਾ ਹੈ। ਇਹ ਮੈਗਾਨੇਸਰ ਕੇ ਸਾਂਝੀ ਕੀਤੀ ਹੈ ਕਿ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਲੋਕ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਕਰਦੇ ਨੇ ਕਿ ਉਹਨੇ ਇੱਕ ਹਿੰਦੂ ਵਿਰਾਗੀ ਹੋਣ ਦੇ ਰੂਪ ਦੇ ਵਿੱਚ ਸਿੱਖਾਂ ਦੇ ਗੁਰੂ ਦੇ ਬੱਚਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਇਹ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਉਹ ਪਹਿਲਾਂ ਹੀ ਗੁਰੂ ਦੀ ਵਿਚਾਰਧਾਰਾ ਤੋਂ ਚੱਲੂ ਸੀ। ਦੂਸਰੀ ਗੱਲ ਜਦੋਂ ਗੁਰੂ ਸਾਹਿਬ ਤਮਦਮਾ ਸਾਹਿਬ ਤਲਵੰਡੀ ਤੋਂ ਤੁਰਦੇ ਨੇ ਦੱਖਣ ਦੇ ਵਾਸਤੇ ਤਾਂ ਉਸ ਵੇਲੇ ਇੱਕ ਸਿੱਖਾਂ ਨੇ ਸਵਾਲ ਕੀਤਾ ਕਿ ਦੱਖਣ ਸੀ ਕਿਉਂ ਜਾ ਰਹੇ ਆ ਤੇ ਪਾਤਸ਼ਾਹ ਦਾ ਜਿਹੜਾ ਜਵਾਬ ਹੈ ਉਹਨੂੰ ਸਮਝਣ ਦੀ ਲੋੜ ਹੈ। ਬਾਚਕੇ ਦੇਲੇ ਦੱਖਣ ਵੀ ਅਸਾਨੂੰ ਪਿਆਰਾ ਹੈ ਉੱਥੇ ਕਈ ਕੰਮ ਸਵਰਣਗੇ ਇਹਦਾ ਮਤਲਬ ਗੁਰੂ ਸਾਹਿਬ ਨੂੰ ਪਤਾ ਹੈ ਕਿ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਕਿਵੇਂ ਤਿਆਰ ਹੋਣਾ ਹੈ ਤੇ ਕਿੱਥੋਂ ਤਿਆਗ ਹੋਣਾ ਹੈ ਖੈ ਮਾਧੋਦਾਸ ਨਾ ਦਾ ਵੈਰਾਗੀ ਮੈਂ ਇਸ ਕਬੀਰ ਤੇ ਨਾਲ ਬੋਲ ਵੀ ਕਰਦੇ ਹਾਂ ਮਾਧੋਦਾਸ ਜਦੋਂ ਆਪਣੇ ਘਰ ਵਿੱਚ ਲక్ష్మణ ਦੇਵ ਤੋਂ ਮਾਧੋਦਾਸ ਬਣਿਆ ਜਾਨਕੀ ਪ੍ਰਸਾਦ ਦੇ ਕੋਰ ਅਗੇ ਤੇ ਉਹ ਵੈਰਾਗੀ ਸੀ ਵੈਰਾਗੀਆਂ ਤੋਂ ਬਾਅਦ ਜਦੋਂ ਉਹ ਸਮਰੱਥ ਰਾਮਦਾਸ ਦਾ ਚੇਲਾ ਬਣ ਗਿਆ ਤੇ ਉਹ ਉਦਾਸੀ ਬਣ ਗਿਆ ਤੇ ਜਦੋਂ 1683 ਦੇ ਵਿੱਚ ਸਮਰੱਥ ਰਾਮਦਾਸ ਦੀ ਮੌਤ ਹੋ ਗਈ ਤਾਂ ਉਸ ਵੇਲੇ ਮਾਧੋਦਾਸ ਨੇ ਆਪਣਾ ਗੁਰੂ ਬਣਾ ਲਿਆ ਔਗੜਨਾਥ ਨੂੰ ਔਗੜਨਾਥ ਜੋਗੀ ਸੀ ਤੇ ਮੈਂ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ ਜਿਹੜੇ ਕਹਿੰਦੇ ਬੰਦਾ ਬੈਰਾਗੀ ਕਿ ਜਦੋਂ ਪੁਰ ਗੋਬਿੰਦ ਸਿੰਘ ਮਹਾਰਾਜ ਨੂੰ ਬੰਦਾ ਸਿੰਘ ਬਹਾਦਰ ਦਾ ਮਨਾਪ ਹੋਇਆ ਮਾਧੋਦਾਸ ਤੇ ਰੂਪ ਚ ਉਹ ਤੋਂ ਬੈਰਾਗ ਨੂੰ ਛੱਡ ਕੇ ਜੂਦ ਮਤ ਚਾਹ ਚੁੱਕਾ ਸੀ ਕਿਉਂਕਿ ਜਿਹੜਾ ਉਹਦਾ ਉਹ ਗੁਰੂ ਸੀ ਉਹ ਜੋਗੀ ਸੀ ਅਗਨਨਾਤੀ ਮੌਤ ਜਿਹੜੀ ਹੈ ਉਹ 1696 ਦੇ ਵਿੱਚ ਹੋਈ ਹੈ ਤੇ 1696 ਦੇ ਵਿੱਚ ਬਾਅਦ ਦੇ ਵਿੱਚ ਇੱਥੇ ਇਸ ਮਾਧੋਦਾਸ ਜੋਗੀ ਨੇ ਆਪਣਾ ਡੇਰਾ ਸਥਾਪਿਤ ਕੀਤਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਉੱਥੇ ਪਹੁੰਚੇ ਨੇ 1708 ਦੇ ਵਿੱਚ ਕਲਗੀਧਰ ਪਾਤਸ਼ਾਹ ਔਰ ਗੁਰਗੋਬਿੰਦ ਸਿੰਘ ਮਹਾਰਾਜ ਦਾ ਮਾਧੋਦਾਸ ਜੋਗੀ ਦੇ ਨਾਲ ਜਿਹੜਾ ਮਿਲਾਪ ਹੋਇਆ ਉਹਦੇ ਬਾਰੇ ਸਾਡੇ ਕੋਲ ਇੱਕ ਫਾਰਸੀ ਦਾ ਅਹਿਮ ਸਰੋਤ ਹੈ ਕਿ ਉਹ ਮਲਾਪ ਕਿਸ ਦਿਨ ਹੋਇਆ ਉਮਲਾਬ ਹੋਇਆ ਉਸ ਮਿਲਾਪ ਦੇ ਬਾਰੇ ਤੁਸੀਂ ਯਾਦ ਹੋਵੇਗਾ ਤੁਹਾਨੂੰ 6ਵੇਂ ਪਾਤਸ਼ਾਹ ਦੇ ਸਮੇਂ ਦੋ ਬੜੇ ਮਸ਼ਹੂਰ ਢਾਡੀ ਹੋਏ ਨੇ ਮਾਚੇ ਤੇ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਨੱਥਮਲ ਤੇ ਅਬਦੁੱਲਾ ਜਦੋਂ 6ਵੇਂ ਪਾਤਸ਼ਾਹ ਨੇ ਮੀਰੀ ਔਰ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਸੀ ਤੇ ਉਹਨਾਂ ਨੇ ਵਾਰ ਪੜੀ ਸੀ ਬੜੀ ਮਸ਼ਹੂਰ ਹੈ ਦੋ ਤਲਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਸ ਦੀ ਇੱਕ ਰਾਕੀ ਕਰੇ ਵਜ਼ੀਰ ਦੀ ਜਿਹਦੀ ਆਖਰੀ ਲਾਈਨ ਸੀ ਪੱਕ ਤੇਰੀ ਕੀ ਜਹਾਂਗੀਰ ਦੀ ਉਹਨਾਂ ਦੇ ਵਿੱਚੋਂ ਜਿਹੜਾ ਢਾਡੀ ਨੱਥਮਲ ਸੀ ਉਹਦੀ ਕਿਤਾਬ ਹੈ ਅਮਰਨਾਮਾ ਫਾਰਸੀ ਦੇ ਵਿੱਚ ਤੇ ਅਮਰਨਾਮਾ ਸਾਡੇ ਕੋਲ ਇੱਕ ਐਸਾ ਸਰੋਤ ਹੈ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਨਾਕ ਹੋਇਆ ਮਾਦੋ ਦਾਸ ਦੇ ਨਾਲ ਉਸ ਦਿਨ ਸੂਰਜ ਗ੍ਰਹਿਣ ਦਾ ਦਿਨ ਸੀ ਤੇ ਹੁਣ ਫੋਨ ਤੁਹਾਡੇ ਸਾਰਿਆਂ ਦੇ ਕੋਲ smartphone ਹੈਗੇ ਨੇ ਜੇਕਰ ਤੁਸੀਂ ਉਸ ਦੱਖਣੀ ਭਾਰਤ ਦੇ ਵਿੱਚ 1708 ਦਾ ਸੂਰਜ ਗ੍ਰਹਿਣ ਵੇਖੋ ਤਾਂ ਉਹਨਾਂ ਦਿਨਾਂ ਦੇ ਵਿੱਚ 22 ਮਿੰਟ ਦੇ ਕਰੀਬ ਤਾਂ ਇੱਕ ਬਹੁਤ ਵੱਡਾ ਸੂਰਜ ਗ੍ਰਹਿਣ ਲੱਗਾ ਸੀਗਾ ਤੇ ਜਿਹਦਾ ਦਿਨ ਬਣਦਾ ਹੈ 3 ਸਤੰਬਰ ਸੋ 3 ਸਤੰਬਰ 1708 ਨੂੰ ਗੁਰੂ ਸਾਹਿਬ ਦਾ ਮਿਲਾਪ ਹੋਇਆ ਮਾਧੋਦਾਸ ਜੀ ਨਾਲ ਅੱਗੇ ਆ ਜਾਈ ਮਾਧੋਦਾਸ ਟਿੱਪੂ ਗੋਬਿੰਦ ਸਿੰਘ ਮਰਾਈ ਵੀ ਵਾਰਤਾ ਲਾ ਜਦੋਂ ਤੱਕ ਇਹ ਵਾਰਤਾ ਲਾਪ ਸਾਨੂੰ ਫਾਰਸੀ ਸਰੋਤਾਂ ਦੇ ਵਿੱਚੋਂ ਸਾਹਮਣੇ ਨਹੀਂ ਸੀ ਆਈ ਉਦੋਂ ਤੱਕ ਬਹੁਤ ਵੱਡੇ ਵੱਡੇ ਉਹ ਲੇਖਕ ਜਿਨ੍ਹਾਂ ਨੂੰ ਅਸੀਂ ਸਭ ਤੋਂ ਵੱਧ ਪੜਿਆ ਤੇ ਸਭ ਤੋਂ ਵੱਧ ਵੰਡਿਆ ਗਿਆ ਸਿੱਖਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਲਾਲਾ ਦੌਲਤ ਰਾਏ ਵੀ ਆ ਜਾਂਦਾ ਹੈ ਉਹਨੇ ਵੀ ਇਹ ਗੱਲ ਲਿਖ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਦੋ ਦਾਸ ਨੂੰ ਅੰਮ੍ਰਿਤ ਏਸ ਕਰਕੇ ਨਾ ਛਕਾਇਆ ਕਿ ਉਹ ਅੱਗੇ ਤੋਂ ਦੇਹਧਾਰੀ ਪਰੰਪਰਾ ਨੂੰ ਬੰਦ ਕਰਨਾ ਚਾਹੁੰਦੇ ਸੀ ਇਸ ਨਾਲਾ ਤਾਲਤ ਰਾਏ ਨੇ ਵੀ ਇੱਕ ਸਿੱਖਾਂ ਨੂੰ ਸ਼ੂਗਰ ਕੋਟਡ ਜ਼ਹਿਰ ਦਿੱਤੀ ਇਹ ਸਿੱਧ ਕਰਨ ਦੇ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਨਹੀਂ ਛਕਾਇਆ ਪਰ ਇਸ ਗੱਲ ਦਾ ਜਵਾਬ ਉਦੋਂ ਸਾਹਮਣੇ ਆਇਆ ਜਦੋਂ ਡਾਕਟਰ ਗੰਡਾ ਸਿੰਘ ਨੇ ਅੰਬਿਤਸ਼ਾ ਪਟਾਲਵੀ ਦੀ ਲਿਖਤ ਤਾਰੀਖੇ ਪੰਜਾਬ ਦਾ ਚੈਪਟਰ ਇبتدايه ਸਿੰਘਾਂ ਵਾਂ ਮਸਬੇ ਈਸ਼ਾ ਕੱਢ ਕੇ ਆਪਣੀ ਕਿਤਾਬ ਦੇ ਵਿੱਚ ਦੇ ਦਿੱਤਾ। ਉਸ ਦੇ ਵਿੱਚ ਗੁਰੂ ਸਾਹਿਬ ਦਾ ਪਰਮਾਤੋ ਦਾਸ ਜੋਗੀ ਦਾ ਵਾਰਤਾ ਲਾਪਤਾ ਜ਼ਿਕਰ ਹੈ। ਗੁਰੂ ਸਾਹਿਬ ਦਾ ਉੱਥੇ ਜਾਣਾ ਵਾਰਤਾ ਲਾਪਤ ਚਸਤਾ ਕਹਿਣਾ ਕਿ ਮੈਂ ਤੁਹਾਡਾ ਬੰਦਾ ਹਾਂ ਤੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਖੰਡੇ ਬਾਟੇ ਦੀ ਪਾਹੁਲ ਦੇ ਕੇ ਉਸ ਨੂੰ ਸਿੰਘ ਸਜਾਉਣਾ ਇਹਦਾ ਅਗਲਾ ਸਭ ਤੋਂ ਵੱਡਾ ਸਬੂਤ ਸਾਨੂੰ ਮਿਲ ਜਾਂਦਾ ਹੈ ਪਟਵਈਆਂ ਦੇ ਵਿੱਚ ਜਿਸ ਨੂੰ ਸਰੂਪ ਸਿੰਘ ਕੋਸ਼ਿਸ਼ ਨੇ ਐਡਿਟ ਕੀਤਾ। ਸੋ ਅੱਜ ਸਾਡੇ ਕੋਲ ਤਕਰੀਬਨ 37 ਸਬੂਤ ਨੇ ਇਤਿਹਾਸ ਦੇ ਵਿੱਚ ਇਹ ਗੁਰਗੋਬਲ ਸਿੰਘ ਮਹਾਰਾਜ ਨੇ ਮਾਧੋਦਾਸ ਜੋਗੀ ਨੂੰ ਖੰਡੇ ਪਾਟੇ ਦੀ ਪਾਹੁਲ ਦੇ ਕੇ ਬੰਦਾ ਸਿੰਘ ਬਹਾਦਰ ਤਿਆਰ ਕੀਤਾ। ਹੁਣ ਅਗਲੀ ਗੱਲ ਆ ਜਾਂਦੀ ਕੁਝ ਸਰੋਤਾਂ ਦੇ ਵਿੱਚ ਨਾਮ ਗੁਰਬਖਸ਼ ਸਿੰਘ ਆਉਂਦਾ ਹੈ। ਇਤਿਹਾਸ ਦੇ ਵਿੱਚ ਤੁਸੀਂ ਜਿੰਨੇ ਵੀ ਸਿੱਖ ਜਿਹੜੇ ਬਾਅਦ ਦੇ ਵਿੱਚ ਧਰਮ ਦੇ ਵਿੱਚ ਆਉਂਦੇ ਸੀ ਜ਼ਿਆਦਾਤਰ ਸਿੱਖ ਉਹਨਾਂ ਨੂੰ ਗੁਰਬਖਸ਼ਕਹਿ ਕਹੀ ਬੁਲਾਉਂਦੇ ਸੀ ਗੁਰੂ ਦਾ ਬਖਸ਼ਿਆ ਹੋਇਆ। ਭਾਈ ਰਾਮ ਕੌਰ ਸਿੰਘ ਆਉਂਦੇ ਨੇ ਉਹਨਾਂ ਦੇ ਨਾਮ ਵੀ ਗੁਰਬਖਸ਼ ਆਉਂਦਾ ਹੈ। ਇਸੇ ਤਰ੍ਹਾਂ ਸਾਪ ਸਿੰਘ ਬੇਦੀ ਦੇ ਪਰਿਵਾਰ ਚ ਇੱਕ ਸਿੱਖ ਹੁੰਦੇ ਨੇ ਉਹਨਾਂ ਦਾ ਨਾਮ ਵੀ ਗੁਰਬਖਸ਼ ਸਿੰਘ ਹੁੰਦਾ ਹੈ ਜਿਹੜਾ ਗੁਰੂ ਨੇ ਬਖਸ਼ਿਆ ਉਸ ਨੂੰ ਸਿੰਘ ਗੁਰਬਖਸ਼ ਸਿੰਘ ਕਰਕੇ ਹੀ ਬੁਲਾਉਦੇ ਸੀ ਭਾਵੇਂ ਕਿ ਇਤਿਹਾਸਿਕ ਸਰੋਤਾਂ ਦੇ ਵਿੱਚ ਸਾਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਗੁਰਬਖਸ਼ ਸਿੰਘ ਵੀ ਮਿਲਦਾ ਹੈ ਪਰ ਜਿੰਨੇ ਲਿਖੇ ਹੋਏ ਫਰਮਾਨ ਹੁਕਮਨਾਮੇ ਤੇ ਸਾਨੂੰ ਇਤਿਹਾਸਿਕ ਸਰੋਤ ਮਿਲਦੇ ਨੇ ਉਹਨਾਂ ਦੇ ਵਿੱਚ ਨਾਮ ਸਾਨੂੰ ਬੰਦਾ ਸਿੰਘ ਬਹਾਦਰ ਹੀ ਮਿਲਦਾ ਹੈ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਪਲ ਤੋੜਿਆ ਜਿਹੜਾ ਪੰਜਾਬ ਨੂੰ ਤੋਰਿਆ ਤੇ ਜੋ ਗੁਰੂ ਸਾਹਿਬ ਨੇ ਕਿਹਾ ਸਾਨੂੰ ਇਸ ਦਾ ਜ਼ਿਕਰ ਪੰਥ ਪ੍ਰਕਾਸ਼ 'ਚ ਮਿਲਦਾ ਹੈ ਪਰ ਜਿਹੜੇ ਸ਼ਬਦ ਨੇ ਅਸੀਂ ਉਹਨਾਂ ਸ਼ਬਦਾਂ ਦੇ ਅਰਥ ਬਦਲੇ ਨੇ ਔਰ ਉਹਨਾਂ ਅਰਥ ਬਦਲ ਦਾ ਨੁਕਸਾਨ ਇਹ ਹੋਇਆ ਕਿ ਇੱਕ ਬਹੁਤ ਵੱਡੀ ਘਾੜਾ ਨੂੰ ਅਸੀਂ ਛੋਟੇ ਰੂਪ 'ਚ ਲੈ ਜਾਂਦਾ ਜਿਸ ਦਿਨ ਨੂੰ ਤੁਸੀਂ ਅੱਜ ਮਨਾ ਰਹੇ ਹੋ ਅੱਜ ਦੇ ਦਿਨ ਵਜ਼ੀਰ ਖਾਨ ਮਾਰਿਆ ਗਿਆ ਅਸੀਂ ਫਤਿਹ ਦਿਵਸ ਇਸ ਕਰਕੇ ਕਹਿੰਦੇ ਆ ਕਿ ਵਜ਼ੀਰ ਖਾਨ ਦੇ ਪਰਗਣੇ ਦੀ ਫੌਜ ਜਿਹੜਾ ਸਰਹੰਦ ਦਾ ਪਰਗਣਾ ਸੀ ਇਹਦੇ ਅਧੀਨ 28 ਪਰਗਣੇ ਆਉਂਦੇ ਸੀ ਇਨਾਂ ਦੇ ਕੋਲ ਤਕਰੀਬਨ 40 ਤੋਂ ਵੱਧ ਤੋਪਾਂ ਸੀ ਤੇ 59000 ਇਹਨਾਂ ਕੋਲ ਘੋੜਸਾਰ ਤੇ ਪੈਦਲ ਫੌਜ ਸੀ ਅਖਬਾਰਾਂ ਅਤੇ ਦਰਬਾਰੇ ਮੋਹਲਾ ਦੇ ਮੁਤਾਬਕ ਇੰਨੀ ਵੱਡੀ ਫੌਜ ਦਾ ਮੁਕਾਬਲਾ ਕਰਨਾ ਔਰ ਉਹਦਾ ਬੰਦਾ ਸਿੰਘ ਬਹਾਦਰ ਦੀ ਫੌਜ ਤੇ ਹੱਥੋਂ ਹਾਰ ਜਾਣਾ ਇਸ ਅੱਗੇ ਚ ਆ ਕੇ ਅਸੀਂ ਖੋਲਦੇ ਆ ਪਰ ਇਹਦੇ ਚ ਇੱਕ ਅਹਿਮ ਗੱਲ ਇਹ ਹੈ ਕਿ ਅਕਸਰ ਅਸੀਂ ਸਟੇਜਾਂ ਦੇ ਉੱਪਰੋਂ ਇਸ ਗੱਲ ਨੂੰ ਇੰਨਾ ਜ਼ਿਆਦਾ ਪ੍ਰਚਾਰ ਦਿੱਤਾ ਕਿ ਕਲਗੀਧਰ ਪਾਤਸ਼ਾਹ ਗੁਰਗੋਬ ਸਿੰਘ ਮਹਾਰਾਜ ਨੇ ਸਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਿਆ ਕਿਉਂਕਿ ਅਸੀਂ ਜਿਹੜੇ ਗਿਆਨੀ ਗਿਆਨ ਸਿੰਘ ਤੇ ਸ਼ਬਦ ਚੁੱਕੇ ਨਾ ਉਹਨਾਂ 'ਚ ਬਦਲਾ ਸ਼ਬਦ ਦੀ ਪਰਿਭਾਸ਼ਾ ਹੋਰ ਸੀ ਅਸੀਂ ਹੋਰ ਬਣਾ ਦਿੱਤੀ ਉਹਨਾਂ ਨੇ ਬੜੇ ਵੱਡੇ ਰੂਪ ਚ ਨੂੰ ਸਟੈਬਲਿਸ਼ ਕੀਤਾ ਸੀ ਨੇਵਨ ਤੇ ਬਦਲਾ ਤੁਰਕਨ ਤੇ ਮੋਹੇ ਪਠਾਇਓ ਗੁਰੂ ਸੈਕਰ ਬੰਦਾ ਮਾਰ ਤੁਕੇ ਕਰ ਖਵਾਰ ਵਜ਼ੀਦੇ ਦੇਹੋ ਉਜਾੜ ਲਟੇ ਹੋ ਸ ਬੰਦਾ ਕਿ ਬਦਲਾ ਜੇਕਰ ਲੈਣ ਦੀ ਗੱਲ ਹੁੰਦੀ ਤੇ ਅੱਜ ਦੇ ਦਿਨ ਤੱਕ ਬਦਲਾ ਲਿਆਦਾ ਚੁੱਕਾ ਸੀ ਫਿਰ ਲੋਗੜ੍ਹ ਨੂੰ ਰਾਜਧਾਨੀ ਬਣਾਉਣ ਦੀ ਲੋੜ ਨਹੀਂ ਸੀ। ਔਰ ਸਿੱਖ ਧਰਮ ਦੇ ਵਿੱਚ ਬਦਲੇ ਦੀ ਪਰਿਭਾਸ਼ਾ ਉਹ ਹੈ ਹੀ ਨਹੀਂ ਜਿਸ ਨੂੰ ਬਣਾਇਆ ਗਿਆ ਬਦਲਾ। ਪਰ ਅਸੀਂ ਸਟੇਜਾਂ ਤੇ ਇਹ ਗੱਲ ਹੀ ਕਹੀ ਕਿ ਗੁਰੂ ਸਾਹਿਬ ਨੇ ਆਪਣੇ ਸਹਬਜ਼ਾਦੇ ਦਾ ਬਦਲਾ ਲੈਣ ਦੇ ਵਾਸਤੇ ਭੇਜਿਆ। ਹੁਣ ਖਿਆਲ ਕਰਿਓ ਬਦਲੇ ਦੀ ਪਰਿਭਾਸ਼ਾ ਪੰਜਾਬੀ ਵਿੱਚ ਕੀ ਹੈ? ਕਿਸੇ ਨੇ ਮੇਰੇ ਪਿਤਾ ਦਾ ਕਤਲ ਕੀਤਾ ਤੇ ਉਹਦੇ ਬਦਲ ਦੇ ਵਿੱਚ ਮੈਂ ਉਹਦੇ ਪਿਤਾ ਦਾ ਕਤਲ ਕਰ ਦੇਵਾਂ ਭਾਵੇਂ ਉਹ ਦੋਸ਼ੀ ਹੋਵੇ ਜਾਂ ਨਾ ਹੋਵੇ। ਬੰਦਾ ਸਿੰਘ ਬਹਾਦਰ ਨੇ ਤਾਂ ਬਦਲਾ ਲਿਆ ਹੀ ਨਹੀਂ। ਸਿੱਖ ਧਰਮ ਦੇ ਵਿੱਚ ਬਦਲੇ ਦੀ ਪ੍ਰਭਾਸ਼ਾ ਹੈ ਕਿ ਜ਼ਾਲਮ ਨੂੰ ਕਰਨੀ ਦਾ ਫਲ ਦੇਣਾ ਬੰਦਾ ਸਿੰਘ ਬਹਾਦਰ ਨੇ ਸਚਾਨੰਦ ਮਾਰਿਆ ਸਚਾਨੰਦ ਦੇ ਪੁੱਤਰ ਨੂੰ ਕੁਛ ਨਹੀਂ ਕਿਹਾ ਵਜ਼ੀਰ ਖਾਨ ਮਾਰਿਆ ਵਜ਼ੀਰ ਖਾਨ ਦੇ ਪੁੱਤਰ ਦੌਲਤ ਮਹਿਮਦ ਨੂੰ ਕੁਛ ਨਹੀਂ ਕਿਹਾ ਸੋ ਇਹਦਾ ਮਤਲਬ ਕਿ ਅਸੀਂ ਬੰਦਾ ਸਿੰਘ ਬਹਾਦਰ ਦੀ ਜਿਹੜੀ ਰਾਜ ਦੀ ਸਥਾਪਨਾ ਦੀ ਘਟਨਾ ਸੀ ਨਾ ਉਹਨੂੰ ਅਸੀਂ ਛੋਟੇ ਜਿਹੇ ਸ਼ਬਦ ਬਦਲੇ 'ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਇੰਜ ਨਹੀਂ ਸੀ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਗੁਰੂ ਸਾਹਿਬ ਨੇ ਹੁਕਮ ਦਿੱਤਾ ਉਸ ਹੁਕਮ 'ਚ ਬਦਲਾ ਸ਼ਬਦ ਦੀ ਪ੍ਰਭਾਸ਼ਾ ਨੂੰ ਵੇਖਣ ਦੀ ਲੋੜ ਹੈ ਮਾਰਤ ਕੇਕਰ ਖਾਰ ਵਜ਼ੀਦੇ ਤੇ ਹੋ ਉਜਾਨ ਡਟੇ ਹੋ ਸਰੰਦਾ ਕਿ ਇਨਾਂ ਜ਼ੁਲਮੀਆਂ ਨੂੰ ਖਤਮ ਕਰਨ ਤੋਂ ਬਾਅਦ ਹਿੰਦੀਮੀ ਰਾਜ ਦੀਸਤ ਆਪਣਾ ਕਰਨੀ ਸੁਪਰਜੋਚਨ ਇੱਕ ਲੋਕਾਂ ਦੇ ਵਾਸਤੇ ਚੰਗਾ ਰਾਜ ਦੇਣਾ ਸੀ ਬਦਲਾ ਸ਼ਬਦ ਉੱਥੇ ਬਹੁਤ ਛੋਟਾ ਰਹਿ ਜਾਂਦਾ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡੇ ਬਾਟੇ ਦੀ ਪਹਲ ਦਿੱਤੀ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਤੇ 20 ਸਿੰਘ ਨਾਰਮੂਰ ਪੰਜਾਬ ਨੂੰ ਤੋਰੇ ਜਿਹੜੇ ਪੰਜ ਪਿਆਰਿਆਂ ਦੇ ਨਾਮ ਨੇ ਜਦੋਂ ਅਸੀਂ ਪ੍ਰਾਤਨ ਸਰੋਤਾਂ ਨੂੰ ਪੜ੍ਹਦੇ ਸੀ ਤੇ ਸਾਡੇ ਸਾਹਮਣੇ ਨਾਮ ਆਉਂਦੇ ਸੀ ਰਾਣ ਸਿੰਘ ਬਾਜ ਸਿੰਘ ਫਤੇ ਸਿੰਘ ਬਨਾਲ ਸਿੰਘ ਤੇ ਕਾਨ ਸਿੰਘ ਪਰ ਜਿਵੇਂ-ਜਿਵੇਂ ਅਗਲੇ ਇਤਿਹਾਸਕਾਰੀ ਦੇ ਵਿੱਚ ਨਵੀਨਤਮ ਸਰੋਤਾਂ ਦੀ ਖੋਜ ਹੋਈ ਹੈ ਹੁਣ ਸਾਡੇ ਕੋਲ ਸਪਸ਼ਟ ਨਾਮ ਆਏ ਨੇ ਕਿ ਇਨ੍ਹਾਂ ਪੰਜਾਂ ਦੇ ਵਿੱਚ ਤਿੰਨ ਸਕੇ ਭਰਾ ਨੇ ਭਗਵੰਦ ਸਿੰਘ ਬਾਜ ਸਿੰਘ ਤੇ ਕੌਰ ਸਿੰਘ ਤੇ ਦੋ ਪਿਤਾ ਤੇ ਪੁੱਤਰ ਨੇ ਬਨਾਲ ਸਿੰਘ ਔਰ ਕਾਨ ਸਿੰਘ ਸੋ ਇਹ ਜਿਹੜੇ ਪੰਜ ਸਿੰਘ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਜਿੰਨਾਂ ਨੇ ਪਾਬਾ ਬੰਦਾ ਸਿੰਘ ਪਹਾਦਰ ਨੂੰ ਸਲਾਹ ਦੇਣੀ ਸੀ ਤੇ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਸਲਾਹ ਦੇ ਅਨੁਕੂਲ ਚੱਲਣਾ ਸੀ ਤੁਸੀਂ ਇੱਕ ਐਡਵਾਈਜ਼ਰੀ ਬੋਰਡ ਵੀ ਕਹਿ ਸਕਦੇ ਹੋ ਬਣਾ ਕੇ ਇਹਦਾਂ ਨੂੰ ਤੋੜਿਆ ਅਗਲੀ ਗੱਲ ਆ ਜਾਂਦੀ ਨਗਾਰਾ ਇਹ ਗੱਲ ਵੱਖਰੀ ਹੈ ਕਿ ਹੁਣ ਸਾਡੇ ਗੁਰਦਵਾਰਿਆਂ ਦੇ ਵਿੱਚੋਂ ਨਗਾਰਾ ਬਚਾਉਣ ਦੀ ਪ੍ਰਥਾ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਔਰ ਨਗਾਰੇ ਦਾ ਵੱਜਣਾ ਵੀ ਬਹੁਤੇ ਪਿੰਡਾਂ ਦੇ ਗੁਰਦਵਾਰਿਆਂ ਦੇ ਵਿੱਚ ਤਾਂ ਇਤੋਂ ਤੱਕ ਹੀ ਸੀਮਤ ਰਹਿ ਗਿਆ ਸੀ ਕਿ ਸ਼ਾਇਦ ਦੱਸਿਆ ਜਾਂਦਾ ਕਿ ਟਾਈਮ ਹੋ ਗਿਆ ਦਰਅਸਲ ਜਿਹੜਾ ਨਗਾਰਾ ਸੀਗਾ ਉਹ ਆਜ਼ਾਦ ਰਾਜ ਦੀ ਧਿਤਿਕ ਸੱਤਾ ਦਾ ਪ੍ਰਤੀਕ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨੀਤ ਨਗਾਰਾ ਤਿਆਰ ਕਰਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਦੋਂ ਪੰਜਾਬ ਵੱਲ ਤੋਰਿਆ ਨਾਮ ਨਗਾਰਾ ਦਿੱਤਾ ਇਹਦਾ ਮਤਲਬ ਕਿ ਉਸ ਵੇਲੇ ਗੁਰੂ ਸਾਹਿਬ ਨੇ ਆਜ਼ਾਦ ਰਾਜਨੀਤਿਕ ਸੱਤਾ ਦੀ ਸਥਾਪਨਾ ਦੇ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਜੇ ਕਿਤੇ ਤੁਹਾਨੂੰ ਇਹ ਕਾਮੇ ਆਲਮਗਿਰੀ ਇੱਕ ਫਾਰਸੀ ਦੀ ਕਿਤਾਬ ਹੈ ਪੜ੍ਹਨ ਦਾ ਮੌਕਾ ਮਿਲੇ ਤੇ ਔਰੰਗਜ਼ੇਬ ਦਾ ਪੁੱਤ ਆਸ਼ਾ ਜادہ ਮੁਜ਼ਮ ਜਿਸ ਨੂੰ 72 ਸ਼ਾਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜਦੋਂ ਉਹ ਕਾਬਲ ਦਾ ਗਵਰਨਰ ਬਣਿਆ ਉਸਨੇ ਨਗਾਰਾ ਵਜਾ ਲਿਆ ਤੇ ਉਸੇ ਵੇਲੇ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੇ ਕਾਬਲ ਦਾ ਗਵਰਨਰ ਬਣਨ ਤੋਂ ਬਾਅਦ ਨਗਾਰਾ ਬਚਾਇਆ ਤੇ ਉਸੇ ਵੇਲੇ ਇੱਕ ਕਾਸਤ ਨੂੰ ਇੱਕ ਮਸੰਜਰ ਨੂੰ ਉਸੇ ਵੇਲੇ ਕਾਬਲ ਭੇਜਿਆ ਸੀ ਉਸ ਨੇ ਕਹਿ ਸੀ ਮੁਅੱਜ਼ਮ ਜੇਕਰ ਤੈਨੂੰ ਕਾਬਲ ਦਾ ਗਵਰਨਰ ਬਣਨ ਦਾ ਇੰਨਾ ਹੀ ਚਾਹ ਹੈ ਨਾ ਤੇ ਚਾਰ ਢੋਲ ਵਜਾਣਾ ਪਰ ਜਿੰਨਾ ਚਿਰ ਮੈਂ ਜਿਉਂਦਾ ਰਹਾ ਤੂੰ ਉਨਾ ਚਿਰ ਨਗਾਰਾ ਨਹੀਂ ਵਜਾ ਸਕਦਾ ਇਹ ਔਰੰਗਜ਼ੇਬ ਦੇ ਭੇਜੇ ਫਰਮਾਨ ਚ ਜੇਕਰ ਮਿਲਦਾ ਕਿ ਨਗਾਰਾ ਉਹ ਵਜਾ ਸਕਦਾ ਸੀ ਜਿਹੜਾ ਅਚਾਰਾਜ ਨੀਤਿਕ ਸੱਤਾ ਦਾ ਮਾਲਿਕ ਕੋ ਵੀ ਸੋ ਐਸੇ ਕਰਕੇ ਹੀ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਦਾ ਨਗਾਰਾ ਵਜਾਉਣਾ ਵਿੱਚ ਚੁਬਦਾ ਔਰ ਪਹਾੜੀ ਰਾਜਿਆਂ ਦੇ ਵੱਲੋਂ ਜਿਹੜੀ ਪਹਿਲੀ ਸ਼ਿਕਾਇਤ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਹੋਈ ਹੈ ਉਹਦੇ ਵਿੱਚ ਵੀ ਨਗਾਰੇ ਦਾ ਹੀ ਜ਼ਿਕਰ ਹੈ ਕਿ ਇਹਨਾਂ ਵੱਲੋਂ ਨਗਾਰਾ ਵਜਾ ਕੇ ਆਜ਼ਾਦ ਰਾਜ ਦਾ ਐਲਾਨ ਕੀਤਾ ਜਾ ਰਿਹਾ ਸੋ ਗੁਰਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਵੱਲ ਭੇਜਿਆ ਨਾਲ ਹੁਕਮਨਾਮੇ ਦਿੱਤੇ ਕਿ ਪੰਜਾਬ ਦੇ ਸਿੱਖਾਂ ਦੇ ਨਾਮ ਜਿਹੜੇ ਹੁਕਮਨਾਮੇ ਸੀ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ ਇੱਥੇ ਜਿਹੜੇ ਇਲਾਕੇ ਫਤਿਹ ਕੀਤੇ ਨੇ ਸਿਹਰਖੰਡਾ ਤੋਂ ਸਥਾਨ ਤੇ ਆ ਕੇ ਬੰਦਾ ਸਿੰਘ ਬਹਾਦਰ ਨੇ ਪਹਿਲਾ विश्राम ਕੀਤਾ ਇੱਥੋਂ ਘੋੜਸਵਾਰ ਸਿੱਖਾਂ ਨੂੰ ਹੁਕਮ ਦੇ ਕੇ ਕਲਗੀਧਰ ਪਾਤਸ਼ਾਹ ਦੇ ਪੰਜਾਬ ਤੇ ਬਾਕੀ ਪਿੰਡਾਂ ਦੇ ਵਿੱਚ ਮਾਝੇ ਮਾਲਵੇ ਦੁਆਬੇ ਦੇ ਵੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਤੋਰਿਆ ਔਰ ਇੱਥੋਂ ਦੇ ਜਿਹੜੇ ਨੇੜੇ ਦੇ ਇਲਾਕੇ ਫਤਿਹ ਕੀਤੇ ਨੇ ਕਪੂਰੀ ਪਿੰਡ ਦੇ ਬ੍ਰਾਹਮਣ ਹਿੰਦੂ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ਦੇ ਵਿੱਚ ਡਿੱਗ ਪਏ ਆ ਕੇ ਬੇਨਤੀ ਕੀਤੀ ਕਿ ਕਪੂਰੀ ਦਾ ਹਾਕਮ ਕਦਮੂਦੀਨ ਜਿਸ ਨੇ ਇਹ ਐਲਾਨ ਕੀਤਾ ਸੀ ਕਿ Hindu ਘਰ ਦੇ ਵਿੱਚ ਜਨਮ ਲੈਣ ਵਾਲੀ ਕੁੜੀ ਜਦੋਂ ਜਵਾਨ ਹੁੰਦੀ ਹੈ ਵਿਆਹ ਦੇ ਕਾਬਲ ਹੁੰਦੀ ਹੈ ਤਾਂ ਉਹ ਸਹੁਰੇ ਘਰ ਬਾਅਦ ਚ ਜਾਵੇਗੀ ਪਹਿਲਾਂ ਮੇਰੇ ਮਹਿਲ ਦੇ ਵਿੱਚ ਜਾਵੇਗੀ ਉਹਨਾਂ ਚਿਰ ਤੱਕ ਉਹ ਸਹੁਰੇ ਘਰ ਨਹੀਂ ਜਾ ਸਕਦੀ ਜਿੰਨਾ ਚਿਰ ਉਹ ਕਦਮੂਦੀਨ ਦੀ ਸਹੀ ਦਾ ਸ਼ਿੰਗਾਰ ਨਹੀਂ ਬਣਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ਨੂੰ ਫਤਿਹ ਕੀਤਾ ਤੇ ਕਦਮੂਦੀਨ ਨੂੰ ਉਸਦੇ ਕੀਤੇ ਦੀ ਸਜ਼ਾ ਦਿੱਤੀ ਅੱਜ ਵੀ ਅੱਜ ਤੋਂ ਹਿੰਦੁਸਤਾਨ ਦੇ ਵਿੱਚ ਕੋਈ ਅਸੀ ਘਟਨਾ ਵਾਪਰਦੀ ਹੈ ਕੋਈ ਰੇਪ ਹੁੰਦਾ ਹੈ ਕੋਈ ਪਲਾਤਕਾਰ ਹੁੰਦਾ ਤਾਂ ਇੱਕਦਮ ਜਿੰਨੀਆਂ ਵੀ ਸਮਾਜ ਸੇਵੀ ਤੋਂ ਲੈ ਕੇ ਰਾਜਸੀ ਜਥੇਬੰਦੀਆਂ ਹੁੰਦੀਆਂ ਨੇ ਇੱਕ ਆਵਾਜ਼ ਜ਼ਰੂਰ ਉਠਾਉਂਦੀਆਂ ਨੇ ਜੀ ਪਲਾਤਕਾਰ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਅਕਸਰ ਇਹ ਆਵਾਜ਼ ਉਠਦੀ ਹੈ ਤੇ ਜੇ ਕਿਤੇ ਤੁਸੀਂ ਸਿੱਖ ਇਤਿਹਾਸ ਦੀ ਖੋਜ ਕਰੋ ਤਾਂ ਤੁਹਾਨੂੰ ਇੱਕ ਵੀ ਮਿਸਾਲ ਐਸੀ ਨਹੀਂ ਮਿਲੇਗੀ ਕੇ 6ਵੇਂ ਪਾਛਾ ਤੋਂ ਲੈ ਕੇ 18ਵੀਂ ਸਦੀ ਤੱਕ ਸਿੱਖਾਂ ਨੇ ਕਦੀ ਕਿਸੇ ਚੰਗੀ ਕੈਦੀ ਨੂੰ ਫੜਨ ਤੋਂ ਬਾਅਦ ਕਤਲ ਕੀਤਾ ਹੋਵੇ ਪਰ ਜੇਕਰ ਫੜਨ ਤੋਂ ਬਾਅਦ ਕਤਲ ਕਰਨ ਦੀਆਂ ਘਟਨਾਵਾਂ ਮਿਲ ਲਗੀਆਂ ਤਾਂ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਬਲਾਤਕਾਰ ਹੀ ਲੈ ਬੱਸੀ ਦਾ ਪਠਾਨ ਜ਼ਬਰ ਖਾਨ ਸੈਬਦੜਾ ਦੀ ਸਿੰਘ ਨੇ ਮਾਰਿਆ ਕਿਉਂਕਿ ਉਸਨੇ ਵੀ ਦੇਵਕੀ ਦਾਸ ਬ੍ਰਾਹਮਣ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ ਕਦਮੂਦੀਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ ਕਿਉਂਕਿ ਉਸਨੇ ਵੀ ਬ੍ਰਾਹਮਣ ਪਰਿਵਾਰ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕੀਤੇ ਸੋ ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਪੰਗੀ ਨੇ ਤੇ ਸਰਦਾਰ ਜੱਸਾ ਸਿੰਘ ਹੁਣਾ ਨੇ ਕਸੂਰ ਦੇ ਨਵਾਬ ਅਸਮਾਨ ਖਾਨ ਨੂੰ ਮਾਰਿਆ ਕਿਉਂਕਿ ਉਸਨੇ ਵੀ ਇੱਕ ਬ੍ਰਾਹਮਣ ਪਰਿਵਾਰ ਦੀ 25 ਦੇ ਨਾਲ ਬਲਾਤਕਾਰ ਕੀਤਾ ਸੀ ਤੇ ਜਦੋਂ ਹਜ਼ਰੂ ਦੇ ਇਲਾਕੇ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਸੀ ਉਸ ਵੇਲੇ ਵੀ ਉਹਨਾਂ ਨੇ ਉੱਥੋਂ ਦੇ ਪਖਾਣਾ ਨੂੰ ਕਤਲ ਕੀਤਾ ਸੀ ਕਿਉਂਕਿ ਉਹਨਾਂ ਨੇ ਇੱਕ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ ਸੋ ਇਹ ਜਿਹੜੇ ਰੇਪਿਸਟ ਸੀਗੇ ਜਿਹੜੇ ਬਲਾਤਕਾਰ ਹੀ ਸੀ ਜੇਕਰ ਇਹਨਾਂ ਦੇ ਵਾਸਤੇ ਕਤਲ ਦੀ ਸਜ਼ਾ ਨਿਰਧਾਰਤ ਕੀਤੀ ਗਈ ਹੈ ਨਾ ਤੇ ਉਹ ਵੀ ਸਿੱਖ ਕਾਨੂੰਨ ਨੇ ਕੀਤੀ ਹੈ ਜਿਸ ਦੇ ਬਾਰੇ ਅੱਜ ਵੀ ਜਦੋਂ ਕੋਈ ਘਟਨਾ ਵਾਪਰਦੀ ਹੈ ਤੇ ਮੰਗ ਉੱਠਦੀ ਹੈ ਕਿ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਚਾਹੀਦੀ ਹੈ ਪਰ ਇਤਿਹਾਸ ਦੇ ਵਿੱਚ ਤੁਸੀਂ ਇੱਕ ਵੀ ਐਸੀ ਉਦਾਹਰਣ ਨਹੀਂ ਦੇ ਪੋਗੇ ਕਿ 6ਵੇਂ ਪਾਤਸ਼ਾਹ ਤੋਂ ਲੈ ਕੇ ਸਾਡੇ ਮਿਸਲਾਂ ਦੇ ਇਤਿਹਾਸ ਤੇ ਸਿੱਖਾਂ ਨੇ ਕਿਸੇ ਜੰਗੀ ਕੈਤੀ ਨੂੰ ਨਿਹੱਥੇ ਨੂੰ ਫੜ ਕੇ ਕਤਲ ਕੀਤਾ ਹੋਵੇ ਇੱਕ ਬਲਾਤਕਾਰੀ ਤੋਂ ਬਿਨ ਬੰਦਾ ਸਿੰਘ ਬਹਾਦਰ ਨੇ ਇਹ ਇਲਾਕਾ ਪੱਤੇ ਕੀਤਾ ਜਦੋਂ ਅੱਗੇ ਆਉਣਾ ਸੀ ਤਾਂ ਸਭ ਤੋਂ ਵੱਡੀ ਸਮੱਸਿਆ ਸੀ ਕਿ ਵਜ਼ੀਰ ਖਾਨ ਦਾ ਆਪਣਾ ਪਿੰਡ ਕੁੰਜਪੁਰਾ ਸੀ ਜਦੋਂ ਕੁੰਜਪੁਰੇ ਦੇ ਉੱਪਰ ਕਬਜ਼ਾ ਕੀਤਾ ਤੇ ਵਜ਼ੀਰ ਖਾਨ ਨੂੰ ਇਹ ਖਬਰਾਂ ਪਹੁੰਚ ਗਈਆਂ ਕਿ ਮੇਰਾ ਪਿੰਡ ਜਿਹੜਾ ਸੀ ਉਹ ਵੀ ਗੁਰਗੋਬਿੰਦ ਸਿੰਘ ਦੇ ਭੇਜੇ ਜਰਮਨ ਬੰਦਾ ਸਿੰਘ ਬਹਾਦਰ ਨੇ ਜਿੱਤ ਲਿਆ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਅਗਲੇ ਦੋ ਨਿਸ਼ਾਨੇ ਬੜੇ ਅਹਿਮ ਸੀ ਇੱਕ ਸਡੋਰੇ ਨੂੰ ਫਤਿਹ ਕਰਨਾ ਇੱਕ ਸਮਾਣਾ ਨੂੰ ਫਤਿਹ ਕਰਨਾ ਸਮਾਣਾ ਜਿਹੜਾ ਇਹ ਸૈયਦ ਮੁਸਲਮਾਨਾਂ ਦਾ ਸ਼ਹਿਰ ਸੀ ਸૈયਦ ਜਿਹੜੇ ਨੇ ਇਹ ਤਕਰੀਬਨ ਜ਼ਿਆਦਾਤਰ ਸૈયਦ ਸੁੰਨੀ ਵੀ ਹੁੰਦੇ ਨੇ ਪਰ ਜਿਆਦਾਤਰ ਜਿਹੜੇ ਸૈયਦ ਪਰਿਵਾਰ ਨੇ ਏਸ਼ੀਆ ਮੁਸਲਮਾਨਾਂ ਦੇ ਨਾਲ ਸੰਬੰਧ ਰੱਖਦੇ ਨੇ ਤੇ ਸૈયਦ ਆਪਣੇ ਆਪ ਨੂੰ ਮੁਹੰਮਦ ਸਾਹਿਬ ਦੇ ਬੇਟੀ Hazrat Fatima ਦੇ ਪਰਿਵਾਰ ਦੇ ਨਾਲ ਜੋੜ ਕੇ ਵੇਖਦੇ ਨੇ ਤੇ ਜਿਹੜਾ ਸਮਾਣਾ ਸ਼ਹਿਰ ਹੈ ਇੱਥੋਂ ਦੇ ਸૈયਦ ਰਾਜਸੀ ਤੌਰ ਦੇ ਉੱਪਰ ਇੰਨੇ ਜਿਆਦਾ ਅਮੀਰ ਕਹਿ ਲੋ ਜਾਂ ਰਾਜਸੀ ਤੌਰ ਤੇ ਇੰਨੀ ਪਹੁੰਚ ਸੀ ਕਿ ਸਮਾਣੇ ਸ਼ਹਿਰ ਦੇ 22 ਸૈયਦ ਪਰਿਵਾਰਾਂ ਨੂੰ ਆਪਣੀ ਪਾਲਕੀ ਤੇ ਆਪਣੇ ਅੰਗ ਰੱਖੇਕ ਰੱਖਣ ਦਾ ਅਧਿਕਾਰ ਮਿਲਿਆ ਹੋਇਆ ਸੀ 22 ਪਰਿਵਾਰਾਂ ਨੂੰ ਤੁਸੀਂ ਕਿਾ ਸਕਦੇ ਹੋ ਕਿ ਇੱਕ ਸ਼ਹਿਰ ਦੇ 22 ਲੋਕਾਂ ਦੇ ਕੋਲ ਅੱਜ ਦੇ ਸਮੇਂ ਦੇ ਹਿਸਾਬ ਨਾਲ ਜੈਡ ਸਕਿਉਰਟੀ ਸੀ ਰਾਜਨੀਤਿਕ ਤੌਰ ਤੇ ਉਹਨਾਂ ਦੀ ਅਪਰੋਚ ਕਿੰਨੀ ਹੋਵੇਗੀ ਤੁਸੀਂ ਅੰਦਾਜ਼ਾ ਲਾ ਸਕਦੇ ਸੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਕਿ ਜਿਹੜਾ ਮੇਰਾ ਅਗਲਾ ਨਿਸ਼ਾਨਾ ਹੈ ਉਹ ਸਮਾਣਾ ਹੈ ਤੇ ਸਮਾਣੇ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਪਾਂ ਦੀ ਲੋੜ ਸੀ ਫਤਿਹ ਕਰਨ ਦੇ ਵਾਸਤੇ ਉਸ ਤੋਪ ਦੀ ਪ੍ਰਾਪਤੀ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਸ਼ਹਿਰ ਨੂੰ ਫਤਿਹ ਕੀਤਾ ਮੁਸਤਫਾ ਬਾਦ ਮੁਸਤਫਾਬਾਦ ਦੀ ਫਤਿਹ ਦਾ ਕਾਰਨ ਸਭ ਤੋਂ ਵੱਡਾ ਇਹ ਸੀ ਕਿ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਮੇਰੇ ਕੋਲ ਉਸ ਸਮੇਂ ਦੀਆਂ ਤੋਪਾਂ ਤੇ ਹੋਰ ਹਥਿਆਰ ਆ ਜਾਣ। ਸੋ ਮੁਸਤਫਾਬਾਦ ਨੂੰ ਫਤਿਹ ਕੀਤਾ ਗਿਆ ਇਸ ਤੋਂ ਪਹਿਲਾਂ ਔਰ ਪਹਿਲੀ ਜਿਹੜੀ ਵੱਡੀ ਤੋਪ ਹੈ ਸਿੱਖਾਂ ਨੂੰ ਜੇ ਕਿਸੇ ਜੰਗ ਦੇ ਵਿੱਚ ਪ੍ਰਾਪਤ ਹੋਈ ਹੈ ਤੇ ਮੁਸਤਫਾਬਾਦ ਵਾਲੀ ਤੋਪ ਸੀ ਜਿਹੜੀ ਸਰਹੰਦ ਤੱਕ ਬਾਅਦ ਦੇ ਵਿੱਚ ਵਰਤੀ ਗਈ ਹੈ। ਮੁਸਤਫਾਬਾਦ ਫਤਿਹ ਕੀਤਾ, ਸਡੋਰਾ ਫਤਿਹ ਕੀਤਾ। ਸਡੋਰੇ ਦੇ ਬਾਰੇ ਆਪ ਜੀ ਸਾਰੇ ਜਾਣਦੇ ਹੋ। ਪੁਰਾਣਾ ਨਾਮ ਸਾਧੂਵਾੜਾ ਸਿੰਘ ਜੇ ਪਿੱਛੇ ਚਲੇ ਜਾਈਏ ਤੇ Hazrat Nizamuddin ਨੂੰ ਅਕਬਰ ਨੇ ਇਹ ਸ਼ਹਿਰ ਦਿੱਤਾ ਸੀ ਅਕਬਰ ਨਜ਼ਾਮੁਦੀਨ ਜਿਹੜੇ ਨੇ ਜਿਨ੍ਹਾਂ ਦੀ ਦਿੱਲੀ ਦੇ ਵਿੱਚ ਜਗਾ ਵੀ ਹੈ ਸૈયਦ ਨਜ਼ਾਮੁਦੀਨ ਨਜ਼ਾਮੁਦੀਨ ਉਹ ਨੀਆ ਨਜ਼ਾਮੁਦੀਨ ਸਟੇਸ਼ਨ ਵੀ ਹੈ ਤੁਸੀਂ ਜਾਣਦੇ ਹੋ ਉਹਨਾਂ ਦਾ ਮਕਬਰਾ ਵੀ ਉੱਥੇ ਬਣਿਆ ਪਿਆ ਹੈ ਇਹ ਖਵਾਜ਼ਾ ਪਖਤਿਆਰ ਕਾਕੀ ਦੇ ਚੇਲੇ ਸੀ ਤੇ ਜਿਹੜੇ ਸਾਡੇ ਸ਼ੇਖ ਫਰੀਦ ਨੇ ਜਿਨ੍ਹਾਂ ਦੀ ਬਾਣੀ ਹੈ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਏ ਦੇ ਵਿੱਚ ਇਹ ਵੀ ਉਸੇ ਸਿਲਸਿਲੇ ਦੇ ਨਾਲ ਸੰਬੰਧ ਰੱਖਦੇ ਨੇ ਸੋ ਹਜ਼ਰਤ ਨਜ਼ਾਮੁਦੀਨ ਦਾ ਬੇਟਾ ਅਬਦੁਲ ਹਮੀਦ ਤੇ ਉਸ ਪਰਿਵਾਰ ਦੇ ਵਿੱਚ ਉਹ ਅਖਮੀ ਪੀੜੀ ਦੇ ਵਿੱਚ ਸੈयद ਬਦਰੁਦੀਨ ਜਨਨੂਸੀ ਪਿਆਰ ਦੇ ਨਾਲ ਪੀਰ ਬਦੂਸ਼ਾ ਜੀ ਆਉਂਦੇ ਹਨ ਜਦੋਂ ਪੰਗਾਣੀ ਦੀ جنگ ਦੇ ਵਿੱਚ ਉਸ ਵੇਲੇ ਸਡੋਰੇ ਦੇ ਹਾਕਮ ਅਸਮਾਨ ਖਾਨ ਨੂੰ ਪਤਾ ਲੱਗਾ ਕਿ ਇਸ ਸ਼ਹਿਰ ਦੇ ਪੀਰ ਜੀ ਨੇ ਆਪਣੇ ਮਰੀਤਾਂ ਦੇ ਨਾਲ ਕਾਫਰ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਹੈ ਤੇ ਜਦੋਂ ਪੀਰ ਜੀ ਵਾਪਸ ਸਡੋਰੇ ਆਏ ਤੇ ਅਸਮਾਨ ਖਾਨ ਨੇ ਪੀਰ ਜੀ ਨੂੰ ਬਹੁਤ ਹੀ ਤਸ਼ੱਦਦ ਕਰਨ ਤੋਂ ਬਾਅਦ ਸ਼ਹੀਦ ਕਰਵਾ ਦਿੱਤਾ ਸੀ ਇੱਕ ਸਰੋਤ ਸਾਨੂੰ ਇਹ ਦੱਸਦਾ ਹੈ ਕਿ ਪੀਰ ਜੀ ਨੂੰ ਜ਼ਮੀਨ ਦੇ ਵਿੱਚ ਗੱਡਿਆ ਗਿਆ ਉਹਨਾਂ ਦੇ ਸਿਰ ਦੇ ਉੱਪਰ ਦਹੀਂ ਤੇ ਗੁੜ ਪਾ ਕੇ ਚੰਗਲੀ ਕੁੱਤੇ ਛੱਡ ਦਿੱਤੇ ਗਏ ਜਿਨ੍ਹਾਂ ਨੇ ਨੋਚ-ਨੋਚ ਕੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰ ਦਿੱਤਾ ਬੰਦਾ ਸਿੰਘ ਬਹਾਦਰ ਜਦੋਂ ਸਡੋਰੇ ਨੂੰ ਫਤਿਹ ਕਰਦਾ ਹੈ ਤੇ ਪੀਰ ਬੁੱਧੂ ਸ਼ਾਹ ਦਾ ਪ੍ਰਵਾਸ ਆ ਕੇ ਬੰਦਾ ਸਿੰਘ ਬਹਾਦਰ ਨੂੰ ਮਿਲਦਾ ਬੰਦਾ ਸਿੰਘ ਬਹਾਦਰ ਉਸ ਸਮੇਂ ਦੇ ਵਿੱਚ ਠਸਕਾ ਘੜਾਮ ਗੁੰਜਪੁਰਾ ਸਿਹਫ ਖੰਡਾ ਕਪੂਰੀ ਮਸਤਬਾਬ ਇਹ ਇਲਾਕੇ ਫਤਿਹ ਕਰ ਚੁੱਕਾ ਸੀ ਔਰ ਬੰਦਾ ਸਿੰਘ ਪਹਾੜਾ ਦਾ ਦਬਦਬਾ ਬਣ ਚੁੱਕਾ ਸੀ ਜਦੋਂ ਬੰਦਾ ਸਿੰਘ ਪਹਾੜਾ ਨੇ ਪੀਰ ਜੀ ਦੇ ਪਰਿਵਾਰ ਨੂੰ ਕਿਹਾ ਮੈਂ ਕਿ ਮੈਂ ਹੁਣ ਇਸ ਇਲਾਕੇ ਨੂੰ ਸਡੋਰੇ ਨੂੰ ਫਤਿਹ ਕਰ ਲਿਆ ਤੁਸੀਂ ਕੀ ਮੰਗਦੇ ਹੋ ਤਾਂ ਉਸ ਸਮੇਂ ਉਹਨਾਂ ਨੇ ਜੋ ਮੰਗਿਆ ਹੈ ਨਾ ਉਹਨਾਂ ਨੇ ਕੋਈ ਉਸ ਦੀ ਸੂਬੇਦਾਰੀ ਨਹੀਂ ਮੰਗੀ ਕੋਈ ਨਾਇਬਦਾਰੀ ਨਹੀਂ ਮੰਗੀ ਕੋਈ ਫੌਜਦਾਰੀ ਨਹੀਂ ਮੰਗੀ ਉਹਨਾਂ ਨੇ ਕਿਹਾ ਕਿ ਸਾਡੀ ਸਿਰਫ ਇੱਕੋ ਹੀ ਮੰਗ ਹੈ ਕਿ ਜਦੋਂ ਪੀਰ ਜੀ ਨੂੰ ਇਹ ਪਤਾ ਲੱਗਾ ਨਾ ਕਿ ਹੁਣ ਅਸਮਾਨ ਖਾਨ ਨੇ ਮੈਨੂੰ ਕਤਲ ਕਰਾ ਦੇਣਾ ਤੇ ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸੀ ਕੰਗਾ ਗੁਰੂ ਸਾਹਿਬ ਨੇੜਾ ਬਖਸ਼ਿਸ਼ ਕੀਤਾ ਸੀ ਉਹ ਪੀਰ ਜੀ ਨੇ ਆਪਣੀ ਹਵੇਲੀ ਦੇ ਵਿੱਚ ਕੰਧ ਦੇ ਵਿੱਚ ਕਿਤੇ ਲੁਕਾਇਆ ਤੁਹਾਡੇ ਕੋਲ ਫੌਜਾਂ ਨੇ ਤੁਸੀਂ ਸਾਨੂੰ ਸਾਡੇ ਪਿਤਾ ਦੀ ਉਹ ਨਿਸ਼ਾਨੀ ਕੱਢ ਕੇ ਸਾਡੀ ਚੋਨੀ ਚ ਪਾ ਦੇ ਪੀਰ ਜੀ ਦੇ ਪਰਿਵਾਰ ਨੇ ਕੇਵਲ ਤੇ ਕੇਵਲ ਬੰਦਾ ਸਿੰਘ ਬਹਾਦਰ ਤੋਂ ਇੰਨੀ ਮਦਦ ਲਈ ਹੈ ਕਿ ਜਿਹੜਾ ਕੰਗਾ ਕਲਗੀਧਰ ਪਾਸ਼ਾ ਨੇ ਭੰਗਾਣੀ ਦੀ ਜੰਗ ਤੋਂ ਬਾਅਦ ਪੀਰ ਜੀ ਦੀ ਝੋਲੀ ਚ ਪਾਇਆ ਸੀ ਉਹ ਕੰਗਾ ਕਟਵਾ ਕੇ ਬਾਪਾ ਬੰਦਾ ਸਿੰਘ ਬਹਾਦਰ ਨੇ ਦੁਬਾਰਾ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਔਰ ਉਹਨਾਂ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਜਿਨ੍ਹਾਂ ਦੇ ਵਿੱਚੋਂ ਨੀਮ ਹیدرਸਾਪ ਅੱਜਕੱਲ ਅਮਰੀਕਾ ਦੇ ਵਿੱਚ ਐਨਏਜ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਕੋਲ ਉਪਿਆ ਹੋਇਆ ਨਾਲ 18ਵੀਂ ਸਦੀ ਦੇ ਸਿੱਖਾਂ ਦਾ ਇੱਕ ਹੁਕਮਨਾਮਾ ਵੀ ਉਸ ਪਰਿਵਾਰ ਦੇ ਕੋਲ ਹੈ ਇੱਕ ਛੋਟੀ ਕਿਰਪਾ ਉਸ ਪਰਿਵਾਰ ਦੇ ਕੋਲ ਹੈ ਇਸ ਇਲਾਕੇ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਫਤਿਹ ਕੀਤਾ ਮੈਂ ਪਹਿਲਾਂ ਵੀ ਸਮਾਣੇ ਬਾਰੇ ਦੱਸ ਚੁੱਕਾ ਹਾਂ ਕਿ ਸਮਾਣਾ ਸੈਯਦ ਲੋਕਾਂ ਦਾ ਸ਼ਹਿਰ ਸੀ ਔਰ ਸਮਾਣੇ ਸ਼ਹਿਰ ਦੇ ਵਿੱਚ 22 ਪਰਿਵਾਰ ਐਸੇ ਸੀ ਜਿਨ੍ਹਾਂ ਨੂੰ ਪਾਲਕੀ ਤੇ ਚੜਨ ਦਾ ਅਧਿਕਾਰ ਸੀ ਜਿਨ੍ਹਾਂ ਦੇ ਕੋਲ ਨਿੱਜੀ ਫੌਜ ਸੀ ਸਮਾਣੇ ਸ਼ਹਿਰ ਦੀ ਤੈਅਮਤ ਕਿਉਂ ਸੀ ਹੁਣ ਦੂਸਰੀ ਗੱਲ ਕਿ ਕਿੰਨੇ ਲੋਕਾਂ ਨੂੰ ਰਾਜਸੀ ਤੌਰ ਤੇ ਪਾਲਕੀ ਰੱਖਣ ਦਾ ਤੇ ਨਿੱਜੀ ਆਗਰ ਰੱਖਿਆ ਕਰਨ ਦਾ ਅਧਿਕਾਰ ਕਿਉਂ ਦਿੱਤਾ ਗਿਆ ਇਹ ਵੀ ਇੱਕ ਸਵਾਲ ਹੈ ਇਹਦਾ ਸਵਾਲ ਦਾ ਜਵਾਬ ਸਾਨੂੰ ਇਸਲਾਮ ਦੀ ਤਵਾਰੀਖ ਚੋਂ ਮਿਲਦਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸਲਾਮ ਦੀ ਰਾਜ ਪ੍ਰਣਾਲੀ ਦੇ ਵਿੱਚ ਦੋ ਤਰ੍ਹਾਂ ਦੇ ਜਲਾਦ ਹੁੰਦੇ ਨੇ ਇੱਕ ਜਲਾਦ ਆਮ ਹੁੰਦੇ ਨੇ ਜਿਹੜੇ ਜਲਾਦ ਆਮ ਜ਼ੁਰਮ ਕਰਨ ਵਾਲੇ ਲੋਕਾਂ ਨੂੰ ਸਜਾਏ ਮੌਦ ਦਿੰਦੇ ਨੇ ਉਹ ਜਲਾਦ ਹੋਰ ਹੁੰਦੇ ਨੇ ਇੱਕ ਜਲਾਦ ਸੈਯਦ ਹੁੰਦੇ ਨੇ ਸੈਯਦ ਜਲਾਦ ਜਿਹੜਾ ਹੁੰਦਾ ਧਾਰਮਿਕ ਵਿਅਕਤੀ ਹੁੰਦਾ ਤੇ ਸੈਯਦ ਦੇ ਕੋਲ ਇਹ ਹੱਕ ਹੁੰਦਾ ਕਿ ਜੇਕਰ ਕਤਲ ਹੋਣ ਵਾਲਾ ਵਿਅਕਤੀ ਆਪਣੀ ਜਾਨ ਬਚਾਉਣ ਦੇ ਵਾਸਤੇ ਦੀਨ-ਏ-ਇਸਲਾਮ 'ਚ ਆਉਣਾ ਚਾਵੇ ਤਾਂ ਸੈਯਦ ਕਰਮਾ ਪੜ੍ਹ ਕੇ ਉਸ ਨੂੰ ਦੀਨ-ਏ-ਇਸਲਾਮ 'ਚ ਲਿਆ ਸਕਦਾ ਇਸੇ ਕਰਕੇ ਗੁਰਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈਯਦ ਪਰਿਵਾਰ ਦੇ ਵਿੱਚੋਂ ਸੈਯਦ ਜਲਾਲਉਦੀਨ ਸੀ ਤੇ ਇਸੇ ਹੀ ਸਮਾਣੇ ਦਾ ਰਾਣ ਵਾਲਾ ਸੀ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕਰਨ ਵਾਲੇ ਇਸੇ ਜਲਾਲਉਦੀਨ ਦੇ ਭਤੀਜੇ ਸ਼ਾਸ਼ਲਬੇਗ ਤੇ ਬਾਸ਼ਲਬੇਗ ਉਹ ਵੀ ਸੈयद ਖਾਨਦਾਨ ਦੇ ਵਿੱਚੋਂ ਸੀ ਤੀਸਰੀ ਗੱਲ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਆਨੰਦਪੁਰ ਸਾਹਿਬ ਘੇਰਾ ਪਿਆ ਤੇ ਔਰੰਗਜ਼ੇਬ ਨੇ ਇੱਕ ਸੈयद ਨੂੰ ਕੁਰਾਨ ਸ਼ਰੀਫ ਦੇ ਉੱਪਰ ਇੱਕ ਕਸਮ ਲਿਖ ਕੇ ਭੇਜਿਆ ਸੀ ਜਿਸ ਦਾ ਜ਼ਿਕਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਵੀ ਕੀਤਾ ਕਿ ਤਸ਼ਰੀਫ ਦਰ ਕਸਬਾ ਕਾਂਗੜ ਕੁਨਦ ਵਜ਼ਾ ਪਸ ਮੁਲਾਕਤ ਬਾਮ ਸ਼ਬਦ ਅੱਗੇ ਗੁਰੂ ਸਾਹਿਬ ਦਾ ਜਵਾਬ ਹੀ ਦਿੰਦੇ ਨੇ ਤੁਰਾਗਰ ਬਬਾਇਤ ਪਕੌਨੇ ਕੁਰਾ ਬਨਿਸਦੇ ਸ਼ਮਾਰਾ ਅਰਸਾਨਮ ਹਮਾ ਔਰੰਗਜ਼ੇਬ ਜੇਤੂ ਆਪਣੀ ਭੇਜੀ ਹੋਈ ਕਸਮ ਵਾਲੀ ਕੁਰਾਨ ਵੇਖਣਾ ਚਾਹੁੰਨਾ ਤੇ ਮੇਰੇ ਕੋਲ ਪਈ ਐ ਉਹ ਜਿਹੜੀ ਕੁਰਾਨ ਲੈ ਕੇ ਗਿਆ ਸੈਯਦ ਬਨੀ ਹਸਨ ਉਹ ਵੀ ਸਮਾਣਾ ਦਾ ਰਹਿਣ ਵਾਲਾ ਸੀ ਸੋ ਸਮਾਣਾ ਸੈਯਦ ਲੋਕਾਂ ਦਾ ਸ਼ਹਿਰ ਸੀ ਤੇ ਜਿੰਨੇ ਨਹੀਂ ਜਲਾਦ ਸੀ ਉਹ ਸਮ ਸੈਯਦ ਜਲਾਦ ਇਸ ਸ਼ਹਿਰ ਦੇ ਵਿੱਚ ਵਸਦੇ ਸੀ ਤੇ ਜਿਹੜੇ ਜਲਾਦ ਸੀ ਉਹਨਾਂ ਤੋਂ ਅਕਸਰ ਲੋਕੀ ਦੁਖੀ ਹੁੰਦੇ ਨੇ ਉਹਨਾਂ ਵਾਸਤੇ ਸਿਕਿਉਰਟੀ ਵੀ ਦਿੱਤੀ ਗਈ ਸੀ ਵੱਖਰੀ ਸੁਰੱਖਿਆ ਦਾ ਪ੍ਰਬੰਧ ਸੀ ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਨੂੰ ਫਤਿਹ ਕੀਤਾ ਸਮਾਣੇ ਦੇ ਲੋਕਾਂ ਨੇ ਇੰਨਾ ਜ਼ਿਆਦਾ ਮੁਕਾਬਲਾ ਨਹੀਂ ਕੀਤਾ ਅਧਾਨਤ ਦੇਨਗੀ ਜਿਹੜੀ ਸੀ ਉਹ ਬਹੁਤ ਛੇਤੀ ਸਵੀਕਾਰ ਕਰ ਲਈ ਪਰ ਉਹਨਾਂ ਨੇ ਨਾਨ ਨਾਨ ਇਹ ਖਬਰਾਂ ਜ਼ਰੂਰ ਵਜ਼ੀਰ ਖਾਨ ਨੂੰ ਭੇਜ ਦਿੱਤੀ ਕਿ ਬੰਦਾ ਸਿੰਘ ਬਹਾਦਰ ਨੇ ਆ ਆ ਇਲਾਕੇ ਫਤਿਹ ਕਰ ਲਏ ਨੇ ਹੁਣ ਅਗਲਾ ਨਿਸ਼ਾਨਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਉਹ ਸਰਹੰਦ ਸੀ ਹੁਣ ਅਸੀਂ ਇਸ ਮੁੱਦੇ ਦੇ ਉੱਪਰ ਆ ਜਾਈਏ ਜਿਹੜਾ ਬਹੁਤ ਅਹਿਮ ਹੈ ਕਿ ਪਾਪਾ ਬੰਦਾ ਸਿੰਘ ਬਹਾਦਰ ਦੇ ਕੋਲ ਕਾਫੀ ਸਾਰੀਆਂ ਫੌਜਾਂ ਕਾਫੀ ਸਾਰੇ ਸਿੱਖ ਤੇ ਹਥਿਆਰ ਆ ਚੁੱਕੇ ਨੇ ਵਜ਼ੀਰ ਖਾਨ ਉਸ ਵੇਲੇ ਤਿਆਰੀ ਕਰ ਰਿਹਾ ਇੱਕ ਬੜੀ ਅਹਿਮ ਗੱਲ ਹੈ ਇੱਕ ਸਰੋਤ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਰਦਾਰ ਰਤਨ ਸਿੰਘ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਨੇ ਕਿ ਅਸੀਂ ਹਮਲਾ ਕਿਉਂ ਨਹੀਂ ਕਰ ਰਹੇ ਸਰਹੰਦ ਦੇ ਉੱਪਰ ਤੁਸੀਂ ਇੰਤਜ਼ਾਰ ਕਿਉਂ ਕਰ ਰਹੇ ਹੋ ਤੇ ਬੰਦਾ ਸਿੰਘ ਬਹਾਦਰ ਬੜੀ ਸਹਿਜ ਦੇ ਨਾਲ ਕਹਿੰਦਾ ਅਜੇ ਰੁਕ ਜਾਓ ਅਗਲੇ ਦਿਨ ਇਹੀ ਸਵਾਲ ਬਾਜ ਸਿੰਘ ਕਰਦਾ ਹੈ ਕਿ ਅਸੀਂ ਸਰਹੰਦ ਦੇ ਉੱਪਰ ਹਮਲਾ ਕਰਨ 'ਚ ਦੇਰੀ ਕਿਉਂ ਕਰ ਰਹੇ ਜਦੋਂ ਕਿ ਵਜ਼ੀਰ ਖਾਨ ਤਾਂ ਆਪਣੀਆਂ ਫੌਜਾਂ ਨੂੰ ਜਹਾਦ ਦੇ ਨਾਮ ਦੇ ਉੱਪਰ ਇਕੱਠਾ ਕਰ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਹਮਲਾ ਕਿਉਂ ਨਹੀਂ ਕਰ ਰਹੇ ਤੀਸੇ ਦਿਨ ਬੰਦਾ ਸਿੰਘ ਬਹਾਦਰ ਦਾ ਜਵਾਬ ਬੜਾ ਪਿਆਰਾ ਹੈ ਕਹਿੰਦਾ ਕਿ ਸਰਹੰਦ ਇਹ ਵੇਖਿਓ ਆਪੂ ਕਿਵੇਂ ਦੇ ਹੁੰਦੇ ਨੇ ਉਹ ਆਪ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਐਂ ਤੁਸੀਂ ਵੇਖੋ ਬੰਦਾ ਸਿੰਘ ਕਹਿੰਦਾ ਹੈ ਕਿ ਸਰਹੰਦ ਦੇ ਵਿੱਚ ਜੋ ਕੁਕਰਮ ਵਜ਼ੀਰ ਖਾਨ ਨੇ ਕੀਤੇ ਨੇ ਗੁਰੂ ਸਾਹਿਬ ਦੇ ਛੋਟੇ ਸਰਜੰਦਾ ਨੂੰ ਸ਼ਹੀਦ ਕਰਕੇ ਉਹਨਾਂ ਦੇ ਪ੍ਰਤੀ ਸਾਰੀ ਕੌਮ ਦੇ ਵਿੱਚ ਪ੍ਰਾਪਰ ਦਾ ਗੁੱਸਾ ਹੈ ਤੇ ਮੈਂ ਚਾਹੁੰਨਾ ਹੈ ਕਿ ਸਰਹੰਦ ਨੂੰ ਉਦੋਂ ਫਤਿਹ ਕੀਤਾ ਜਾਵੇ ਜਦੋਂ ਤੱਕ ਮਾਝੇ ਮਾਲਵੇ ਦੁਆਪੇ ਦੇ ਜਿਹੜੇ ਸਿੰਘਾਂ ਨੂੰ ਹੁਕਮਨਾਮੇ ਭੇਜੇ ਗਏ ਨੇ ਉਹ ਸਾਰੇ ਆ ਜਾਣ ਤਾਂ ਜੋ ਇਸ ਫਤਿਹਯਾਪੀ ਦੇ ਵਿੱਚ ਇਸ ਜਿੱਤ ਦੇ ਵਿੱਚ ਉਹ ਵੀ ਸ਼ਰੀਕ ਹੋਣ ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹਾਂ। ਔਲੀ ਔਲੀ ਇਹ ਜਿਹੜੇ ਸਿੱਖ ਸੀ ਜਿਨ੍ਹਾਂ ਜੋ ਹੁਕਮਨਾਮੇ ਪਹੁੰਚੇ ਬੰਦਾ ਸਿੰਘ ਬਹਾਦਰ ਨੂੰ ਇੱਥੇ ਤੁਹਾਡੇ ਨੇੜੇ ਰੋਪੜ ਦੇ ਸਥਾਨ ਦੇ ਉੱਪਰ ਆ ਕੇ ਮਿਲੇ ਸੋ ਇਹ ਜਿਹੜਾ ਪਹਿਲਾ ਮੁਲਾਮਾ ਬੰਦਾ ਸਿੰਘ ਬਹਾਦਰ ਦਾ ਤੇ ਮਾਝੇ ਔਰ ਦੁਆਪੇ ਤੋਂ ਆਏ ਸਿੰਘਾਂ ਦਾ ਇਹ ਦੋਪੜ ਦੇ ਕੋਲ ਹੋਇਆ ਪਰ ਇਹਨਾਂ ਸਿੱਖਾਂ ਨੂੰ ਰੋਕਣ ਦੇ ਵਾਸਤੇ ਬਹੁਤ ਭਿਆਨਕ ਜੰਗ ਵੀ ਹੋਇਆ ਇਹਨਾਂ ਦਾ ਰਾਹ ਰੋਕਿਆ ਸੀ ਮਲੇਰ ਕੋਟਲੇ ਵਾਲੇ ਪਠਾਨਾਂ ਨੇ ਅੱਗੇ ਜਾ ਕੇ ਜ਼ਿਕਰ ਕਰਾਂਗੇ ਅਸੀਂ ਹਾ ਦੇ ਨਾਰੇ ਦਾ ਬਹੁਤ ਜ਼ਿਕਰ ਕਰਦੇ ਹਾਂ ਕੁਦਰਤ ਸਾਡਾ ਫਰਜ਼ ਵੀ ਬਣਦਾ ਹੈ ਕਿ ਸਹਿਬਜ਼ਾਦਾ ਦੀ ਸ਼ਹਾਦਤ ਦੇ ਸਮੇਂ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਨਾਰਾ ਮਾਰਨ ਤੋਂ ਬਾਅਦ ਉਹ ਸਿੱਖਾਂ ਦਾ ਹਮਾਇਤੀ ਹੋ ਗਿਆ ਜਾ ਉਹ ਪਹਿਲਾ ਸਿੱਖਾਂ ਦਾ ਹਮੈਤੀ ਸੀ ਐਵੇਂ ਦੀ ਬਿਲਕੁਲ ਕੋਈ ਗੱਲ ਨਹੀਂ ਐ ਆਨੰਦਪੁਰ ਦੇ ਘੇਰੇ ਦੇ ਵਿੱਚ ਵੀ ਮਲੇਰ ਕੋਟਲੇ ਦੇ ਸਾਰੇ ਪਠਾਨ ਸ਼ਾਮਲ ਸੀ ਸਰਸਾ ਦੇ ਕੰਡੇ ਦੇ ਉੱਪਰ ਜਿਹੜੀ ਜੰਗ ਹੋਈ ਹੈ ਉਹਦੇ ਵਿੱਚ ਮਲੇਰ ਕੋਟਲੇ ਦੇ ਸਾਰਾ ਪਠਾਨ ਖਾਨਦਾਨ ਜਿਹੜਾ ਸ਼ਾਮਲ ਸੀ ਜਿਹੜੀ ਮਲਕਪੁਰ ਰੰਗਣਾ ਦੇ ਵਿੱਚ ਲੜਾਈ ਹੋਈ ਹੈ ਜਿੱਥੇ ਸ਼ਹੀਦ ਹੋਏ ਨੇ ਜ਼ਖਮੀ ਹੋਏ ਨੇ ਬਚਿੱਤਰ ਸਿੰਘ ਤੇ 100 ਸਿੱਖ ਸ਼ਹੀਦ ਹੋਏ ਨੇ ਉੱਥੇ ਵੀ ਮਲੇਰ ਕੋਟਲਿਆ ਖਾਨਦਾਨ ਸੀ ਔਰ ਜਦੋਂ ਚਮਕੌਰ ਨੂੰ ਘੇਰਾ ਪਾਇਆ ਗਿਆ ਮਲੇਰ ਕੋਟਲੇ ਦੇ ਪਠਾਨ ਉਹਦੇ ਵਿੱਚ ਵੀ ਸ਼ਾਮਲ ਸੀ ਇਸੇ ਹੀ ਸ਼ੇਰ ਮੁਹੰਮਦ ਖਾਨ ਦਾ ਪ੍ਰਾ ਨਾਹਰ ਖਾਨ ਸੀ ਜਿਹੜਾ ਗੁਰਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਾਰਿਆ ਗਿਆ ਜੀਦਾ ਜ਼ਿਕਰ ਗੁਰਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਵੀ ਕਰਦੇ ਨੇ ਚੁਦੀ ਤਮ ਬਾ ਨਾਹਰ ਬਾ ਆਮਦ ਬਾ ਜੰਗ ਚ ਸੀਤੇ ਜੱਕੇ ਤੀਰ ਮਨ ਬੇਤਰੰਗ ਕਿ ਜਦੋਂ ਮੈਂ ਨਾਹਰ ਖਾਨ ਨੂੰ ਮੈਦਾਨੇ ਜੰਗ ਦੇ ਵਿੱਚ ਆਉਂਦਾ ਵੇਖਿਆ ਤੇ ਮੈਂ ਆਪਣੇ ਕਮਾਨ ਦੇ ਵਿੱਚੋਂ ਇੱਕ ਤੀਰ ਖਿੱਚਿਆ ਤੇ ਨਾਹਰ ਖਾਨ ਨੂੰ ਜ਼ਮੀਨ ਤੇ ਸੁੱਟ ਦਿੱਤਾ ਮੈਂ ਸ਼ੁਰੂਆਤ 'ਚ ਵੀ ਕਿਹਾ ਸੀ ਇਤਿਹਾਸਕਾਰੀ ਦੇ ਵਿੱਚ ਅਸੀਂ ਸਰੋਤਾਂ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਪੁੱਟ ਸਕਦੇ ਕੋਣ ਖਿਆਲ ਕਰਿਓ ਕਿ ਚਮਕੌਰ ਦੀ ਗੜੀ ਦੇ ਵਿੱਚੋਂ ਤੀਰ ਚਲਾਉਣਾ ਤੇ ਨਾਹਰਖਾਨ ਆਪਣੀ ਫੌਜ ਦੇ ਵਿੱਚੋਂ ਆ ਰਿਹਾ ਉਹਨੂੰ ਜ਼ਮੀਨ ਤੇ ਸੁੱਟ ਦੇਣਾ ਉਸ ਤੀਰ ਦਾ ਬਲ ਕਿੰਨਾ ਹੋਵੇਗਾ ਇਸ ਨੂੰ ਅਸੀਂ ਟੈਂਸਾਈਲ ਪਾਵਰ ਕਹਿੰਦੇ ਹਾਂ ਕਿ ਤੰਦੀ ਦੀ ਖਿੱਚ ਕਿੰਨੀ ਹੁੰਦੀ ਹੈ ਜਿਸ ਤੰਦੀ ਦੇ ਨਾਲ ਤੀਰ ਚਲਾਇਆ ਜਾਂਦਾ ਹਰ ਕਮਾਨ ਦੀ ਇੱਕ ਵੱਖਰੀ ਟੈਂਸਾਈਲ ਪਾਵਰ ਹੁੰਦੀ ਹੈ ਅੱਜ ਜਿੰਨੇ ਵੀ ਆਰਚਰੀ ਦੇ ਮੁਕਾਬਲੇ ਹੁੰਦੇ ਨੇ ਜਿੰਨੇ ਵੀ ਤੀਰ ਅੰਦਾਜ਼ੀ ਦੇ ਮੁਕਾਬਲੇ ਹੁੰਦੇ ਨੇ ਮੈਂ ਕਈ ਵਾਰੀ ਗਿਆ ਵੀ ਮੈਨੂੰ ਜਾਣ ਦਾ ਮੌਕਾ ਮਿਲਦਾ ਉਦੇ ਵਿੱਚ ਹਰ ਕਮਾਨ ਦੀ ਇੱਕ ਟੈਂਸਾਈਲ ਪਾਵਰ ਹੁੰਦੀ ਹੈ ਕਿ ਇਹ 50 ਪਾਉਂਡ ਦਾ ਕਮਾਨ ਹੈ ਇਹ 100 ਪਾਉਂਡ ਦਾ ਕਮਾਨ ਹੈ ਜਿਹੜਾ 150 ਪਾਉਂਡ ਦੀ ਟੈਂਸਾਈਲ ਪਾਵਰ ਵਾਲਾ ਕਮਾਨ ਚਲਾਉਂਦਾ ਹੈ ਨਾ ਉਹਨੂੰ ਬੜਾ ਚੰਗਾ ਅੱਜ ਤੀਰ ਅੰਦਾਜ਼ ਗਿਣਿਆ ਜਾਂਦਾ ਹੈ ਕਿ ਇਹਦੀਆਂ ਬਾਹਾਂਵਾਂ ਦੇ ਵਿੱਚ ਇੰਨਾ ਦਮ ਹੈ ਕਿ ਇਹ ਇੰਨੀ ਟੈਂਸਾਈਲ ਪਾਵਰ ਵਾਲੀ ਤੰਦੀ ਨੂੰ ਖਿੱਚ ਸਕਦਾ ਹੈ ਹੁਣ ਗੁਰੂ ਸਾਹਿਬ ਦਾ ਜਿਹੜਾ ਕਮਾਨ ਹੈ ਉਹਦੀ ਟੈਂਸਾਈਲ ਪਾਵਰ ਕਿੰਨੀ ਹੋਵੇਗੀ ਮਹਾਨ ਕੋਸ਼ ਤਕਰੀਬਨ ਤੁਸੀਂ ਸਾਰਿਆਂ ਨੇ ਪੜਿਆ ਮਹਾਨ ਕੋਸ਼ ਤੇ ਇੱਕ ਐਂਟਰੀ ਹੈ ਨੌ ਟੰਕੀ ਕਮਾਨ ਉਹਦੇ ਥੱਲੇ ਕਾਨ ਸਿੰਘ ਰਾਪਾ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਨ ਦੀ 10 ਸਾਈਲ ਪਾਵਰ ਜਿਹੜੀ 9 ਟੰਕ ਸੀ ਉਸ ਨੂੰ 9 ਟੰਕੀ ਕਮਾਨ ਕਿਹਾ ਜਾਂਦਾ ਸੀ ਤੇ ਇੱਕ ਟੰਕ ਜਿਹੜਾ ਉਹਦੇ ਵਿੱਚ 24 ਕਿਲੋ 983 ਗ੍ਰਾਮ ਹੁੰਦੇ ਨੇ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਨ ਦੀ 10 ਸਾਈਲ ਪਾਵਰ 496 ਪਾਉਂਡ ਦੇ ਕਰੀਬ ਪੜ। ਫਿਰ ਇੱਕ ਅਫਸੋਸ ਹੈ ਇੱਕ ਟਰੈਸ ਦੀ ਹੈ ਕਿ ਸਾਡੇ ਕੋਲ ਅਸਲੀ ਕਮਾਨ ਤਾਂ ਹੈ ਨਹੀਂ ਸੀ। ਕਿਤੇ ਉਸ ਕਮਾਨ ਦਾ ਰੈਪਲੀਕਾ ਬਣਾ ਕੇ ਵੀ ਅਸੀਂ ਕਿਸੇ ਗੁਰਦੁਆਰੇ ਜਾਂ ਮਿਊਜ਼ੀਅਮ ਚ ਲਈ ਰੱਖ ਸਕੇ ਕਿ ਗੁਰੂ ਸਾਹਿਬ ਦੀਆਂ ਬਾਹਾਂ ਦੇ ਵਿੱਚ ਇੰਨਾ ਬਲ ਸੀ ਜਿਹੜੇ ਇੰਨੀ ਟਨ ਸਾਈਲ ਪਾਵਰ ਦਾ ਕਮਾਨ ਖਿੱਚਿਆ ਕਰਦੇ ਸੀ ਸਰੋਤ ਸਾਡੇ ਕੋਲ ਨੇ ਸਰਦਾਰ ਕਾਂਤ ਸਿੰਘ ਨਾਭਾ ਨੇ 9 ਟਨ ਕੀ ਲਿਖਿਆ ਸੰਤੋਖ ਸਿੰਘ ਜੁਣਾ ਨੇ 9 ਟਨ ਕੀ ਲਿਖਿਆ ਸਰੋਤ ਸਾਡੇ ਕੋਲ ਨੇ ਪਰ ਇਤਿਹਾਸ ਨੂੰ ਸਾਹਮਣ ਦਾ ਸੀ ਕਿਤੇ ਵੀ ਅਜੇ ਤੱਕ ਯਤਨ ਨਹੀਂ ਕੀਤਾ ਖੈ ਇੱਥੇ ਬੰਦਾ ਸਿੰਘ ਬਹਾਦਰ ਦਾ ਤੇ ਮਾਚੇ ਮਾਲਵੇ ਤੋਂ ਆਏ ਸਿੰਘਾਂ ਦਾ ਮਿਲਾਪ ਹੋਇਆ ਹੁਣ ਅਗਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹੁਕਮ ਦਿੱਤਾ ਸੀ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵੱਲ ਤੁਰਨ ਲੱਗਿਆ ਉਹਨਾਂ ਦੇ ਵਿੱਚੋਂ ਦੋ ਹੁਕਮ ਬੜੇ ਅਹਿਮ ਨੇ ਪਹਿਲਾ ਹੁਕਮ ਸੀ ਕਿ ਕਿਸੇ ਵੀ ਧਰਮ ਦੇ ਧਰਮ ਸਥਾਨ ਦੀ ਬਿਦਬੀ ਨਹੀਂ ਕਰਨੀ ਤੇ ਦੂਸਰਾ ਹੁਕਮ ਸੀ ਮੈਦਾਨੇ ਜੰਗ ਦੀ ਚੋਣ ਆਪ ਕਰਨੀ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ ਨਹੀਂ ਕੀਤਾ ਬਲਕਿ ਚੱਪੜਚੜੀ ਦੇ ਮੈਦਾਨ ਦੇ ਵਿੱਚ ਇਹ ਅੱਜ ਅਸੀਂ ਜਦੋਂ ਅਸੀਂ ਉਹ ਪ੍ਰੋਨਨਸੀਏਟ ਕਰਦੇ ਹਾਂ ਤਾਂ ਚੱਪੜਚੜੀ ਕਿਉਂਕਿ ਸਭ ਤੋਂ ਪਹਿਲਾਂ ਇਸ ਪਿੰਡ ਦਾ ਨਾਮ ਜਿਹੜਾ ਸਾਨੂੰ ਡਾਕਟਰ ਵਿਲੀਅਮ ਇਰੇਵਿੰਦੀ ਕਿਤਾਬ ਦਾ ਲੇਟਰ ਮੋਗਲਸ ਦੇ ਵਿੱਚ ਮਿਲਦਾ ਛੱਪੜ ਔਰ ਚਿੜੀ ਰੁੱਖਾਂ ਦੀ ਚਿੜੀ ਹੋਣਾ ਤੇ ਪਾਣੀ ਦਾ ਸਰੋਤ ਹੋਣਾ ਇਹ ਸ਼ਬਦ ਸੀ ਛੱਪੜ ਚਿੜੀ ਜਿਸ ਤੋਂ ਬਦਲ ਕੇ ਹੌਲੀ ਹੌਲੀ ਚੱਪਟ ਚਿੜੀ ਦਾ ਮੈਦਾਨ ਜਿਹੜਾ ਉਹ ਸਾਡੇ ਮਾਨਸਿਕਤਾ ਦੇ ਵਿੱਚ ਘਰ ਕਰ ਚੁੱਕਾ ਗਿਆ ਜਿਹੜਾ ਪਹਿਲਾ ਨਾਮ ਸੀ ਉਹ ਛੱਪੜ ਚਿੜੀ ਸੀ ਹੁਣ ਛੱਪੜ ਨੂੰ CH ਦੇ ਨਾਲ ਲਿਖਿਆ ਜਾਂਦਾ ਉਹਦੇ ਕਰਕੇ ਅਸੀਂ ਚੱਪਟ ਚਿੜੀ ਨੂੰ ਪ੍ਰੋਨਨਸੀਏਟ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਪ੍ਰਾਤਨ ਨਾਮ ਸੀ ਛੱਪੜ ਚਿੜੀ ਕਿ ਉੱਥੇ ਰੁੱਖ ਵੀ ਸੀ ਔਰ ਪਾਣੀ ਦਾ ਸਰੋਤ ਵੀ ਸੀ ਛਿੜੀ ਵੀ ਸੀ ਔਰ ਛੱਪੜ ਵੀ ਸੀ ਜਿਸ ਕਰਕੇ ਇਸ ਦਾ ਨਾਮ ਛੱਪੜ ਛਿੜੀ ਹੈ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੱਖ ਸੈਨਿਕਾਂ ਦੇ ਨਾਲ ਉਸ ਜਗ੍ਹਾ ਦੇ ਉੱਪਰ ਜਿਹੜਾ ਉਹ ਡੇਰਾ ਕੀਤਾ ਹੁਣ ਇੱਕ ਇੱਥੇ ਸਵਾਲ ਫਿਰ ਪੈਦਾ ਹੋਇਆ ਉਹ ਸਵਾਲ ਇਹ ਪੈਦਾ ਹੋਇਆ ਕਿ ਸਰਦਾਰ ਫਤਿਹ ਸਿੰਘ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਨੇ ਕਿ ਸਾਡੀ ਫੌਜ ਦੇ ਵਿੱਚ ਬਹੁਤ ਲੋਕ ਐਸੇ ਨੇ ਜਿਹੜੇ ਲੁੱਟਮਾਰ ਦੀ ਨੀਤ ਨਾਲ ਸ਼ਾਮਲ ਹੋਏ ਨੇ ਇਹ ਮੈਦਾਨੇ ਜੰਗ ਦੇ ਵਿੱਚੋਂ ਭੱਜ ਜਾਣਗੇ ਇਹਨਾਂ ਨੂੰ ਹੁਣ ਹੀ ਵੱਖਰੇ ਕਰ ਦੇਣਾ ਚਾਹੀਦਾ ਹੈ ਹੁਣ ਉਹ ਜੁੱਧ ਨੀਤੀ ਦਾ ਐਸਾ ਜਰਨੈਲ ਹੈ ਉਹ ਕਹਿੰਦਾ ਬੇਸ਼ੱਕ ਇਹ ਲੁੱਟਮਾਰ ਦੀ ਨੀਅਤ ਦੇ ਨਾਲ ਸ਼ਾਮਲ ਹੋਏ ਨੇ ਪਰ ਲੁੱਟਮਾਰ ਕਰਨ ਤੋਂ ਬਾਅਦ ਜਦੋਂ ਇਹ ਪਿੰਡਾਂ ਦੇ ਵਿੱਚ ਜਾਣਗੇ ਨਾ ਤੇ ਲੋਕਾਂ ਤੱਕ ਸਾਡੀ ਇਹ ਖਬਰ ਤਾਂ ਪਹੁੰਚ ਜਾਵੇਗੀ ਨਾ ਕਿ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰ ਲਿਆ ਉਹਦੀ ਲੁੱਟਮਾਰ ਹੋ ਚੁੱਕੀ ਹੈ ਇਹ ਸਾਡਾ ਸੋਰਸ ਆਫ ਇਨਫੋਰਮੇਸ਼ਨ ਤੇ ਆਇਆ ਨਾ ਲੋਕਾਂ ਤੱਕ ਸਾਡੀਆਂ ਖਬਰਾਂ ਤੇ ਪਹੁੰਚਣਗੀਆਂ ਨਾ ਸੋ ਇਹ ਉਸ ਜਰਨੈਲ ਦੀ ਜੁੱਧ ਨੀਤੀ ਹੈ ਇੱਕ ਬੜਾ ਅਹਿਮ ਤੱਥ ਹੈ ਇਸ ਜੁੱਧ ਨੀਤੀ ਦੇ ਵਿੱਚ ਸੋ ਬੰਦਾ ਸਿੰਘ ਬਹਾਦਰ ਨੇ ਉਸ ਜਗ੍ਹਾ ਦੇ ਪਰ ਆਪਣੀਆਂ ਫੌਜਾਂ ਤਾਇਨਾਤ ਕੀਤੀਆਂ ਔਰ ਵਜ਼ੀਰ ਖਾਨ ਨੂੰ ਬਕਾਇਦਾ ਇੱਕ ਚਿੱਠੀ ਵੀ ਲਿਖੀ ਐ ਇਸ ਚਿੱਠੀ ਦਾ ਜ਼ਿਕਰ ਸਾਨੂੰ ਮਿਲਦਾ ਹੈ ਅਖਬਾਰ ਅਤ ਤੇ ਦਰਬਾਰੇ ਮੋਲਾ ਦੇ ਵਿੱਚ ਔਰ ਚਿੱਠੀ ਲਿਖਣ ਦੀ ਜਿਹੜੀ ਤਰੀਕ ਹੈ ਸਾਨੂੰ ਪਾਚ ਦੀ ਮਿਲਦੀ ਹੈ ਇਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਬੇਸ਼ੱਕ ਅਸੀਂ ਦਿਹਾੜੇ ਮਨਾਉਨੇ ਆ ਪਰ ਸਿੱਖ ਇਤਿਹਾਸ ਸਰਚ ਬੋਰਡ ਦੀ ਕੋਈ ਵਧੀਆ ਕਾਇਮੀ ਨਾ ਹੋਣ ਕਰਕੇ ਅਸੀਂ ਅਜੇ ਤੱਕ ਤਰਦੀਕਾਂ ਨਰਹਾਤ ਨਹੀਂ ਕਰ ਸਕੇ ਜਿਹੜੀਆਂ ਸਾਡੀਆਂ ਕੁਝ ਸਰੋਤ ਨੇ ਉਹ 12 ਮਈ 1710 ਦੀ ਗੱਲ ਕਰਦੇ ਨੇ, ਕੁਝ 24 ਮਈ 1710 ਦੀ ਗੱਲ ਕਰਦੇ ਨੇ। ਇਸੇ ਤਰ੍ਹਾਂ ਕੁਝ ਸਰੋਤ 22 ਮਈ ਦੀ ਗੱਲ ਕਰਦੇ ਨੇ, ਕੁਝ ਸਰੋਤ ਇੱਕ ਹਾੜ ਦੀ ਗੱਲ ਕਰਦੇ ਨੇ। ਇੱਕ ਹਾੜ ਨੂੰ ਜਦੋਂ ਅਸੀਂ ਗ੍ਰੈਗੋਰੀਅਨ ਦੇ ਵਿੱਚ ਕਨਵਰਟ ਕਰਾਂਗੇ ਤੇ 15 ਜੂਨ ਬਣਦੀ ਹੈ। ਸੋ ਅਜੇ ਤੱਕ ਅਸੀਂ ਸਰਹੰਦ ਨੂੰ ਫਤਿਹ ਕਰਨ ਦੀ ਤਰੀਕ ਵੀ ਅਸੀਂ ਅਜੇ ਤੱਕ ਇੱਕ ਨਿਰਧਾਰਤ ਨਹੀਂ ਕਰ ਸਕੇ। ਜਿੰਨੇ ਸਾਡੇ ਲਿਖਾਰੀ ਨੇ ਉਹਨੀਆਂ ਤਰੀਕਾਂ ਨੇ। ਸਭ ਤੋਂ ਵੱਡੀ ਘਾਟ ਹੈ ਕਿ ਸਾਡਾ ਕੋਈ ਰਿਸਰਚ ਬੋਰਡ ਨਹੀਂ ਹੈ। ਜੀਤੇ ਵਿੱਚ ਸੀ ਇੱਕ ਤਰੀਕ ਨੂੰ ਇੱਕ ਜਗ੍ਹਾ ਨੂੰ ਉਹਦੇ ਕਰੋਨੋਗ੍ਰਾਫਿਕ ਫੇਸ ਨੂੰ ਨਿਰਧਾਰਿਤ ਕਰ ਸਕੀਏ ਜਿਹੜਾ ਕਿ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਤਵਾਰੀਖ ਕੋਈ ਬਹੁਤੀ ਪੁਰਾਣੀ ਨਹੀਂ ਹੈ ਉਸ ਨੂੰ ਨਜ਼ਰਅਤ ਕੀਤਾ ਜਾ ਸਕਦਾ ਸਾਡੇ ਕੋਲ ਸਰੋਤ ਨੇ ਪਰ ਅਜੇ ਤੱਕ ਜਿਹੜੀ ਸਾਡੀ ਮੈਨਾਂ ਮੰਨੂ ਦੀ ਜਿਹਦੇ ਨਾਲ ਕਿ ਜੋ ਮੈਨ ਦਿਖ ਦਿੱਤਾ ਹੈ ਉਹੀ ਅੰਤਮ ਸੱਚ ਹੈ ਉਹੀ ਸਾਡੇ ਇਤਿਹਾਸ ਨੂੰ ਕਿਸੇ ਪਾਸੇ ਨਹੀਂ ਲੱਗਣ ਦੇ ਰਹੀ ਖੈਰ ਵਜ਼ੀਰ ਖਾਨ ਲਈ ਸਟਾਫ ਦਾ ਪਤਾ ਲੱਗ ਗਿਆ ਤੇ ਸਭ ਤੋਂ ਪਹਿਲਾਂ ਇੱਕ ਅੰਦਰ ਨੀਤੀ ਤਿਆਰ ਕੀਤੀ ਗਈ ਹੈ ਕਿ ਕਿਸੇ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਭੱਜ ਦੌੜ ਪੈਦਾ ਕੀਤੀ ਜਾ ਸਕੇ। ਉਸ ਭੱਜ ਦੌੜ ਨੂੰ ਪੈਦਾ ਕਰਨ ਦੇ ਵਾਸਤੇ ਜਰਨੈਲ ਨੂੰ ਚੁਣਿਆ ਗਿਆ ਕਿ ਕਿਹੜਾ ਜਰਨੈਲ ਹੈ ਜਿਹੜੀ ਐਸੀ ਭੂਮਿਕਾ ਨਿਭਾ ਸਕੇ। ਵਜ਼ੀਰ ਖਾਨ ਕਹਿੰਦਾ ਹੈ ਕਿ ਜੇਕਰ ਉਹ ਜਰਨੈਲ ਮੁਸਲਮਾਨ ਹੋਵੇਗਾ ਤੇ ਬੰਦਾ ਸਿੰਘ ਬਹਾਦਰ ਇੰਨੀ ਛੇਤੀ ਜ਼ਕੀਨ ਨਹੀਂ ਕਰੇਗਾ। ਤੇ ਉਹ ਧੋਖਾ ਦੇਣ ਦੇ ਵਾਸਤੇ ਚੁਣਿਆ ਗਿਆ ਗੰਡਾ ਮਰ ਜਿਹੜਾ ਕਿ ਸਚਾਨੰਦ ਦਾ ਭਤੀਜਾ ਸੀ। ਗੰਡਾ ਮਰ ਸਚਾਨੰਦ ਦਾ ਭਤੀਜਾ ਆਪਣੇ ਕੁਝ ਫੌਜੀਆ ਨੂੰ ਲੈ ਕੇ ਬੰਦਾ ਸਿੰਘ ਬਹਾਦਰ ਦੇ ਕੋਲ ਜਾ ਕੇ ਗਿਆ। ਉਸ ਨੂੰ ਜਾ ਕੇ ਕਹਿੰਦਾ ਹੈ ਕਿ ਮੈਂ ਆਪਣੇ ਚਾਚੇ ਦੇ ਕੀਤੇ ਉੱਪਰ ਬੜਾ ਪਛੇਮਾਨ ਹਾਂ ਬੜਾ ਪਛਤਾਵਾ ਹੈ ਮੈਨੂੰ ਮੈਂ ਚਾਹੁੰਦਾ ਕਿ ਮੈਂ ਤੁਹਾਡੀ ਫੌਜ ਦੇ ਵਿੱਚ ਤੁਹਾਡਾ ਸਾਥ ਦੇਵਾਂ ਕਿ ਜਿਹੜੀ ਗਲਤੀ ਮੇਰੇ ਚਾਚੇ ਨੇ ਕੀਤੀ ਹੈ ਮੈਂ ਉਹਦੇ ਜਿਹੜੇ ਪਾਪ ਆ ਉਹਨਾਂ ਨੂੰ ਧੋ ਸਕਾਂ ਬੰਦਾ ਸਿੰਘ ਬਹਾਦਰ ਮੁਸਕਰਾਇਆ ਤੇ ਬਾਦ ਸਿੰਘ ਨੂੰ ਕਹਿੰਦਾ ਕਹਿੰਦਾ ਕਿ ਬੇਸ਼ੱਕ ਇਹਨੂੰ ਫੌਜ ਦੇ ਵਿੱਚ ਦਾਖਲ ਕਰ ਰੋ ਪਰ ਬਾਦ ਸਿੰਘ ਤੇਰੀ ਡਿਊਟੀ ਹੈ ਮੈਦਾਨੇ ਜੰਗ 'ਚ ਤੇ ਨਜ਼ਰ ਵੀ ਰੱਖਣੀ ਹੈ ਇਹ ਵੀ ਉਸ ਜਰਨਲ ਦਾ ਇੱਕ ਗੁਣ ਸੀ ਬੇਸ਼ੱਕ ਗੰਡਾ ਮੱਲ ਨੂੰ ਫੌਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਔਰ ਉਹਦੀ ਫੌਜ ਦੇ ਉੱਪਰ ਫਿਰ ਇੱਕ ਜਰਨੈਲ ਨੂੰ ਬਾਜ ਸਿੰਘ ਨੂੰ ਡਿਊਟੀ ਦਿੱਤੀ ਗਈ ਕਿ ਗੰਡਾ ਮਾਲ ਦੇ ਉੱਪਰ ਖਾਸ ਖਿਆਲ ਰੱਖਣਾ ਹੈ ਅਖੀਸ਼ ਵਜ਼ੀਰ ਖਾਨ ਆਪਣੀ ਫੌਜਾਂ ਨੂੰ ਲੈ ਕੇ ਪਹੁੰਚਾ ਹੁਣ ਜੇਕਰ ਅਸੀਂ ਇਹਦਾ ਜੁੱਧ ਨੀਤੀਕ ਨਜ਼ਰੀਆ ਤੋਂ ਅਧਿਨ ਕਰੀਏ ਤੇ ਸਭ ਤੋਂ ਪਹਿਲੀ ਗੱਲ ਸੀ ਕਿ ਬੰਦਾ ਸਿੰਘ ਬਹਾਦਰ ਇਸ ਜੰਗ ਨੂੰ ਜਿੱਤ ਕਿਵੇਂ ਗਿਆ ਉਹਦੀ ਪਹਿਲੀ ਗੱਲ ਸੀ ਕਿ ਉਸਨੇ ਜਿਹੜੀ ਆਪਣੀ ਚੋਣ ਕੀਤੀ ਹੈ ਮੈਦਾਨੇ ਜੰਗ ਦੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਹੁਕਮਾਂ ਦੇ ਅਨੁਸਾਰ ਕੀਤੀ ਹੈ ਦੂਸਰੀ ਗੱਲ ਤੁਸੀਂ ਕਿਤੇ ਵੀ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਸਿੱਖ ਫੌਜਾਂ ਦੇ ਵੱਲੋਂ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਸਿੱਖਾਂ ਦੇ ਵੱਲੋਂ ਤੁਸੀਂ ਹਾਥੀ ਦੀ ਵਰਤੋਂ ਨਹੀਂ ਕੀਤੀ ਸਿੱਖਾਂ ਨੇ ਕਦੇ ਮੈਦਾਨੇ ਜੰਨ ਚ ਵਾਰ ਐਲੀਫੈਂਟਸ ਨਹੀਂ ਵਰਤੇ ਆਤੀਆਂ ਦੀ ਵਰਤੋਂ ਨਹੀਂ ਕੀਤੀ ਉਹਦਾ ਇੱਕ ਕਾਰਨ ਹੈ ਕਿਉਂਕਿ ਉਹ ਜੁੱਧ ਨੀਤੀ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ ਇੱਕ ਥੀਸਿਸ ਹੈ ਆਨਲਾਈਨ ਅਵੇਲੇਬਲ ਹੈ ਤੁਹਾਨੂੰ ਪੀਡੀਐਫ ਉਹਦੀ ਆਨਲਾਈਨ ਮਿਲ ਜਾਵੇਗੀ ਨਿੱਤੇ ਕਿਤਾਬਾਂ ਵੀ ਅਵੇਲੇਬਲ ਨੇ ਮੈਂ ਵੀ ਚੰਡੀਗੜ੍ਹ ਤੋਂ 17 ਸੈਕਟਰ ਤੋਂ ਖਰੀਦ ਕੇ ਲੈ ਕੇ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ ਉਸ ਥੀਸਿਸ ਦਾ ਨਾਮ ਹੈ ਹਿੰਦੂ ਇਤਿਹਾਸ ਹਾਰੂ ਕੀ ਦਾਸਤਾਨ ਡਾਕਟਰ ਸ੍ਰਿੰਦਰ ਕੁਮਾਰ ਦਾ ਲਿਖਿਆ ਤੇ ਉਹ ਕਹਿੰਦਾ ਕਿ ਹਿੰਦੂਸਤਾਨ ਦੇ ਲੋਕਾਂ ਦੀ ਹਾਰ ਦਾ ਕਾਰਨ ਹੈ ਚਤਰੰਗਣੀ ਫੌਜ ਚਤਰੰਗਣੀ ਫੌਜ ਉਹ ਹੁੰਦੀ ਹੈ ਜਿੱਚ ਹਾਥੀਆਂ ਦੀ ਪਾਰ ਅੱਗੇ ਲਾਈ ਜਾਂਦੀ ਹੈ ਕਹਿੰਦਾ ਕਿ ਜਦੋਂ ਹਾਥੀਆਂ ਦੇ ਅੱਗੇ ਪਾਸਿਓਂ ਤੋਪਾਂ ਚੱਲਦੀਆਂ ਨੇ ਨਾਲ ਤੇ ਜਦੋਂ ਹਾਥੀਆਂ ਦੇ ਉੱਪਰ ਤੋਪਾਂ ਦੇ ਗੋਲੇ ਵੱਜਦੇ ਨੇ ਤੇ ਇਹ ਆਵਾਜ਼ ਦੇ ਨਾਲ ਤੇ ਗੋਲਿਆਂ ਦੇ ਨਾਲ ਘਬਰਾ ਕੇ ਪਿੱਛੇ ਨੂੰ ਭਜਦੇ ਨੇ ਤੇ ਆਪਣੀ ਫੌਜ ਦਾ ਨੁਕਸਾਨ ਕਰਦੇ ਨੇ ਹੁਣ ਸਿੱਖਾਂ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ ਇਹ ਥੀਸਿਸ ਤਾਂ ਕੋਈ 10 ਸਾਲ ਪਹਿਲਾਂ ਲਿਖਿਆ ਗਿਆ ਪਰ ਸਿੱਖਾਂ ਨੂੰ ਇਹ ਗੱਲ ਕਿੰਨੇ ਸਮਝਾਈ ਨਗਰਾਨਾ ਨਿਕ ਸਾਹਿਬ ਨੇ ਇੱਕ ਚੰਗ ਵੇਖੀ ਹੈ ਲੋਤੀ ਸਰਦਾਰਾਂ ਦੀ ਤੇ ਬਾਬਰ ਦੀ ਤੇ ਗੁਰਨਾਨਕ ਸਾਹਿਬ ਨੇ ਉਸ ਚੰਗ ਦਾ ਦਿਨ ਕਿਵੇਂ ਕੀਤਾ ਨਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕ ਤੋਪ ਤੇ ਬੰਦੂਕ ਉੰਨੀ ਧੁੱਪਕ ਤਾਨ ਚਲਾਈ ਇੰਨੀ ਹਸਤ ਚੜਾਈ ਕਿ ਜਦੋਂ ਉਹਨਾਂ ਦੀਆਂ ਤੋਪਾਂ ਚੱਲੀਆਂ ਤੇ ਇਹਨਾਂ ਦੇ ਜਿਹੜੇ ਹਸਤੀ ਸੀ ਹਾਤੀ ਸੀ ਉਹ ਚਿੰਗਾੜਦੇ ਹੋਏ ਪਿੱਛੇ ਨੂੰ ਭੱਜੇ ਜਿਹੜੇ ਹਾਰ ਦਾ ਕਾਰਨ ਬਣੇ ਗੁਰਨਾਨਕ ਸਾਹਿਬ ਨੇ ਜੁੱਧ ਨੀਤਿਕ ਨਜ਼ਰੀਏ ਤੋਂ ਹਿੰਦੁਸਤਾਨ ਦੇ ਲੋਕਾਂ ਦੀ ਹਾਰ ਦਾ ਕਾਰਨ ਉਦੋਂ ਹੀ ਸਾਡੇ ਸਾਹਮਣੇ ਐਨਲਾਈਜ਼ ਕਰਕੇ ਰੱਖ ਦਿੱਤਾ ਸੀ ਕਿ ਹਾਤੀਆਂ ਦੀ ਫੌਜ ਸਭ ਤੋਂ ਵੱਡੀ ਹਾਰ ਦਾ ਕਾਰਨ ਸੀ ਉਸ ਤੋਂ ਬਾਅਦ ਸਿੱਖਾਂ ਨੇ ਕਿਸੇ ਫੌਜ ਚ ਹਥਿਆਰ ਦੀ ਵਰਤੋਂ ਨਹੀਂ ਕੀਤੀ ਇਹ ਜੁੱਧ ਨੀਤੀ ਗੁਰਨਾਨਕ ਸਾਹਿਬ ਨੇ ਸਾਨੂੰ ਘੜ ਕੇ ਦਿੱਤੀ ਮੁਗਲ ਪਠਾਨਾ ਪਈ ਲੜਾਈ ਰਣਮੈ ਤੇਗ ਵਗਾਈ ਉਨੀ ਤੁੱਪਕ ਤਾਣ ਚਲਾਈ ਇੰਨੀ ਹਸਤ ਚੜਾਈ ਸਾਡੇ ਬਹੁਤੇ ਟਿਕੇਕਾਰਾਂ ਨੇ ਹਸਤੀ ਦੇ ਹੱਥ ਇੱਥੇ ਸ਼ਬਦ ਹੱਥ ਕਰ ਦਿੱਤੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਤੋਪਾਂ ਸੀ ਹੱਥਾਂ 'ਚ ਰਹਿ ਗਈਆਂ ਨਹੀਂ ਹਸਤ ਚੜਾਈ ਚੜਾਈ ਝੰਗਾੜਦੇ ਹੋਏ ਹਾਥੀ ਪਿੱਛੇ ਨੂੰ ਪੱਜ ਗਏ ਜਿਹੜੇ ਹਾਰ ਦਾ ਕਾਰਨ ਬੜਿਆ ਹੈ ਵਜ਼ੀਰ ਖਾਨ ਦੀ ਇੱਕ ਗਲਤੀ ਕਹਿ ਲੋ ਕਿ ਉਸ ਨੇ ਪਾਣੀ ਦੇ ਸਰੋਤ ਨੂੰ ਆਪਣਾ ਕਾਬਸ ਨਹੀਂ ਕੀਤਾ ਬੰਦਾ ਸਿੰਘ ਬਹਾਦਰ ਨੇ ਪਾਣੀ ਦੀ ਜ਼ਰੂਰਤ ਦੇ ਉੱਪਰ ਕਬਜਾ ਕੀਤਾ ਦੂਸਰੀ ਗੱਲ ਕਿ ਵਜ਼ੀਰ ਖਾਨ ਬਹੁਤ ਸਮਰਟ ਡਿਫੈਂਸ ਦੇ ਵਿੱਚ ਬੈਠਾ ਰਿਹਾ ਜਦੋਂ ਕਿ ਬੰਦਾ ਸਿੰਘ ਬਹਾਦਰ ਹਮਲਾਵਰ ਹੋ ਕੇ ਆਇਆ ਸੀ ਜਿਹੜਾ ਡਿਫੈਂਸ ਦੇ ਉੱਪਰ ਲੜ ਰਿਹਾ ਵਿਅਕਤੀ ਹੁੰਦਾ ਉਹਦੇ ਕੋਲ ਇੱਕ ਹੀ ਅਪਰਾਸਤਾ ਹੁੰਦਾ ਹੈ ਕਿ ਜਾਂ ਤੇ ਉਹ ਲੜ ਜਾਵੇਗਾ ਜਿੱਤ ਜਾਵੇਗਾ ਤੇ ਜਾਂ ਹਾਰ ਜਾਵੇਗਾ ਪਰ ਜਿਹੜਾ ਆਫੈਂਸਿਵ ਹੁੰਦਾ ਉਹਦੇ ਕੋਲ ਹਮੇਸ਼ਾ ਦੋ ਰਾਹ ਹੁੰਦੇ ਨੇ ਬੰਦਾ ਸਿੰਘ ਬਹਾਦਰ ਦੇ ਕੋਲ ਦੋ ਰਸਤੇ ਸੀ ਕਿ ਮੈਂ ਆਪਣੀ ਜਨਾਂ ਦੇ ਉੱਪਰ ਮੈਦਾਨੇ ਜੰਗ ਵਿੱਚ ਜੂਝ ਰਿਹਾ ਜੇ ਈਸਵਰੀ ਇਹ ਜੰਗ ਨਾ ਵੀ ਜਿੱਤੀ ਜਾਵੇਗੀ ਤੇ ਮੇਰੇ ਕੋ ਕਿਸੇ ਨਾ ਕਿਸੇ ਪਾਸੇ ਨਿਕਲਦਾ ਰਸਤਾ ਹੈ ਸੋ ਇਹ ਅਹਿਮ ਜੁਧ ਨੀਤੀ ਸੀ ਜਿਹਦੇ ਵਿੱਚ ਅਫੈਂਸ ਤੇ ਡਿਫੈਂਸ ਉਹ ਜਿਹੜਾ ਅਸੀਂ ਸਮਝਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਵਜ਼ੀਰ ਖਾਨ ਨੇ ਆਪਣੀ ਫੌਜ ਦੀ ਸਫਬੰਦੀ ਵੀ ਆਪਣੇ ਪੁਰਾਣੇ ਤਰੀਕੇ ਦੇ ਨਾਲ ਕੀਤੀ ਸਭ ਤੋਂ ਅੱਗੇ ਤੋਪਾਂ ਲਗਾ ਲਈਆਂ ਤੋਪਾਂ ਤੋਂ ਪਿੱਛੇ ਉਸਨੇ ਹਾਥੀ ਲਗਾ ਲਏ ਤੇ ਹਾਥੀਆਂ ਦੇ ਦੋਹਾਂ ਸਾਈਡਾਂ ਤੇ ਆਪਣੇ ਘੋੜਸਵਾਰ ਲਵਾ ਲਏ ਤੇ ਪਿੱਛੇ ਉਸਨੇ ਆਪਣੀ ਪੈਦਲ ਫੌਜ ਲਾ ਲਈ ਤੇ ਪੰਦਾ ਸਿੰਘ 72 ਕਿਉਂਕਿ ਵਜ਼ੀਰ ਖਾਨ ਦੇ ਕੋਲ ਤਿੰਨ ਤਰ੍ਹਾਂ ਦੀ ਫੌਜ ਸੀ ਇੱਕ ਉਹਦੀ ਪਰਗਣਿਆਂ ਦੀ ਫੌਜ ਜਿਸ ਦੀ ਗਿਣਤੀ ਮੈਂ ਤੁਹਾਨੂੰ ਦੱਸਿਆ ਕਿ ਸਰਬਾਨ ਦੇ ਅਧੀਨ 28 ਪਰਗਣੇ ਸੀ ਉਹਨਾਂ ਕੋਲ 49000 ਫੌਜ ਸੀ ਉਹਦੇ ਤੋਂ ਇਲਾਵਾ ਉਹ ਲੋਕ ਜਿਨ੍ਹਾਂ ਨੂੰ ਜਿਹਹਾਦ ਦੇ ਨਾਮ ਦੇ ਉੱਪਰ ਇਕੱਠਾ ਕੀਤਾ ਗਿਆ ਕਿ ਇਸਲਾਮ ਨੂੰ ਖਤਰਾ ਹੈ ਤੁਸੀਂ ਲੜਨ ਵਾਸਤੇ ਆਓ ਇੱਕ ਉਹ ਫੌਜ ਸੀ ਇੱਕ ਪਠਾਣਾ ਦਾ ਮਲੇਰ ਕੋਟਲੇ ਵਾਲੇ ਦਾ ਵੱਖਰਾ ਦਾਲ ਸੀ ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਨੂੰ ਵੰਡਿਆ ਇੱਕ ਦੀ ਕਮਾਂਡ ਉਸ ਦਾ ਫਤੇ ਸਿੰਘ ਹੁਣਾਂ ਨੂੰ ਤੇ ਬਾਸ ਸਿੰਘ ਹੁਣਾਂ ਨੂੰ ਦਿੱਤੀ ਹੈ ਇੱਕ ਦੀ ਕਮਾਂਡ ਜਿਹੜੀ ਹੈ ਉਹ ਦਿੱਤੀ ਹੈ ਪਨੋ ਸਿੰਘ ਹੁਣਾਂ ਨੂੰ ਤੇ ਤਲੋਤ ਸਿੰਘ ਹੁਣਾਂ ਨੂੰ ਰਾਮ ਸਿੰਘ ਹੁਣਾਂ ਨੂੰ ਸ਼ਾਮ ਸਿੰਘ ਜੀ ਨੂੰ ਇਹਨਾਂ ਨੂੰ ਦਿੱਤੀ ਹੈ ਤੇ ਇੱਕ ਬੰਦਾ ਸਿੰਘ ਬਹਾਦਰ ਨੇ ਦਸਤਾ ਆਪਣੇ ਕੋਲ ਰੱਖਿਆ ਉਹ ਸਭ ਤੋਂ ਵੱਡੀ ਅਹਿਮ ਗੱਲ ਸੀ ਕਿ ਬੰਦਾ ਸਿੰਘ ਬਹਾਦਰ ਨੇ ਜਿਹੜਾ ਆਪਣੇ ਨਾਮ ਦਸਤਾ ਰੱਖਿਆ ਉਹ ਸਿੱਧਾ ਮੈਦਾਨੇ ਜੰਗ ਚ ਨਹੀਂ ਲੈ ਕੇ ਗਿਆ ਉਹ ਬਿਲਕੁਲ ਵੱਖਰਾ ਇੱਕ ਜਗ੍ਹਾ ਦੇ ਉੱਪਰ ਖੜਾ ਰੱਖਿਆ ਬੰਦਾ ਸਿੰਘ ਬਹਾਦਰ ਬਿਲਕੁਲ ਅਖੀਰ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਆ ਉਹ ਪਹਿਲਾਂ ਸਿੱਧੇ ਸ਼ਾਮਲ ਨਹੀਂ ਹੋਏ ਸੋ ਪਹਿਲਾਂ ਜਿਹੜੀ ਬੰਦਾ ਸਿੰਘ ਬਹਾਦਰ ਦੀ ਨੀਤੀ ਸੀ ਪਹਿਲੀ ਨੀਤੀ ਇਹ ਸੀ ਕਿ ਉੱਚੀ ਜਗ੍ਹਾ ਦੇ ਉੱਪਰੋਂ ਸਭ ਤੋਂ ਪਹਿਲਾਂ ਜਿਹੜੇ ਤੋਪਾਂ ਵਾਲੇ ਤੋਪਚੀ ਸੀ ਉਹਨਾਂ ਨੂੰ ਤੀਰ ਅੰਦਾਜ਼ਾਂ ਨੇ ਖਤਮ ਕੀਤਾ ਉਹਨਾਂ ਤੋਪਾਂ ਦੇ ਉੱਪਰ ਕਬਜ਼ਾ ਕੀਤਾ ਗਿਆ ਤੋਪਾਂ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਜਿਹੜੀ ਨੀਤੀ ਗੁਰਨਾਨਕ ਸਾਹਿਬ ਦੀ ਸੀ ਕਿ ਉਹਨੇ ਤੁੱਪਕ ਤਾਨ ਚਲਾਈ ਉਹਨੇ ਹਸ ਤੜਾਈ ਜਦੋਂ ਉਹ ਤੋਪਾਂ ਹਾਥੀਆਂ ਵੱਲੋਂ ਚੱਲੀਆਂ ਤੇ ਹਾਥੀ ਵਜ਼ੀਰ ਖਾਨ ਦੀ ਫੌਜ ਨੂੰ ਖਦਾੜ ਦੇ ਵੇ ਪਿੱਛੇ ਨੂੰ ਭੱਜੇ ਉਹਦੀ ਫੌਜ ਦਾ ਨੁਕਸਾਨ ਹੋਇਆ ਕੁਝ ਹੌਸਲਾ ਉਹਨਾਂ ਦਾ ਟੁੱਟ ਗਿਆ ਪਰ ਉਹਦੇ ਘੋੜਸਵਾਰ ਜਿਹੜੇ ਫੌਜੀ ਸੀ ਉਹ ਮੈਦਾਨੇ ਜੰਹ ਵਿੱਚ ਬੜੇ ਵਧੀਆ ਤਰੀਕੇ ਨਾਲ ਲੜੇ ਇਤੁਰਾ ਬਾਸ ਸਿੰਘ ਹੁਣਾਂ ਨੇ ਫਤਿਹ ਸਿੰਘ ਹੁਣਾਂ ਨੇ ਬਨੋਦ ਸਿੰਘ ਹੁਣਾਂ ਨੇ ਕਾਨ ਸਿੰਘ ਹੁਣਾਂ ਨੇ ਅਮਰ ਸਿੰਘ ਰਤਨ ਸਿੰਘ ਗੁਲਾਬ ਸਿੰਘ ਮੀਰ ਬਖਸ਼ੀ ਇਤੁਰੂ ਇਹਨਾਂ ਜਰਨੈਲਾਂ ਨੇ ਵੀ ਉਹਨਾਂ ਦਾ ਵਧੀਆ ਮੁਕਾਬਲਾ ਕੀਤਾ ਇਸ ਭੱਜੇ ਹੋਏ ਮੈਦਾਨੇ ਜੰਗ ਦੇ ਵਿੱਚ ਗੰਡਾ ਮਲ ਨੇ ਇਹ ਕਹਿ ਕੇ ਭਾਜੜ ਪਾ ਦਿੱਤੀ ਕਿ ਅਸੀਂ ਹਾਰ ਰਹੇ ਹਾਂ ਤੇ ਆਪਣੇ ਸਿਪਾਹੀਆਂ ਨੂੰ ਲੈ ਕੇ ਨਿਕਲ ਲੱਗਾ ਉਸ ਵੇਲੇ ਬੰਦਾ ਸਿੰਘ ਬਹਾਦਰ ਨੇ ਬਾਜ ਸਿੰਘ ਨੂੰ ਇਸ਼ਾਰਾ ਕੀਤਾ ਕਿ ਇਸ ਮੌਕੇ ਦੀ ਤਾਕ ਦੇ ਵਿੱਚ ਮੈਂ ਹਾਂ ਸੀ ਤੇ ਇਹ ਜਿਹੜਾ ਗੰਡਾ ਮਲ ਸੀ ਇਸ ਨੂੰ ਬਾਜ ਸਿੰਘ ਨੇ ਮੈਦਾਨੇ ਜੰਗ 'ਚ ਕਤਲ ਕਰ ਦਿੱਤਾ ਇਹਦੇ ਸਾਥੀ ਜਿਹੜੇ ਸੀ ਭੱਜ ਗਏ ਜਦੋਂ ਇੱਕ ਬਾਈ ਥੋੜੀ ਕਮਜ਼ੋਰ ਹੋਣ ਲੱਗੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਮੌਕੇ ਦੇ ਉੱਪਰ ਆਇਆ ਜੇਕਰ ਤੁਸੀਂ ਖਾਫੀ ਖਾਨ ਨੂੰ ਪੜੋ ਤੇ ਉੱਥੋਂ ਫਿਰ ਜੁੱਧ ਦੇ ਨਕਸ਼ੇ ਦਾ ਪਤਾ ਲੱਗਦਾ ਕਿ ਜਦੋਂ ਸਿੱਖ ਫੌਜਾਂ ਦੇ ਵਿੱਚ ਹਲਚਲ ਪੈਦਾ ਹੋ ਗਈ ਉਹ ਸਵੇਰੇ ਬੰਦਾ ਸਿੰਘ ਬਹਾਦਰ ਮੈਦਾਨੇ ਚੰਦੇ ਦੇ ਵਿੱਚ ਆ ਗਿਆ ਮੈਦਾਨੇ ਜੰਗ ਦੇ ਵਿੱਚ ਜਦੋਂ ਆਇਆ ਉਸ ਸਮੇਂ ਜਿਹੜਾ ਵਜ਼ੀਰ ਖਾਨ ਦਾ ਮੁਕਾਬਲਾ ਹੋਇਆ ਉਹ ਹੋਇਆ ਫਤਿਹ ਸਿੰਘ ਤੇ ਬਾਜ ਸਿੰਘ ਦੇ ਨਾਲ ਵਜ਼ੀਰ ਖਾਨ ਮੈਦਾਨੇ ਜੰਗ ਦੇ ਵਿੱਚ ਮਾਰਿਆ ਗਿਆ ਵਜ਼ੀਰ ਖਾਨ ਮਾਰਿਆ ਗਿਆ ਇਹਦੇ ਤੋਂ ਇਲਾਵਾ ਮਲੇਰ ਕੋਟਲੀਆ ਇਸ ਸ਼ੇਰ ਮੁਹੰਮਦ ਖਾਨ ਵੀ ਮਾਰਿਆ ਗਿਆ ਇਹਦਾ ਇੱਕ ਭਰਾ ਸੀ ਖਵਾਜ਼ਾ ਖਿਜ਼ਰ ਖਾਨ ਜਿਸ ਦਾ ਜ਼ਿਕਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਕੀਤਾ ਜਿਹੜਾ ਚਮਕੌਰ ਦੀ ਗੜੀ ਚੋਂ ਜਾਨ ਬਚਾ ਕੇ ਭੱਜ ਆਇਆ ਸੀ ਕਿ ਆਖ ਖਵਾਜ਼ਾ ਮਰਦੂਦ ਸਾਇਆ ਦੀਵਾਰ ਬਮੈ ਤਨ ਆਬਦ ਬੰਬਰ ਦਾਨਾ ਬਾਦ ਦਰੇਗਾ ਅਗਰ ਰੂਏ ਉਦੀਦ ਮੇ ਬਚਕਤੀ लाचार ਬਖਸ਼ੀਦ ਮੇ ਇਹ ਜਿਹੜਾ ਖਿਜ਼ਰ ਖਾਨ ਸੀ ਇਹ ਵੀ ਮਾਰਿਆ ਗਿਆ ਇਹਨਾਂ ਦਾ ਭਤੀਜਾ ਨਸ਼ਤਰ ਅਲੀ ਖਾਨ ਵੀ ਮਾਰਿਆ ਗਿਆ ਕਿ ਇਹ ਮਲੇਰ ਕੋਟਲੇ ਦੇ ਜਿੰਨੇ ਵੀ ਪਠਾਨ ਸੀ ਕਿ ਇਹਨਾਂ ਦਾ ਸਾਰਾ ਖਾਨਦਾਨ ਉਸ ਮੈਦਾਨੇ ਜੰਗ ਦੇ ਵਿੱਚ ਕਤਲ ਕੀਤਾ ਗਿਆ ਮਾਰਿਆ ਗਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੇ ਵਿੱਚ ਸ਼ਹਿਰ ਦੇ ਵਿੱਚ ਦਾਖਲ ਹੋਇਆ ਜਿਹੜੀ ਸਰਹੰਦ ਸ਼ਹਿਰ ਦੇ ਜਿਸੀ ਪਛੋਕੜ ਵਾਲਾ ਵੇਖੀਏ ਤੇ ਸਰਦਾਰ ਕਰਨ ਸਿੰਘ ਸਟੋਰੀਆਂ ਦੇ ਸ਼ਬਦ ਬੜੇ ਅਹਿਮ ਨੇ ਉਹ ਕਹਿੰਦੇ ਨੇ ਕਿ ਸਰਹੰਦ ਨੂੰ ਸਿਰਪੀੜ ਹੋਵੇ ਤੇ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ ਸਰਹੰਦ ਜਿਹੜਾ ਇੰਨਾ ਮਸ਼ਹੂਰ ਸ਼ਹਿਰ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਸਰਹੰਦ ਨੂੰ ਸਿਰਪੀੜ ਹੋਵੇ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ ਸਰਹੰਦ ਸ਼ਹਿਰ ਹੈ ਵੀ ਬੜਾ ਪੁਰਾਣਾ ਰਾਜਸੀ ਤੌਰ ਤੇ ਉੱਪਰ ਸਰਹੰਦ ਦਾ ਬਹੁਤ ਨਾਮ ਹੈ ਕਿਸੇ ਸਮੇਂ ਹਿੰਦੁਸਤਾਨ ਦੀ ਰਾਜਸਤਾਨੀ ਤੇ ਪੰਡਸੀ ਤੇ ਪੰਡੋ ਲਾਹੌਰ ਲਾਹੌਰ ਤੋਂ ਬਾਅਦ ਸਰਹੰਦ ਤੇ ਸਰਹੰਦ ਦਾ ਰਾਜਨੀਤਿਕ ਤੌਰ ਤੇ ਵੀ ਬੜਾ ਉੱਚਾ ਦਰਜਾ ਸੀ ਪੰਜਾਬ ਦੇ ਵਿੱਚ ਜਿੰਨਾ ਵੀ ਹਾਥੀਦਾਨ ਦਾ ਕੰਮ ਹੁੰਦਾ ਸੀ ਉਹ ਸਰਹੰਦ ਦੇ ਵਿੱਚ ਹੁੰਦਾ ਸੀ ਜਿੰਨੀ ਵੀ ਪੰਜਾਬ ਦੇ ਵਿੱਚ ਸਿਲਕ ਤਿਆਰ ਕੀਤੀ ਜਾਂਦੀ ਸੀ ਉਹ ਵੀ ਸਰਹੰਦ ਦੇ ਵਿੱਚ ਕੀਤੀ ਜਾਂਦੀ ਸੀ ਇੱਥੋਂ ਤੱਕ ਇੱਕ ਸਰੋਤਾਂ ਇੱਥੋਂ ਤੱਕ ਲਿਖਦਾ ਹੈ ਕਿ ਚਾਈਨੀਜ਼ ਮੌਕ ਨੇ ਜਿਹੜੇ ਅਸੀਂ ਕਹਿੰਦੇ ਕਿ ਜਿਹੜੀ ਚੀਨ ਨੇ ਸਿਲਕ ਦੀ ਖੋਜ ਕੀਤੀ ਇੱਕ ਸਰੋਤਾਂ ਇੱਥੋਂ ਤੱਕ ਕਹਿੰਦੇ ਕਿ ਜਿਹੜੇ ਬੋਤੀ ਮੌਕ ਸੀਗੇ ਉਹ ਸਿਲਕ ਬਣਾਉਣ ਦੀ ਟੈਕਨੀਕ ਵੀ ਸਰਹੰਦ ਤੋਂ ਲੈ ਕੇ ਗਈ ਸੀ ਕਿਸੇ ਸਦੀ ਦੇ ਵਿੱਚ ਸਾਨੂੰ ਇਹ ਵੀ ਇਤਿਹਾਸ ਦੇ ਵਿੱਚ ਮਿਲਦਾ ਕਿ ਸਰਹੰਦ ਉਦੋਂ ਪੂਰਾ ਇੱਕ ਡਵੈਲਪ ਇੱਕ ਪੂਰਾ ਆਧੁਨਿਕ ਸ਼ਹਿਰ ਸੀ ਔਰ ਉਹ ਸ਼ਹਿਰ ਦੀ ਰੱਖਿਆ ਦੇ ਵਾਸਤੇ ਤੋਪਾਂ ਵੀ ਬਹੁਤ ਬੀੜੀਆਂ ਹੋਈਆਂ ਸੀ ਸੋ ਅਹਿਮ ਗੱਲ ਸੀ ਉਸ ਸ਼ਹਿਰ ਦੇ ਵਿੱਚ ਦਾਖਲ ਹੋਣਾ ਤੇ ਫੌਜ ਦਾ ਨੁਕਸਾਨ ਵੀ ਨਾ ਹੋਵੇ ਉਸ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਝ ਪੁਰਾਣੇ ਪੱਠੇ ਸੀ ਉਹਨਾਂ ਪੱਠਿਆਂ ਦੇ ਉੱਪਰ ਆਪਣੇ ਤੀਰ ਅੰਦਾਜ਼ ਸਿੱਖ ਜਿਹੜੇ ਸੀਗੇ ਉਹ ਕਾਇਮ ਕੀਤੇ ਉਹਨਾਂ ਤੀਰ ਅੰਦਾਜ਼ਾਂ ਨੇ ਸਰਹੰਦ ਦੇ ਜਿਹੜੇ ਤੋਪਚੀ ਸੀ ਉਹਨਾਂ ਨੂੰ ਖਤਮ ਕੀਤਾ ਜਦੋਂ ਤੋਪਾਂ ਸ਼ਾਂਤ ਕਰਵਾ ਲਈਆਂ ਗਈਆਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਕਬਜ਼ਾ ਕੀਤਾ ਔਰ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਸ ਵਾਰ ਸਿੱਖ ਇੰਦਸੀ ਗੁਰੂ ਮਾਰੀ ਸਰਹੰਦ ਦਾ ਜਿਸ ਨੂੰ ਹਕੀਮ ਮਿਰਜ਼ਾ ਅਰਾਯਰਖਾ ਜੋਗੀ ਲਿਖਦੇ ਨੇ ਜੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ थी ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਢੇਰ ਸੀ ਉਸ ਤੋਂ ਬਾਅਦ ਤਾਂ ਸਿੱਖਾਂ ਨੇ ਬਹੁਤ ਸਾਰੀ ਸਰਹੰਦ ਨੂੰ ਫਤਿਹ ਕੀਤਾ ਪਰ ਆ ਦਿਨ ਉਹ ਸੀ ਜਿਸ ਦਿਨ ਬਾਬਾ ਬੰਦਾ ਸਿੰਘ ਪਹਾਦਰ ਨੇ ਸਰਹੰਦ ਨੂੰ ਫਤਿਹ ਕਰਕੇ ਉਸ ਜ਼ੁਲਮੀ ਰਾਜ ਦਾ ਅੰਤ ਕਰ ਦਿੱਤਾ ਦੋਸਤੋ ਬਾਅਦ ਬਾਬਾ ਬੰਦਾ ਸਿੰਘ ਪਹਾਦਰ ਨੇ ਸਰਹੰਦ ਨੂੰ ਖਾਲਸੇ ਦੀ ਰਾਜਧਾਨੀ ਨਹੀਂ ਬਣਾਇਆ ਇਹ ਵੀ ਇੱਕ ਜੁੱਤ ਨੀਤੀ ਦਾ ਉਹਦੇ ਰਾਜ ਦਾ ਇੱਕ ਬੜਾ ਅਹਿਮ ਸੀ ਬੰਦਾ ਸਿੰਘ ਪਹਾਦਰ ਨੇ ਸਰਹੰਦ ਨੂੰ ਖਾਲਸੇ ਦੇ ਰਾਜ ਦੀ ਰਾਜਧਾਨੀ ਇਸ ਕਰਕੇ ਨਹੀਂ ਬਣਾਇਆ ਕਿਉਂਕਿ ਇਹ ਬਿਲਕੁਲ ਸ਼ਾਹ ਰਗ ਦੇ ਉੱਪਰ ਸੀ ਬਿਲਕੁਲ ਮੁੱਖ ਸੜਕ ਦੇ ਉੱਪਰ ਸੀ ਔਰ ਇਹਦੇ ਉੱਪਰ ਕਬਜ਼ਾ ਕਰਨਾ ਜਾਂ ਇਹਨੂੰ ਘੇਰਨਾ ਬਹੁਤ ਸੌਖਾ ਸੀ ਸੋ ਬੰਦਾ ਸਿੰਘ ਬਹਾਦਰ ਨੇ ਮੁਖਲਿਸ ਖਾਨ ਦੇ ਬਣਾਏ ਹੋਏ ਇੱਕ ਪੁਰਾਣੇ ਕਿਲੇ ਨੂੰ ਚੁਣਿਆ ਤੇ ਲੋਹਗੜ੍ਹ ਦੇ ਕਿਲੇ ਦੇ ਰੂਪ ਦੇ ਵਿੱਚ ਉੱਥੇ ਆਪਣੀ ਰਾਜਧਾਨੀ ਨੂੰ ਜਿਹੜਾ ਸੀ ਕਾਇਮ ਕੀਤਾ ਤੇ ਬੰਦਾ ਸਿੰਘ ਬਹਾਦਰ ਨੇ ਉੱਥੋਂ ਫਿਰ ਖਾਲਸੇ ਦਾ ਸਿੱਕਾ ਖਾਲਸੇ ਦੀ ਮੋਹਰ ਔਰ ਖਾਲਸਾ ਰਾਜ ਦਾ ਕਲੰਡਰ ਜਾਰੀ ਕੀਤਾ ਮੁਸਲਮਾਨੀ ਰਾਜ ਦੇ ਵਿੱਚ ਤਿੰਨ ਚੀਜ਼ਾਂ ਨੇ ਜਦੋਂ ਰਾਜਦਾਰ ਐਲਾਨ ਕੀਤਾ ਜਾਂਦਾ ਜਦੋਂ ਰਾਜੇ ਦਾ ਖੁਤਬਾ ਪੜhaya ਜਾਂਦਾ ਰਾਜੇ ਦੇ ਨਾਮ ਦਾ ਸਿੱਕਾ ਰਾਜੇ ਦੇ ਨਾਮ ਦੀ ਮੋਹਰ ਔਰ ਰਾਜੇ ਦੇ ਨਾਮ ਦਾ ਖੁਤਬਾ ਸਿਮਤ ਸਮ ਜਾਰੀ ਕੀਤਾ ਜਾਂਦਾ ਹੈ ਪਰ ਦੁਨੀਆਂ ਦੇ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਬਾਦਸ਼ਾਹ ਹੈ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਬਾਦਸ਼ਾਹ ਨਹੀਂ ਹੋਏ ਜਾਂ ਇਹ ਤੋਂ ਪਹਿਲਾਂ ਰਾਜੇ ਨਹੀਂ ਹੋਏ ਹੋਣਗੇ ਪਰ ਬੰਦਾ ਸਿੰਘ ਬਹਾਦਰ ਦੁਨੀਆਂ ਦੇ ਇਤਿਹਾਸ ਦੇ ਵਿੱਚ ਪਹਿਲਾ ਬਾਦਸ਼ਾਹ ਬਣਿਆ ਜਿਹੜਾ ਰਾਜਾ ਤਾਂ ਬਣਿਆ ਆਪਣੇ ਨਾਮ ਦਾ ਸਿੱਕਾ ਜਾਰੀ ਨਹੀਂ ਕੀਤਾ ਉਸਨੇ ਸਿੱਕੇ ਦੇ ਉੱਪਰ ਲਿਖਿਆ ਸਿੱਕਾ ਜਤ ਬਰ ਹਰ ਦੋ ਆਲਮ ਤੇਗ ਨਾਨਕ ਵਾਹਪ ਅਸ ਕਿਤੇ ਅੱਜ ਵੀ ਉਸ ਸਿੱਕੇ ਨੂੰ ਤੁਹਾਨੂੰ ਪੜਨ ਦਾ ਮੌਕਾ ਮਿਲੇ ਜਿਹੜੇ ਉਹਦੇ ਸ਼ਬਦ ਨੇ ਨਾ ਉਹਨਾਂ ਸ਼ਬਦਾਂ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਉਹ ਰਾਜ ਕਿਸ ਦਾ ਸੀ ਸਿੱਕਾ ਜਦਬਰ ਹਰਦੋ ਆਲਮ ਔਰੰਗਜ਼ੇਬ ਦੇ ਸਿੱਕੇ ਉੱਪਰ ਲਿਖਿਆ ਹੁੰਦਾ ਸੀ ਸਿੱਕਾ ਜਦਬਰ ਮਾਹੇ মুনੀਰ ਸ਼ਾਹ ਔਰੰਗਜ਼ੇਬ ਆਲਮਗੀਰ ਉਹ ਕਿ ਉੱਤੇ ਸਿਰਫ ਇੰਨਾ ਲਿਖਿਆ ਹੁੰਦਾ ਸੀ ਕਿ ਔਰੰਗਜ਼ੇਬ ਦੇ ਰਾਜ ਦਾ ਸਿੱਕਾ ਹੈ ਪਰ ਬੰਦਾ ਸਿੰਘ ਬਹਾਦਰ ਕਹਿੰਦਾ ਹੈ ਕਿ ਸਿੱਕਾ ਜਦਬਰ ਹਰਦੋ ਆਲਮ ਇਹ ਉਹਦੇ ਰਾਜ ਦਾ ਸਿੱਕਾ ਜਿਹਦਾ ਰਾਜ ਦੋ ਚਰਾਨਾਂ ਦੇ ਵਿੱਚ ਹੈ ਫਿਰ ਉਹ ਜੋਤ ਔਰ ਜੁਗਤ ਨੂੰ ਕੇਵੇਂ ਸਮੇਦਾ ਫਿਰ ਕਹਿੰਦਾ ਸਿੱਕਾ ਜਤ ਬਰ ਹਰਦੋ ਆਲਮ ਤੇਗ ਨਾਨਕ ਅਸਤ ਅਗਲੀ ਗੱਲ ਕਰਦਾ ਇਹਦਾ ਫਤਿਹ ਗੁਰੂ ਗੋਬਿੰਦ ਸਿੰਘ ਸ਼ਾਹ-ਏ-ਸ਼ਾਹ ਕਿ ਜਿਹੜੀ ਇਹ ਫਤਿਹ ਨਸੀਬ ਹੋਈ ਹੈ ਇਹ ਸ਼ਾਹ-ਏ-ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਦਕਾ ਹੋਈ ਹੈ ਤੇ ਉਹ ਫਿਰ ਅੱਗੇ ਜਾ ਕੇ ਕਰਦਾ ਫਜ਼ਲ ਸੱਚਾ ਸਾਹਿਬ ਅਸਤ ਕਿਉਂਕਿ ਗੁਰੂ ਗੋਬਿੰਦ ਸਿੰਘ ਤੇ ਆਕਾਰਪੁਰਖ ਦਾ ਫਜ਼ਲ ਹੈ ਆਕਾਰਪੁਰਖ ਦੀ ਕਿਰਪਾ ਉਹ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਤੇ ਗੁਰਨਾਨਕ ਸਾਹਿਬ ਨੂੰ ਇੱਕ ਰੂਪ ਦੇ ਵਿੱਚ ਲੈ ਕੇ ਸਿੱਕੇ ਦੇ ਉੱਪਰ ਉਕਰ ਦਿੰਦਾ ਫਿਰ ਅਗਲੀ ਗੱਲ ਉਹ ਜਿਹੜੀ ਕਰਦਾ ਹੈ ਅੱਜ ਵੀ ਸ਼ਾਇਦ ਕੋਈ ਦੇਸ਼ ਨਹੀਂ ਦੇ ਸਕਿਆ ਇੱਕ ਠੀਕ ਹੈ ਅਮਰੀਕਾ ਦਾ ਡਾਲਰ ਤੁਹਾਡੇ ਅੱਜ ਚੋਂ ਹੁੰਦਾ ਉੱਤੇ ਲਿਖਿਆ ਹੁੰਦਾ ਕੇਵਲ ਇਨ ਗੋਡ ਵੀ ਟਰਸਟ ਇੱਥੇ ਤੱਕ ਗੱਲ ਖਤਮ ਹੋ ਜਾਂਦੀ ਹੈ ਤੇ ਇੱਥੋਂ ਦੇ ਉਹ ਲੋਕ ਜਿਹੜੇ ਕਹਿੰਦੇ ਸੀ ਰੱਬ ਨੂੰ ਮੰਨਦੇ ਨਹੀਂ ਉਹ ਵੀ ਡਾਲਰ ਉਹੀ ਜੀਬ ਵਿੱਚ ਪਾਉਂਦੇ ਨੇ ਇਨ ਗੋਡ ਵੀ ਟਰਸਟ ਵੈਸੇ ਕਹਿਣਗੇ ਅਸੀਂ ਕਾਮਰੇਡ ਆਸੀਂ ਰੱਬ ਨੂੰ ਨਹੀਂ ਮੰਨਦੇ ਮੈਂ ਅਮਰੀਕਾ ਚਲਾ ਗਿਆ ਦੋ ਚਾਰ ਕਾਮਰੇਡਾਂ ਨਾਲ ਚਰਚਾ ਹੋਈ ਅਸੀਂ ਤਾਂ ਆਪ ਇਹਨੂੰ ਨਹੀਂ ਮੰਨਦੇ ਮੈਂ ਕਿਹਾ ਫਿਰ ਅਮਰੀਕਾ ਕੀ ਕਰ ਰਹੇ ਹੋ ਜਿਹੜਾ ਡਾਲਰ ਤੁਹਾਡੀ ਜੇਬ ਦੇ ਵਿੱਚ ਉੱਤੇ ਲਿਖਿਆ ਇਨ ਡੌਟ ਬੀ ਟ੍ਰਸਟ ਡਾਲਰ ਤਾਂ ਉਹ ਕਮਾ ਰਹੇ ਹੋ ਜਿੱਥੇ ਰੱਬ ਦਾ ਨਾਮ ਲਿਖਿਆ ਵੈਸੇ ਅਸੀਂ ਰੱਬ ਨੂੰ ਨਹੀਂ ਮੰਨਦੇ ਬੜੀ ਅਜੀਬ ਗੱਲ ਹੈ ਖੈਰ ਇਹ ਇੱਕ ਵੱਖਰਾ ਵਿਸ਼ਾ ਮੋਹਰ ਦੇ ਉੱਪਰ ਜਿਹੜੀ ਗੱਲ ਲਿਖੀ ਹੈ ਉਹਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਸੋਸ਼ੀਓ ਸਪਿਰਿਚਿਊ ਇਕਨੋਮੀ ਤੇ ਐਥਿਕਸ ਚਾਰ ਚੀਜ਼ਾਂ ਦੀ ਗੱਲ ਕਰ ਦਿੱਤੀ ਹੈ ਮਤਲਬ ਕਿ ਦੇਗੋ ਤੇਗੋ ਫਤਿਹ ਅਸੀਂ ਅਕਸਰ ਕਹਿੰਦੇ ਹਾਂ ਦੇਗ ਤੇਗ ਫਤਿਹ ਸ਼ਬਦ ਨਹੀਂ ਚ ਹੈਗਾ ਜੇ ਤੁਸੀਂ ਦੇਖ ਤੇ ਫਤਿਹ ਕਹੋਗੇ ਨਾ ਤੇ ਕਨਸੈਪਟ ਹੀ ਖਤਮ ਹੋ ਜਾਂਦਾ ਕਿਉਂਕਿ ਪਰਸ਼ੀਨ ਦਾ ਅਸੂਲ ਹੈ ਦੋ ਸ਼ਬਦਾਂ ਦੇ ਵਿੱਚ ਉਹ ਲੱਗ ਜਾਵੇ ਨਾ ਤੇ ਦੋਵਾਂ ਸ਼ਬਦਾਂ ਦਾ ਸਬੰਧ ਜੁੜ ਜਾਂਦਾ ਹੈ ਐਚਾ ਹੈਗਾ ਦੇਖੋ ਤੇਗੋ ਫਤਿਹ ਦੇਖ ਤੇਗ ਤੇ ਫਤਿਹ ਆਪਸ ਵਿੱਚ ਵੱਖ ਕਰਕੇ ਨਹੀਂ ਵੇਖ ਸਕਦੇ ਇੱਚ ਸਾਡਾ ਸਾਰਾ ਸੋਸ਼ੀਓ ਰਿਲੀਜੀਅਨ ਸਿਸਟਮ ਆ ਜਾਂਦਾ ਪਰ ਫਿਰ ਉੱਥੋਂ ਤੱਕ ਸੀਮਤ ਨਹੀਂ ਰਹਿੰਦਾ ਅਗਲੀ ਗੱਲ ਆ ਜਾਂਦੀ ਨੁਸਰਤ ਬੇਦਰੰਦ ਐਵਰ ਲਾਸਟਿੰਗ ਪ੍ਰੋਸਪਰਿਟੀ ਕਿ ਕਿਸੇ ਵੀ ਜੇਕਰ ਦੇਸ਼ ਨੇ ਹਮੇਸ਼ਾ ਵਾਸਤੇ ਸ਼ਾਂਤੀ ਸਦੀਵੀ ਰੱਖਣੀ ਹੈ ਐਵਰ ਲਾਸਟਿੰਗ ਪ੍ਰੋਸਪਰਿਟੀ Nusrat Beedran ਇਹਦੇ ਅਧਨੇ ਫਾਰਸੀ ਦੇ ਵਿੱਚ ਜੇਕਰ ਹਮੇਸ਼ਾ ਹੀ ਕਿਸੇ ਦੇਸ਼ ਨੇ ਆਪਣੀ ਸ਼ਾਂਤੀ ਨੂੰ ਟੈਵਰ ਲਾਸਟ ਰੱਖਣਾ ਹੈ ਪ੍ਰੋਸਪਰਿਟੀ ਨੂੰ ਬਰਕਰਾਰ ਰੱਖਣਾ ਹੈ ਤੇ ਉਹਨੂੰ ਤੇਗ ਤੇਗ ਫਤਿਹ ਦੇ ਕਨਸੈਪਟ ਨੂੰ ਲੈਣਾ ਪਵੇਗਾ ਤੇ ਤੇਗ ਤੇਗ ਫਤਿਹ ਦੇ ਵਿੱਚ ਤੁਹਾਡਾ ਰੂਹਾਨੀਅਤ ਦਾ ਆਰਥਿਕਤਾ ਦਾ ਮਟੀਰੀਅਲਿਜ਼ਮ ਦਾ ਤੇ ਨੈਤਿਕਤਾ ਦਾ ਇਹ ਸਾਰੇ ਗੁਣ ਉਹਦੇ ਚ ਆ ਜਾਂਦੇ ਨੇ ਪਰ ਉਹ ਕਹਿੰਦਾ ਕਿ ਇਹ ਚੱਲਦੇ ਤਾਰ ਆ ਸਕਦੇ ਨੇ ਪ੍ਰਾਪਤ ਕਿ ਤੋਂ ਸਕਦੇ ਨੇ ਜਾਫਤ ਪ੍ਰਾਪਤ ਕੀਤੇ ਅੱਜ ਨੇ ਮੈਂ ਪ੍ਰਾਪਤ ਕੀਤੇ ਨੇ ਕਿੱਥੋਂ ਗੁਰੂ ਗੋਬਿੰਦ ਸਿੰਘ ਯਾਫਤ ਜਨਾਨਕ ਗੁਰੂ ਗੋਬਿੰਦ ਸਿੰਘ ਕਿ ਇਸ ਵਿਚਾਰਧਾਰਾ ਦੇ ਵਿੱਚੋਂ ਜਿਹੜਾ ਉਹ ਉਸ ਰਾਜ ਨੂੰ ਪੈਦਾ ਕੀਤਾ ਜਾ ਸਕਦਾ ਜਿਸ ਨੂੰ ਕਿਹਾ ਸੱਪ ਸੁਖਾਲੀ ਵੁੱਠੀਆਂ ਇਹ ਹੋਆ ਹਲੇਮੀ ਰਾਜ ਜੀਓ ਅਗਲੀ ਗੱਲ ਕੈਲੰਡਰ ਬੜਾ ਵਿਵਾਦ ਹੈ ਕੌਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਪਤਾ ਕਿਸ ਤਰ੍ਹਾਂ ਸਮਪਰਦਾਇ ਪ੍ਰਣਾਲੀਆਂ ਦੇ ਪਿੱਛੇ ਲੱਪ ਕੇ ਉਸ ਨੂੰ ਕਤਲ ਕੀਤਾ ਗਿਆ ਇਹ ਗੱਲ ਵੱਖਰੀ ਹੈ ਪਰ ਬਾਬਾ ਬੰਦਾ ਸਿੰਘ ਪਹਾਦਰ ਕੌਮ ਦਾ ਕੈਸਾ ਜਰਨੈਲ ਰੂਪੀ ਦਾ ਉਹਦੀਆਂ ਦੋ ਚਿੱਠੀਆਂ ਸਾਨੂੰ ਮਿਲਦੀਆਂ ਨੇ ਇੱਕ ਭਾਈ ਰੂਪੇ ਕਿਆਂ ਦੇ ਨਾਮ ਦੂਸਰੀ ਜੌਨਪੁਰ ਦੀ ਸੰਗਤ ਦੇ ਨਾਮ ਉਹਦੇ ਥੱਲੇ ਜਿਹੜੀ ਉਸੇ ਤਰੀਕ ਲਿਖੀ ਉਸਤੇ ਲਿਖਿਆ ਸੰਮਤ ਨਾਨਕ ਇੱਕ ਗੁਰਨਾਨਕ ਸਾਹਿਬ ਦੇ ਨਾਮ ਦੀ ਸੰਮਤ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਉਹਦੀਆਂ ਸਾਨੂੰ ਚਿੱਠੀਆਂ ਦੇ ਵਿੱਚ ਇਸ ਦਾ ਸਬੂਤ ਮਿਲਦਾ ਦੋ ਚਿੱਠੀਆਂ ਦੇ ਵਿੱਚ ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਰਾਜ ਨੂੰ ਸਥਾਪਿਤ ਕੀਤਾ ਵਕਤ ਮੈਂ ਜ਼ਿਆਦਾ ਲੈ ਗਿਆ ਜੇ ਕਹੋ ਤੇ ਸ਼ਹਾਦਤ ਤੱਕ ਸਮਾਪਤੀ ਕਰਦਨ ਜੇ ਤੁਸੀਂ ਟਾਕ ਰਿਵਿਊ ਤੇ ਫਿਰ ਮੈਂ ਸੰਵਾਪਤੀ ਕਰਦਾ ਹਾਂਜੀ ਖੈਪ ਕਾਫੀ ਉਹ ਦੀ ਜ਼ਿੰਦਗੀ ਦਾ ਹੋਰ ਵੀ ਸਫਰ ਹੈ ਜਿਸ ਨੂੰ ਅਸੀਂ ਥੋੜਾ ਸਕਿਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਰਿਆਸੀ ਕਿਵੇਂਗੇ ਚੰਬੇ ਦੇ ਰਾਜੇ ਦੀ ਜਿਹੜੀ ਭਤੀਜੀ ਸੀ ਸੁਸ਼ੀਲਕੌਰ ਦੇ ਨਾਲ ਆਨੰਦਕਾਰ ਚ ਕਿਵੇਂ ਹੋਇਆ ਇਸ ਨੂੰ ਅਸੀਂ ਥੋੜਾ ਸਕਿਪ ਕਰਦੇ ਹਾਂ ਕਿਉਂਕਿ ਉਹ ਵਕਤ ਜਿਹੜਾ ਉਹ ਅੱਗੇ ਹੀ ਤਕਰੀਬਨ ਮੈਂ 15-20 ਮਿੰਟ ਲੈ ਗਿਆ 15 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਦਾਸ ਰੰਗਲ ਦੀ ਗੱਡੀ ਦੇ ਵਿੱਚੋਂ ਜਿਸ ਨੇ ਗ੍ਰਿਫਤਾਰ ਕੀਤਾ ਗਿਆ ਤਾਂ ਗ੍ਰਿਫਤਾਰ ਜਦੋਂ ਕੀਤਾ ਗਿਆ ਉਹ ਪੰਜਾਬ ਦਾ ਜਿਹੜਾ ਹਾਕਮ ਸੀ ਉਹ ਤਲੇਰੇ ਚੰਗ ਅਬਦੁਲ ਸਮਦ ਖਾਨ ਸਿੰਘ ਜੰਮੂ ਕਸ਼ਮੀਰ ਦਾ ਸੂਬਾ ਉਹਦੇ ਪੁੱਤਰ ਖਾਨ ਬਹਾਦਰ ਜ਼ਕਰੀਆ ਖਾਨ ਦੇ ਕੋਲ ਸੀ ਦਿੱਲੀ ਦਾ ਬਾਦਸ਼ਾਹ ਫਰਕਸੀਅਰ ਸੀ ਦਿੱਲੀ ਦਾ ਜਿਹੜਾ ਸੈਨਾਪਤੀ ਸੀ ਉਹ ਕਮਰੁਦੀਨ ਮੀਰਾਤ ਸੀ ਤੇ ਦਿੱਲੀ ਦਾ ਫੌਜਦਾਰ ਸਰਬਰਾ ਖਾਨ ਸੀ ਇੱਕ ਚਿੱਠੀ ਖਾਨ ਬਹਾਦਰ ਜ਼ਕਰੀਆ ਖਾਨ ਨੇ ਲਿਖੀ ਹੈ ਫਰਕਸੀਅਰ ਨੂੰ ਆਪਣੇ ਪਿਤਾ ਦੇ ਅਬਦੁਲ ਸਮਦ ਖਾਨ ਦੇ ਕਹਿਣ ਦੇ ਉੱਪਰ ਉਸ ਚਿੱਠੀ ਵਿੱਚ ਉਸਨੇ ਲਿਖਿਆ ਕਿ ਬੰਦਾ ਸਿੰਘ ਬਹਾਦਰ ਤੇ ਉਸਦੇ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਨੂੰ ਕੀ ਕੀਤਾ ਜਾਵੇ ਲਾਹੌਰ ਕਤਲ ਕਰ ਦਿੱਤਾ ਜਾਵੇ ਜਾਂ ਜਿੱਥੇ ਫੜੇ ਨੇ ਉੱਥੇ ਕਤਲ ਕਰ ਦਿੱਤੇ ਜਾਣ ਉਸ ਵੀ ਕਹਿੰਦੇ ਨਹੀਂ ਹੁਣ ਤੁਸੀਂ ਵੇਖੋ ਕਿ ਬੰਦਾ ਸਿੰਘ ਬਹਾਦਰ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ ਜਦੋਂ ਇਹ ਚਿੱਠੀ ਫਰਦ ਸੀਰ ਦੇ ਕੋਲ ਪਹੁੰਚੀ ਹੈ ਅਖਬਾਰਾਂ ਤੇ ਦਰਬਾਰੇ ਮੋਲਾ ਮੈਂ ਤਕਰੀਬਨ ਜਿੰਨਾ ਕਿ ਤੁਹਾਡੇ ਨਾਲ ਸਾਂਝਾ ਕੀਤਾ ਮੈਂ 17 ਫਾਰਸੀ ਸਰੋਤਾਂ ਦੀ ਵੱਤੋਂ ਕੀਤੀ ਹੈ ਅਖੀਰ ਤੇ ਜਾ ਕੇ ਮੈਂ احوالুল ਖਵਾਕਿੰਦੀ ਵੱਤੋਂ ਕਰੂੰਗਾ ਹਾਜੀ ਕਾਮਵਾਰ ਖਨ ਖਾਫੀ ਖਾਨ ਗੁਲਾਮ हुसैन ਮਹੀਉਦੀਨ ਦੀ ਅਸਰਾਰੇ ਸੰਦੀ ਤੇ ਫਤੂਆਤੇ ਸੰਦੀ ਇਹਨਾਂ ਸਾਰਿਆਂ ਦੇ ਵਿੱਚੋਂ ਮੈਂ ਤੁਹਾਡੇ ਨਾਲ ਜਿਹੜੇ ਤੱਥ ਸੀ ਸਾਂਝੇ ਕੀਤੇ ਨੇ ਖੈਰ ਇੱਕ ਅਹਿਮ ਤੱਥ ਇਹ ਹੈ ਅਖਬਾਰ ਦੇ ਦਰਬਾਰੇ ਮੋਲਾ ਦੇ ਵਿੱਚ ਇਹ ਲਿਖਿਆ ਹੋਇਆ ਹੈ ਉਹਨਾਂ ਦੀ ਫਰਕਸੀਅਰ ਦੀ ਖਬਰ ਮਿਲਦੀ ਘਟਨਾ ਨੂੰ ਕਿ ਜਿਸ ਵੇਲੇ ਦੇ ਫਰਕਸੀਅਰ ਨੂੰ ਇਹ ਖਬਰ ਬਿਲੀ ਕਿ ਬੰਦਾ ਸਿੰਘ ਬਹਾਦਰ ਗ੍ਰਫਤਾਰ ਕੀਤਾ ਗਿਆ ਉਸ ਦਿਨ ਉਸਨੇ ਦੋ ਨਮਾਜ਼ਾਂ ਵੱਤ ਪੜ੍ਹੀਆਂ ਤੇ ਨਾਲ ਹੀ ਉਸਨੇ ਆਪਣੇ ਮੀਰ ਮੁਨਸੀ ਨੂੰ ਕਿਹਾ ਕਿ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਪੈਸਿਆਂ ਦੀ ਵਰਖਾ ਕੀਤੀ ਜਾਵੇ ਮੇਰਾ ਸਭ ਤੋਂ ਵੱਡਾ ਦੁਸ਼ਮਣ ਫੜਿਆ ਗਿਆ ਹੁਣ ਤੁਸੀਂ ਵੇਖੋ ਕਿ ਸਟੇਟ ਦੇ ਨਜ਼ਰੀਏ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਐਮਤ ਕੀ ਸੀ ਤੇ ਪੰਦਾ ਸਿੰਘ ਭਾਦਰ ਨੂੰ ਘੇਰਾ ਪਾਉਣ ਵਾਲੇ ਅੱਜ ਆਰਐਸ ਜਿਹੜੀ ਹੈ ਨਾ ਕਿਤਾਬਾਂ ਵੰਡ ਰਹੀ ਹੈ ਪੰਜਾਬ ਦੇ ਪਿੰਡਾਂ 'ਚ ਇੱਕ ਕਿਤਾਬ ਵੰਡੀ ਗਈ ਸ਼ਰਾਜਾ ਛਤਰਸਾਲ ਆਰਐਸਐਸ ਦੇ ਵੱਲੋਂ ਪੰਜਾਬੀ ਦੇ ਵਿੱਚ ਲਿਖ ਕੇ ਇਹ ਛਤਰਸਾਲ ਉਹੀ ਹੈ ਜਿਹੜਾ ਪੰਦਾ ਸਿੰਘ ਭਾਦਰ ਨੂੰ ਘੇਰਾ ਪਾਉਣ ਵਾਲਿਆਂ 'ਚ ਸ਼ਾਮਲ ਸੀ ਜਿਨ੍ਹਾਂ ਨੂੰ ਅੱਜ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਨਾ ਉਹ ਲੋਕ ਨੇ ਜਿਹੜੇ ਬੰਦਾ ਸਿੰਘ ਬਹਾਦਰ ਨੂੰ ਘੇਰੇ ਪਾਉਣ ਵਾਲਿਆਂ ਚ ਸ਼ਾਮਲ ਸੀ ਰਜ਼ੌਰੀ ਦਾ ਹਾਕਮ ਬਾਈ ਤਾਰ ਦੇ ਰਾਜਾਂ ਦੇ ਪਰਿਵਾਰ ਦੇ ਵਿੱਚੋਂ ਉਦਤ ਸਿੰਘ ਮਡੇਲਾ ਸ਼ਰਾਜਾ ਛਤਰਸਾਲ ਕਮਰੂਦੀਨ ਮੀਰਾਤਸ਼ ਉਸ ਤੋਂ ਇਲਾਵਾ ਜ਼ਕਰੀਆ ਖਾਨ ਖਾਨਾਬਾਦ ਦੇ ਦਲੇਰੇ ਚੰਗ ਅਬਦੁਸਮਤ ਖਾਨ ਜੰਮੂ ਕਸ਼ਮੀਰ ਦੇ ਹਾਕਮ ਜ਼ਬਰਦਸਤ ਖਾਨ ਇਹ ਜਿੰਨੇ ਵੀ ਪਹਾੜੀ ਰਾਜੇ ਨੇ ਹਿੰਦੂ ਰਾਜੇ ਨੇ ਇਹ ਸਾਰੇ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਉਣ ਵਾਲੀ ਫੌਜ ਸ਼ਾਮਲ ਲਏ ਫਰਕ ਸੀ ਮੈਂ ਉਸੇ ਲਈ ਚਿੱਠੀ ਲਿਖੀ ਕਿ ਨਹੀਂ ਬੰਦਾ ਸਿੰਘ ਬਹਾਦਰ ਨੂੰ ਕਤਲ ਉੱਥੇ ਮੈਂ ਕੀਤਾ ਜਾਵੇ ਦਿੱਲੀ ਲਿਆਂਦਾ ਜਾਵੇ ਸੋ ਤਿੰਦੀ ਵੱਲ ਨੂੰ ਬੰਦਾ ਸਿੰਘ ਬਹਾਦਰ ਦੇ ਕੁਝ ਸਾਥੀਆਂ ਦੇ ਨਾਲ ਇਹਨਾਂ ਨੂੰ ਦਿੱਲੀ ਵੱਲ ਨੂੰ ਤੋਰ ਲਿਆ ਗਿਆ ਇਹਨਾਂ ਸਾਥੀਆਂ ਵਿੱਚ ਦੋ ਔਰਤਾਂ ਤੇ ਇੱਕ ਸਵਾ 3 ਮਹੀਨੇ ਦਾ ਬੱਚਾ ਔਰਤਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਪਤਨੀ ਬੀਬੀ ਸਸ਼ੀਲ ਕੌਰ ਤੇ ਇੱਕ ਉਹਦੀ ਦਾਸੀ ਬੀਬੀ ਪ੍ਰਤਾਪ ਕੌਰ ਜਿਸ ਦਾ ਇਤਿਹਾਸ ਚ ਨਾਮ ਪ੍ਰਤਾਪੋ ਹੁੰਦਾ ਸਬਤ 3 ਸਾਲ ਦਾ ਬੱਚਾ ਬਾਬਾ ਅਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦਾ ਬੇਡਾ ਤੇ 300 ਦੇ ਕਰੀਬ ਸਿੱਖ ਜਿਹੜੇ ਬੇਵੋਸ਼ੀ ਦੀ ਹਾਲਤ 'ਚ ਗੁਰਦਾਸ ਸਿੰਘ ਦੀ ਗੜੀ ਦੇ ਵਿੱਚੋਂ ਗ੍ਰਫਤਾਰ ਕੀਤੇ ਗਏ ਸਰਹੱਦ ਦੇ ਨੇੜੇ ਦੀ ਘਟਨਾ ਜਦੋਂ ਇਹ ਜਲੂਸ ਦਿੱਲੀ ਨੂੰ ਜਾ ਰਿਹਾ ਹੈ ਤੇ ਕਮਰੂਦੀਨ ਮੀਰ ਅਤਿਸ਼ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਕਹਿੰਦਾ ਤੇਰਾ ਬਾਪ ਗਵਰਨਰ ਐ ਪਰ ਜਦੋਂ ਉਹ 300 ਸਿੱਖਾਂ ਨੂੰ ਲੈ ਕੇ ਫਰਸੀਅ ਦੇ ਦਰਬਾਰ ਤੇ ਵਿੱਚ ਜਾਵਾਂਗੇ ਤੇ ਲਾਨਤਾ ਪਹਿਨਣੀ ਲਾਨਤਾ ਇਸ ਗੱਲ ਦੀ ਹੈ ਪਹਿਨ ਗਿਆ ਕਿ 8 ਮਹੀਨੇ ਦਾ ਘੇਰਾ ਤੇ 60000 ਫੌਜ ਤੇ ਲੜਨ ਵਾਲਿਆ 300 ਇਹ ਵੀ ਭੁੱਖੇ ਪਿਆਸੇ ਜਿਨ੍ਹਾਂ ਕੋ 8 ਮਹੀਨੇ ਤੋਂ ਸਿੱਤੇ ਛੱਤ ਨਹੀਂ ਪੀਣ ਨੂੰ ਪਾਣੀ ਨਹੀਂ ਖਾਣ ਨੂੰ ਰੋਟੀ ਨਹੀਂ ਜਿਨ੍ਹਾਂ ਦੇ ਪੱਤੇ ਵੀ ਖਾਦੇ ਨਹੀਂ ਰੁੱਖਾਂ ਦੀਆਂ ਛਿੱਲਾਂ ਵੀ ਖਾਧੀਆਂ ਲੈ ਢਹਾਰ ਪਏ ਨੇ ਬੇਹੋਸ਼ ਪਏ ਨੇ ਆ 300 ਬੰਦੇ ਨੂੰ 60000 ਦਾ ਘੇਰਾ ਤੇ 8 ਮਹੀਨੇ ਕਹਿੰਦਾ ਫਿਰ ਕਹਿੰਦਾ ਫਰਮਾਨ ਜਾਰੀ ਕਰਕੇ ਸਿੱਖਾਂ ਦੀ ਗਿਣਤੀ ਵਧਾਈ ਜਾਵੇ ਉਸੇ ਵੇਲੇ ਇੱਕ ਫਰਮਾਨ ਜਾਰੀ ਕੀਤਾ ਗਿਆ ਨਾਨਕ ਪ੍ਰਸਤਾ ਬਾ ਬਯੰਦ ਬਾ ਕਤਲ ਰਸਾਨੰਦ ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਉਹਦਾ ਸਿਰ ਵੱਢ ਕੇ ਲਿਆਂਦਾ ਜਾਵੇ ਪਿੰਡਾਂ ਦੇ ਵਿੱਚੋਂ ਚੰਤਕ ਤੌਰ ਤੇ ਕਤਲੇਆਮ ਕੀਤਾ ਗਿਆ ਔਰ ਇੰਨੇ ਜਿਆਦਾ ਸਿਰ ਵੱਢੇ ਗਏ ਕਿ ਜਦੋਂ ਇਹ ਸਿਰਾਂ ਵਾਲਾ ਚੰਦੂਸ ਦਿੱਲੀ ਸ਼ਹਿਰ ਦੇ ਵਿੱਚ 29 ਫਰਵਰੀ 1716 ਨੂੰ ਪਹੁੰਚਿਆ 29 ਫਰਵਰੀ ਮੈਂ ਤੁਹਾਨੂੰ ਦੱਸ ਦਿਆਂ ਕਿ ਲੀਪੀਅਸੀ ਤੇ ਉਸ ਦਿਨ 29 ਫਰਵਰੀ ਸੀ ਰਬੀਉ ਸ਼왈 ਜਿਹੜਾ ਇਸਲਾਮੀ ਹਿਜਰੀ ਕੈਲੰਡਰ ਹੈ ਉਹਦੇ ਮੁਤਾਬਕ ਜੇਕਰ ਡੇਟ ਨੂੰ ਕਨਵਰਟ ਕਰੀਏ ਤੇ 29 ਫਰਵਰੀ 1716 ਨੂੰ ਦਿਨ ਬਣਦਾ ਉਦੋਂ ਤੱਕ 700 ਗੱਡੇ ਸਿੱਖਾਂ ਦੇ ਧੜਾਂ ਦੇ ਉਸ ਸਿਰਾਂ ਦੇ ਪਰੇ ਹੋਏ ਸੀ 3000 ਸਿੱਖ ਸਿਰਾਂ ਸਿੱਖਾਂ ਦਾ ਜਿਹੜਾ ਸਿਰ ਸੀ ਉਹ ਨੇਜਿਆਂ ਦੇ ਉੱਪਰ ਟੰਗਿਆ ਪਿਆ ਸੀ 724 ਸਿੱਖ ਘੋੜਿਆਂ ਦੇ ਉੱਪਰ ਬੰਨੇ ਹੋਏ ਸੀ 25 ਜਰਨੈਲ ਵੱਖਰੇ ਬੰਨੇ ਹੋਏ ਸੀ ਇੱਕ ਹਾਥੀ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰਕੇ ਬਿਠਾਇਆ ਹੋਇਆ ਸੀ ਔਰ ਇੱਕ ਘੋੜੇ ਦੇ ਉੱਪਰ ਸ਼ਸ਼ੀਨਕੌਰ ਤੇ ਉਸ ਦਾ ਸਵਾ 3 ਮਹੀਨੇ ਦਾ ਪੁੱਤਰ ਬੰਨਿਆ ਹੋਇਆ ਸੀ ਸਵਾ 3 ਸਾਲ ਦਾ ਤੇ ਇੱਕ ਘੋੜੇ ਦੇ ਉੱਪਰ ਉਸ ਦੀ ਦਾਸੀ ਪ੍ਰਤਾਪੌਰ ਨੂੰ ਬੰਨਿਆ ਹੋਇਆ ਸੀ ਇਹ ਸਾਰੇ ਲਾਲ ਕਿਲੇ ਦੇ ਸਾਹਮਣੇ ਫਰਖਸੀਰ ਦੇ ਸਾਹਮਣੇ ਪੇਸ਼ ਕੀਤੇ ਗਏ ਫਰਖਸੀਰ ਨੂੰ ਪੁੱਛਿਆ ਗਿਆ ਕਮਰੁਦੀਨ ਮੀਰਾ ਤਸ਼ਰੀਹ ਪੁੱਛਿਆ ਕੀ ਕੀਤਾ ਜਾਵੇ ਉਸ ਦੇ ਕਿਹਾ ਕਿ ਬੰਦਾ ਸਿੰਘ ਬਹਾਦਰ ਤੇ ਇਸ ਦੇ ਜਿਹੜੇ ਖਾਸ 25 ਜਰਨੈਲ ਨੇ ਇਹਨਾਂ ਨੂੰ ਤਰਪੋਲੀਆ ਦੇ ਚ ਸਲੀਮਗੜ ਦੇ ਕਿਲੇ ਚ ਕੈਦ ਕਰਦੇ ਮਹਾਰਾਜਾ ਜਿਹੜਾ ਸਲੀਮ ਸੀ ਸ਼ਾਜਾਦਾ ਸਲੀਮ ਉਹਦੇ ਨਾਮ ਦੇ ਉਪਰੇ ਜੇਲ ਬਣਾਈ ਗਈ ਸੀ ਪਹਿਲਾਂ ਕਿਲਾ ਬਾਅਦ ਵਿੱਚ ਜੇਲ ਬਣਾਈ ਗਈ ਜਿਸ ਦੇ ਚ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਇੱਕ ਤੇ ਬੰਦਾ ਸਿੰਘ ਬਹਾਦਰ ਨੂੰ ਸਲੀਮਗੜ ਦੇ ਕਿਲੇ ਚ ਕੈਦ ਰੱਖਿਆ ਗਿਆ ਇਹਦੇ ਤੋਂ ਪਹਿਲਾਂ ਸਭ ਤੋਂ ਪਹਿੰਦੀ ਚ ਕੈਤਨ ਸੀ ਔਰੰਗਜ਼ੇਬ ਦੀ ਆਪਣੀ ਬੇਟੀ ਜਿਹੜੀ ਬਹੁਤ ਸੋਹਣੀ ਪੋਇਟਰੀ ਕਰਿਆ ਨਰਦਿਸ ਜੇਪਲ ਨੀ ਸਾ ਔਰੰਗਜੇਬ ਨੇ ਆਪਣੀ ਬੇਟੀ ਨੂੰ ਇਸ ਕਿਲੇ ਚ ਕੈਦ ਰੱਖਿਆ ਸੀ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੇ ਉਸਦੇ 25 ਜਰਨੈਲਾਂ ਨੂੰ ਸਨੀਮਗੜ ਦੇ ਕਿਲੇ ਚ ਕੈਦ ਰੱਖਿਆ ਗਿਆ ਜਿਹੜੇ ਉੱਤੇ 724 ਦੇ ਕਰੀਬ ਆਕੀ ਸਾਥੀ ਸੀ ਸਰਬਰਾ ਖਾਨ ਦੇ ਹਵਾਲੇ ਕਰਕੇ ਕਿਹਾ ਗਿਆ ਕਿ ਰੋਜ ਕਤਵਾਲੀ ਜਿੱਥੇ ਅਜ ਦਿਨੀ ਦੀ ਪਬਲਿਕ ਲਾਇਬ੍ਰੇਰੀ ਕਿ ਇਹਨਾਂ ਨੂੰ ਰੋਜ 100-100 ਕਤਲ ਕਰ ਦਿੱਤਾ ਜਾਵੇ ਇਹ ਜਿਹੜਾ ਕਤਲੇਆਮ ਸੀ ਮਾਰਚ ਦੇ ਪਹਿਲੇ ਹਫਤੇ ਸ਼ੁਰੂ ਹੋਇਆ ਕਤਲੇਆਮ ਦੀ ਇੱਕ ਰਤਨਾ ਤੁਹਾਡੀ ਸਾਂਝੀ ਕਰਦਾ ਹੈ ਕਤਲੇਆਮ ਦਾ ਪਹਿਲਾ ਦਿਨ ਇਹ ਕਿ ਬੱਚੇ ਦੇ ਬਾਰੇ ਜਿਸ ਇਤਿਹਾਸ ਚ ਸਾਰਿਆਂ ਨੇ ਪੜ੍ਹਿਆ ਤੇ ਸੁਣਿਆ ਮੈਂ ਉਹ ਸਾਂਝੀ ਨਹੀਂ ਕਰੂੰਗਾ ਕਿਉਂਕਿ ਉਸ ਘਟਨਾ ਨੂੰ ਜਿਸ ਬੱਚੇ ਨੇ ਕਿਹਾ ਸੀ ਕਿ ਮੇਰੀ ਮਾਂ ਝੂਠ ਬੋਲਦੀ ਐ ਇਹ ਵੀ ਘਟਨਾ ਸਾਡੇ ਸਿੱਖ ਸਰੋਤਾਂ ਦੇ ਵਿੱਚ ਨਹੀਂ ਹੈਗੀ ਇਸ ਘਟਨਾ ਦਾ ਵੀ ਸਭ ਤੋਂ ਪਹਿਲਾ ਸਿਆਰ ਮੁਤਾਖਰੀਨ ਤੋਂ ਪਹਿਲਾਂ ਮੁੰਤਕਿਪੁਰ ਲਬਾਬ ਦੇ ਚ ਖਾਫੀ ਖਾਨ ਨੇ ਲਿਖਿਆ ਇਹ ਵੀ ਸਰੋਤ ਸਾਡੇ ਪਰ ਮੁਸਲਮਾਨਾਂ ਦਾ ਸਾਡੇ ਸਿੱਖ ਸਰੋਤ ਦੇ ਚ ਇਸ ਘਟਨਾ ਦਾ ਜ਼ਿਕਰ ਨਹੀਂ ਉਸ ਦਾ ਹਵਾਲਾ ਦੇ ਕੇ ਮੁੰਕੇ ਡਾਕਟਰ ਵਿਲੀਅਮ ਇਰੀਮਨ ਨੇ ਆਪਣੀ ਕਿਤਾਬ ਦਾ ਲੇਟਰ ਮੁਗਲ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲਿਖਿਆ ਪਰ ਪਹਿਲਾ ਸਰੋਤ ਉਸ ਘਟਨਾ ਦਾ ਸਾਡੇ ਕੋਲ ਫਾਰਸੀ ਦਾ ਸਰੋਤ ਹੈ ਮント ਗਵਰ ਲਬਾਬ ਦੇ ਚਾਫੀ ਖਾਨ ਨੇ ਇਸ ਨੂੰ ਲਿਖਿਆ। ਸੋ ਜਿਹੜੀ ਅਗਲੀ ਘਟਨਾ ਹੈ ਉਹ ਘਟਨਾ ਮੁਹੰਮਦ ਕਾਸਮ ਹਾਰਸੀ ਨੇ ਇਬਰਤ ਨਾਮੇ ਚ ਲਿਖੀ ਹੈ। ਕਹਿੰਦਾ ਕਿ ਪਹਿਨੇ ਦਿਨ 100 ਸਿੱਖਾਂ ਨੂੰ ਕੱਢ ਕੇ ਲਿਆਂਦਾ। ਇੱਕ ਪਾਸੇ ਕਾਜ਼ੀ ਕੁਰਾਨ ਲੈ ਕੇ ਖੜਾ ਹੈ ਤੇ ਜਲਾਦ ਕਿਰਪਾਨ ਲੈ ਕੇ ਖੜਾ ਤੇ ਪਹਿਲੇ ਸਿੱਖ ਨੂੰ ਪੁੱਛਿਆ ਗਿਆ ਕਿ ਜੇਕਰ ਤੂੰ ਦੀਨੇ ਇਸਲਾਮ ਕਬੂਲ ਕਰਕੇ ਜਾਨ ਬਚਾਉਣੀ ਚਾਹੁੰਦਾ ਕੁਰਾਨ ਵਾਲੇ ਪਾਸੇ ਚਲੇ ਜਾ। ਜੇ ਦੀਨੇ ਇਸਲਾਮ ਕਬੂਲ ਨਹੀਂ ਕਰਨਾ ਫਿਰ ਕਿਰਪਾਨ ਵਾਲੇ ਪਾਸੇ ਚਲਾ ਜਾ। ਕਹਿੰਦਾ ਸਿੱਖ ਚੁੱਪਚਾਪ ਕਿਰਪਾਨ ਵਾਲੇ ਪਾਸੇ ਚਲਾ ਗਿਆ। ਕਹਿੰਦਾ ਜਲਾਦ ਨੇ ਵਾਰ ਕੀਤਾ ਸਿਰ ਧੜ ਤੋਂ ਜਦਾ ਕਰ ਦਿੱਤਾ ਦੂਜਾ ਸਿਰ ਆ ਗਿਆ ਦੂਜਾ ਸਿੱਖ ਉਸ ਨੂੰ ਫਿਰ ਕਾਜੀ ਨੇ ਸਵਾਲ ਕੀਤਾ ਕਿ ਕਰਮਾ ਕੁਰਾਨ ਪੜ੍ਹਨਾ ਹੈ ਤੇ ਕੁਰਾਨ ਵਾਲੇ ਪਾਸੇ ਆ ਜਾ ਜਾਨ ਬਚਾਉਣੀ ਹੈ ਤੇ ਜੇਕਰ ਜਾਨ ਨਹੀਂ ਬਚਾਉਣੀ ਫਿਰ ਕਰਪਾਨ ਵਾਲੇ ਪਾਸੇ ਚਲਾ ਜਾ ਉਹ ਵੀ ਚਲਾ ਗਿਆ ਦੂਸਰਾ ਗਿਆ ਤੀਸਰਾ ਗਿਆ ਜਦੋਂ ਪੰਜ ਚਲੇ ਗਏ ਨਾ ਪਿੱਛੇ ਇੱਕ ਸਿੱਖ ਦੇ ਹੱਥ ਫੜਾ ਲੀਤਾ ਕਹਿੰਦਾ ਕਾਜੀ ਸਾਹਿਬ ਮੇਰੀ ਇੱਕ ਤਰਖਾਸਤ ਹੈ ਤਸلیم ਕਰੋਗੇ ਕਾਜੀ ਨੇ ਸੋਚਿਆ ਕਿ ਜਿੱਥੇ ਮੌਤ ਦੇ ਵਾਸਤੇ ਲਾਈਨ ਲੱਗੀ ਹੋਵੇ ਉੱਥੇ ਇੱਕ ਬੰਦਾ ਹੱਥ ਖੜਾ ਕਰੇ ਤਾਂ ਕੁਦਰਤੀ ਉਹਦੀ ਮੰਗ ਤਾਂ ਜ਼ਿੰਦਗੀ ਹੋਵੇਗੀ ਨਾ ਕਹਿੰਦਾ ਦੱਸੋ ਕਹਿੰਦਾ ਨਹੀਂ ਪਹਿਲਾਂ ਤੁਹਾਡੇ ਹੱਥੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ ਤੁਸੀਂ ਕਸਮ ਖਾ ਕੇ ਕਹੋ ਕਿ ਮੇਰੀ ਮੰਗ ਨੂੰ ਤੁਸੀਂ تسلیم ਕਰੋਗੇ ਮੰਨੋਗੇ ਕਹਿੰਦਾ ਹਾਂ ਮੇਰੇ ਹੱਥ ਦੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ ਮੈਂ ਤੇਰੀ ਮੰਗ ਨੂੰ ਪ੍ਰਵਾਨ ਕਰਦਾ ਇਕਰਾਰ ਕਰਦਾ ਮੈਂ ਪ੍ਰਵਾਨ ਕਰਾਂਗਾ ਕਹਿੰਦਾ ਕਾਜੀ ਸਾਹਿਬ ਫਿਰ ਮੇਰੀ ਇੱਕ ਹੀ ਮੰਗ ਹੈ ਕਿ ਹਰ ਸਿੱਖ ਨੂੰ ਪੁੱਛ ਕੇ ਨਾ ਕਿ ਤੂੰ ਕੁਰਾਨ ਵਾਲੇ ਪਾਸੇ ਜਾਣਾ ਜਾਂ ਕਿਰਪਾਨ ਵਾਲੇ ਪਾਸੇ ਜਾਣਾ ਆਪਣਾ ਤੇ ਸਾਡਾ ਵਕਤ ਖਰਾਬ ਨਾ ਕਰੋ ਮੈਂ ਤੁਹਾਨੂੰ ਸਾਰੇ ਸਿੱਖਾਂ ਦੇ ਬਾਰੇ ਦੱਸ ਦਿੰਦਾ ਕਿ ਅਸੀਂ ਸਾਰੇ ਕਿਰਪਾਨ ਵਾਲੇ ਰਾਜ ਦੇ ਸਰਤੇ ਤੋਂ ਕਿਸੇ ਦੇ ਵੀ ਕਰਾਂ ਵਾਲੇ ਰਾਹ ਦੇ ਨਹੀਂ ਜਾਣਾ ਮੈਂ ਤੁਹਾਨੂੰ ਸਾਰੇ ਸਿੱਖਾਂ ਦਾ ਇੱਕੋ ਜਿਹਾ ਜਵਾਬ ਦਿੰਦਾ ਕਿ ਸਾਰਿਆਂ ਦੇ ਕਿਰਪਾਨ ਵਾਲੇ ਰਾਜ ਹਨ ਸਿੱਖ ਸ਼ਹੀਦ ਹੋਏ ਉਸ ਤੋਂ ਬਾਅਦ ਦਿਨ ਆ ਗਿਆ 9 ਜੂਨ 1716 ਜੂਲੀਅਨ ਕੈਲੰਡਰ ਦੇ ਮੁਤਾਬਕ ਗ੍ਰੈਗੋਰੀਅਨ ਦੇ ਵਿੱਚ ਸਿੱਧਾ ਕਨਵਰਟ ਕਰੀਏ ਤੇ 19 ਜੂਨ ਇਹ ਸੂਨ ਸਿੰਘ ਸੀਤਲ ਨੇ ਲਿਖਿਆ ਤੇ ਅੱਜ ਦੇ ਹਿਸਾਬ ਦੇ ਨਾਲ ਜਿਹੜੇ ਬਿਕਰਮੀ ਸੰਮਤ ਦੇ 71 ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪੈਂਦਾ ਉਹਦੇ ਹਿਸਾਬ ਦੇ ਨਾਲ 25 ਜੂਨ 1716 ਸੇਰੇ ਕਮਰੂਦੀਨ ਮੀਰਾਤਸ਼ ਸਰਬਰਾ ਖਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸਲੀਮਗੜ ਦੇ ਕਿਲੇ ਦੇ ਵਿੱਚ ਆ ਕੇ ਕਹਿੰਦੇ ਨੇ ਬੰਦਾ ਸਿੰਘ ਅੱਜ ਤੇਰਾ ਆਖਰੀ ਦਿਨ ਹੈ ਦੇਦੇ ਇਸਲਾਮ ਕਬੂਲ ਕਰ ਤੇ ਬੰਦਾ ਸਿੰਘ ਬਹਾਦਰ ਨੇ ਕਮਰੂਦੀਨ ਮੀਰਾਤਸ਼ ਰਿਕਸਾਲ ਕੀਤਾ ਕਹਿੰਦਾ ਕਿ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਉਹਨਾਂ ਚੋਂ ਕਿੰਨੇ ਨੇ ਤਿੰਨ ਨੇ ਇਸਲਾਮ ਕਬੂਲ ਕੀਤਾ ਕਮਰੂਦੀਨ ਮੀਰਾਤਸ਼ ਨੇ ਖਾ ਚੁਕਾਰ ਲਿਆ ਬੰਦਾ ਸਿੰਘ ਕਹਿੰਦਾ ਹੈ ਕਿ ਮੇਰਾ ਜਵਾਬ ਬਾਤ ਸੁਣੀ ਪਰ ਨੰਬਰ ਇਸ ਕਰਦਾ ਜਵਾਬ ਦੇ ਕੇ ਜਿਹੜੇ ਮੇਰੇ ਨਾਲ ਤੇ 706 ਸੀ ਉਹਨਾਂ ਚ ਕਿੰਨੇ ਨੇ ਦੀਨੇ ਇਸਲਾਮ ਕਬੂਲ ਕੀਤਾ ਬੋਲਣਾ ਹੀ ਪਿਆ ਕਮਰੋਦੀਨ ਮੀਰਾ ਦਸ਼ਕਿੰਦਾ ਕਿਸੇ ਇੱਕ ਨੇ ਵੀ ਨਹੀਂ ਕਹਿੰਦਾ ਫਿਰ ਜਿਹੜੇ ਸਿਪਾਹੀ ਸੀ ਜੇਕਰ ਉਹਨਾਂ ਨੇ ਦੀਨੇ ਇਸਲਾਮ ਕਬੂਲ ਨਾ ਕੀਤਾ ਤੇ ਜਿਸ ਜਰਨੈਲ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ ਭੇਜਿਆ ਹੋਵੇਗਾ ਤੂੰ ਇਸ ਸੋਚਣ ਤੋਂ ਪਹਿਲਾਂ ਪੁੱਛਣ ਤੋਂ ਪਹਿਲਾਂ ਸੋਚ ਕੇ ਉਹਨਾਂ ਲਿਆ ਕਿ ਉਹ ਦੀਨੇ ਇਸਲਾਮ ਕਿਵੇਂ ਕਬੂਲ ਕਰ ਸਕਦਾ ਮੌਤ ਦੇ ਵਾਸਤੇ ਤਿਆਰ ਲੈ ਜਾਓ ਇਹਨਾਂ ਨੂੰ ਸਰਪਰਾ ਖਾਨ ਦੀ ਕਤਵਾਲੀ ਨਹੀਂ ਲਜਾਇਆ ਗਿਆ ਬੰਦਾ ਸਿੰਘ ਬਹਾਦਰ ਨੂੰ ਤੇ ਉਸਦੇ 25 ਸਾਥੀਆਂ ਨੂੰ ਸ਼ਹੀਦ ਕਰਨ ਦੇ ਵਾਸਤੇ ਲਜਾਇਆ ਗਿਆ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਹੁਣ ਇਹ ਵੀ ਇੱਕ ਸਵਾਲ ਹੈ ਕਿ ਜਿੰਨੇ ਵੀ ਸਿੱਖ ਪਾਕੀ ਕਤਲ ਕੀਤੇ ਗਏ ਉਹ ਸਾਰੇ ਕਤਵਾਲੀ ਕਤਲ ਕੀਤੇ ਗਏ ਤੇ ਬੰਦਾ ਸਿੰਘ ਬਹਾਦਰ ਨੂੰ ਮਹਿਰੋਲੀ ਦੇ ਵਿੱਚ ਜਿੱਥੇ ਕੁੱਤਬ ਮিনার ਹੈ ਉਹਦੇ ਕੋਲ ਖਵਾਜਾ ਬਖਤਿਆਰ ਕਾਕੀ ਦੀ ਜਗ੍ਹਾ ਬਿਲਕੁਲ ਨਾਲ ਮੋਤੀ ਮਸਜਿਦ ਹੈ ਉੱਥੇ ਕਿਉਂ ਲਜਾਇਆ ਗਿਆ ਇੱਕ ਬੜਾ ਅਹਿਮ ਸਵਾਲ ਹੈ ਬੰਦਾ ਸਿੰਘ ਬਹਾਦਰ ਨੂੰ ਕਤਵਾ ਲਈ ਕਤਲ ਕੀਤਾ ਜਾ ਸਕਦਾ ਜੀ 6 ਕੋ ਦਾ ਰਸਤਾ ਪੈਂਦਾ ਹੈ ਕਰੋ ਫਲਾਈ 6 ਕੋ ਦੂਰ ਲਜਾਇਆ ਗਿਆ ਕਿਉਂ ਲਜਾਇਆ ਗਿਆ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਤੁਸੀਂ ਕਿਤੇ ਅੱਜ ਵੀ ਤੁਹਾਨੂੰ ਮਹਿਰੋਲੀ ਜਾਣ ਦਾ ਮੌਕਾ ਮਿਲੇ ਇੱਕ ਤਾਂ ਉੱਥੇ ਬਹਾਦਰ ਸ਼ਾਹ ਦੀ ਕਬਰ ਹੈ ਉਹਨੂੰ ਉੱਥੇ ਦਫਨ ਕੀਤਾ ਗਿਆ ਤੇ ਬਹਾਦਰ ਸ਼ਾਹ ਜਿਸ ਨੇ ਲਾਹੌਰ ਦੇ ਵਿੱਚ ਸੀ ਇਹ ਘਟਨਾ 12 ਫਰਵਰੀ 1710 ਦੀ ਹੈ ਜਦੋਂ ਬਹਾਦਰ ਸ਼ਾਹ ਦੀ ਮੌਤ ਹੋਈ ਹੈ ਬਹਾਦਰ ਸ਼ਾਹ ਬੰਦਾ ਸਿੰਘ ਬਹਾਦਰ ਤੋਂ ਡਰਦਾ ਪਾਗਲ ਹੋ ਕੇ ਮਰਿਆ ਸੀ ਬਹਾਦਰ ਸ਼ਾਹ ਦੇ ਤਿੰਨ ਸ਼ਾਹੀ ਫਰਮਾਨ ਸਾਨੂੰ ਮਿਲਦੇ ਨੇ ਡਾਕਟਰ ਗੰਡਾ ਸਿੰਘ ਦੀ ਕਿਤਾਬ ਚ ਪੜੇ ਜਾ ਸਕਦੇ ਨੇ ਅੰਗਰੇਜ਼ੀ ਦੇ ਵਿੱਚ ਦਾ ਬੰਦਾ ਬਾਦਰ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਉਹਦੇ ਤਿੰਨ ਫਰਮਾਨ ਨੇ ਕਹਿੰਦਾ ਸਾਰੇ ਸ਼ਹਿਰ ਦੇ ਫਕੀਰ ਸ਼ਹਿਰ ਚੋਂ ਕੱਢ ਦਿਓ ਇਹਨਾਂ ਬਾਰੇ ਵੇਖ ਕੇ ਮੈਨੂੰ ਸਿੱਖ ਚਿੱਤੇ ਆ ਜਾਂਦੇ ਨੇ ਕਹਿੰਦਾ ਸਾਰੇ ਸ਼ਹਿਰ ਦੇ ਗਧੇ ਸ਼ਹਿਰ ਚੋਂ ਕੱਢ ਕੇ ਕਤਲ ਕਰ ਦਿਓ ਜਦੋਂ ਗਧੇ ਰਾਤ ਨੂੰ ਤੋੜਦੇ ਨੇ ਮੈਨੂੰ ਇਹ ਜਿਹਾ ਲੱਗਦਾ ਕਿਤੇ ਸਿੱਖਾਂ ਦੇ ਘੋੜੇ ਨਾ ਆ ਗਏ ਹੁਣ ਤੇ ਕਹਿੰਦਾ ਸਾਰੇ ਸ਼ਹਿਰ ਦੇ ਕੁੱਤੇ ਮਾਰ ਦਿਓ ਜਦੋਂ ਇਹ ਭੌਂਕਦੇ ਨੇ ਮੈਨੂੰ ਡਰ ਹੁੰਦਾ ਵੀ ਕਿਤੇ ਬੰਦਾ ਸਿੰਘ ਬਹਾਦਰ ਅਮਦਾਨਾ ਕਰ ਦੇਵੇ ਸੋ ਜਿਹੜਾ ਬਹਾਦਰ ਸ਼ਾ ਹੈ ਇਹ ਪਾਗਲ ਲੋਕੇ ਮਰ ਗਿਆ ਸੀ ਤੇ ਇਸਲਾਮ ਦੇ ਲੋਕ ਯਕੀਨ ਕਰਦੇ ਸੀ ਕਿ ਜਿੱਥੇ ਉਹਨੂੰ ਦਫ਼ਨ ਕੀਤਾ ਗਿਆ ਜਿਸ ਤੋਂ ਡਰਦਾ ਹੋਇਆ ਉਹ ਮਰਿਆ ਜੇਕਰ ਉਹਦੀ ਕਬਰ ਦੇ ਸਾਹਮਣੇ ਹੀ ਉਹਨੂੰ ਕਤਲ ਕੀਤਾ ਜਾਵੇ ਤੇ ਉਹਦੀ ਮਰੇ ਹੋਏ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਇਹਦੇ ਕਰਕੇ ਬੰਦਾ ਸਿੰਘ ਬਹਾਦਰ ਨੂੰ 72 ਸ਼ਾਹੀ ਕਬਰ ਦੇ ਸਾਹਮਣੇ ਲਜਾਇਆ ਗਿਆ ਬੰਦਾ ਸਿੰਘ ਬਹਾਦਰ ਪਰ ਉਸਦੇ ਸਾਥੀ ਸਾਰਿਆਂ ਦੇ ਬੇੜਾਂ ਦੇ ਵਿੱਚ ਬੇੜੀਆਂ ਹੱਥਾਂ ਦੇ ਵਿੱਚ ਸੱਥਣ ਬੇੜੀਆਂ ਤਖਤ ਦੇ ਉੱਪਰ ਸਰਬਰਾ ਖਾਨ ਬੈਠਾ ਹੈ ਦਿੱਲੀ ਦਾ ਹੱਬ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਫਰਦシアਰ ਕਮਰੁਦੀਨ ਮੀਰਾ ਤਸ਼ ਮੁਹੰਮਦ ਅਮੀਨ ਖਾਨ ਇਹ ਸਾਰੇ ਬੈਠੇ ਨੇ 바이సింగ్ ਦੀ ਘਟਨਾ ਇੱਕ ਬੜੀ ਅਹਿਮ ਹੈ ਉਹ ਮੈਂ ਸਾਂਝੀ ਨਹੀਂ ਕਰੂੰਗਾ ਵਕਤ ਬਹੁਤ ਜ਼ਿਆਦਾ ਹੋ ਜਾਣਾ ਕੇਵਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਅੰਤਮ ਸ਼ਬਦ ਨੇ ਉਹਨਾਂ ਸ਼ਬਦਾਂ ਦਾ ਵਾਸਤੇ ਸਾਡੇ ਕੋਲ ਕੋਈ ਪੰਜਾਬੀ ਸੋਤ ਨਹੀਂ ਹੈ ਇੱਕ 100 ਪੇਜ ਦੀ ਛੋਟੀ ਜੀ ਫਾਰਸੀ ਦੀ ਕਿਤਾਬ ਹੈ ਮੁਹੰਮਦ ਕਾਸਮ ਪਰੰਗਾਬਾਦੀ ਦੀ ਲਿਖੀ ਹੋਈ ਅਹਵਾਲੁਲ ਖਵਾਕੀ ਜਰੂਰ ਪੜਿਓ ਉਸ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬੈਠਾ ਦਿੱਲੀ ਦਾ ਬਾਦਸ਼ਾਹ ਕਹਿੰਦਾ ਬੰਦਾ ਸਿੰਘ ਤੇਰੇ ਸਾਥੀ ਮਾਰੇ ਜਾ ਚੁੱਕੇ ਨੇ ਇਹਨਾਂ ਦੇ ਸਿਰ ਨੇਜਿਆਂ ਦੇ ਉੱਪਰ ਟੰਗੇ ਹੋਏ ਨੇ ਉਹਦੇ 25 ਜ਼ਮਾਨਾਂ ਦੇ ਸਿਰ ਨੇਜਿਆਂ ਦੇ ਉੱਪਰ ਟੰਗੇ ਦਿੱਤੇ ਗਏ ਟੜ ਜ਼ਮੀਨ ਦੇ ਉੱਪਰ ਪਏ ਤੜਫਰੇ ਸੀ ਜ਼ਮੀਨ ਦੇ ਉੱਪਰ ਲਾਲ ਖੂਨ ਦਾ ਗਲੀਚਾ ਵਿਛਾਇਆ ਹੋਇਆ ਸੀ ਤੇ ਕੌਮ ਦਾ ਜ਼ਰਨੈਲ ਨੇਤਰ ਬੰਦ ਕਰਕੇ ਬੈਠਾ ਸੀ ਫਖਰ ਸਿੰਘ ਪੁੱਛਦਾ ਕਿ ਇਹਦਾ ਬੰਦਾ ਸਿੰਘ ਕੀ ਗੱਲ ਰੱਖਾ ਕਿਉਂ ਬੰਦ ਕਰ ਲੀਆਂ ਨੇ ਆਪਣੇ ਜ਼ਰਨੈਲਾਂ ਦੇ ਨੇਜਿਆਂ ਦੇ ਉੱਪਰ ਟੰਗੇ ਹੋਏ ਸਿਰ ਨਹੀਂ ਵੇਖੇਗੇ ਆਹ ਤਰਫ ਦੇ ਹੋਏ ਧੜ ਨਹੀਂ ਵੇਖੇ ਗਏ ਲਾਲ ਜ਼ਮੀਨ ਨਹੀਂ ਵੇਖੀ ਗਈ ਅੱਖਾਂ ਕੇ ਬੰਦ ਕਰ ਲੀਆਂ ਨੇ ਇਹਦਾ ਫਰਜ਼ ਸਿਰ ਨਹੀਂ ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤੀਆਂ ਕਿ ਮੈਂ ਆਪਣੇ ਸਾਥੀਆਂ ਦੇ ਨੇਜਿਆਂ ਦੇ ਉੱਪਰ ਟੰਗੇ ਹੋਏ ਸਿਰ ਨਹੀਂ ਵੇਖ ਸਕਦਾ ਮੈਂ ਆਪਣੇ ਸਾਥੀਆਂ ਦੇ ਤਰਫ ਦੇ ਧੜ ਨਹੀਂ ਵੇਖ ਸਕਦਾ ਮੈਂ ਜ਼ਮੀਨ ਦੇ ਉੱਪਰ ਵਿਛਿਆ ਹੋਇਆ ਖੂਨ ਦਾ ਲਾਲ ਗਲੀਚਾ ਨਹੀਂ ਵੇਖ ਸਕਦਾ ਮੈਂ ਤੇ ਅੱਖਾਂ ਬੰਦ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਚਰ ਅਰਦਾਸ ਕਰ ਰਿਹਾ ਸੀ ਪਾਤਸ਼ਾਹ ਜਿਹੜੇ ਬਾਦ ਦੇ ਵਿੱਚ ਧਰਮ ਯੁੱਧ ਚ ਆਏ ਉਹ ਪਹਿਲਾਂ ਤੇਰੀ ਗੋਦ ਚ ਚਲੇ ਗਏ ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ ਹੈ ਫਰਜ਼ ਸਿਰ ਨਹੀਂ ਦਿੰ ਬੰਦਾ ਸਿੰਘ ਬਹਾਦਰ ਨਹੀਂ ਮਕਾਉਣਾ ਨਹੀਂ ਤੈਨੂੰ ਝਕਾਉਣਾ ਹੈ ਤੈਨੂੰ ਮਕਾਉਣਾ ਤੇਰੀ ਜਿੱਤ ਹੈ ਤੈਨੂੰ ਝਕਾਉਣਾ ਮੇਰੀ ਜਿੱਤ ਹੈ ਮੈਂ ਤੇ ਦੁਨੀਆ ਦੀ ਤਵਾਰੀਖ ਨੂੰ ਦੱਸਣਾ ਹੈ ਕਿ ਗੁਰਗੋਬਿੰਦ ਸਿੰਘ ਦੇ ਭੇਜੇ ਜਿਸ ਜਰਨੈਲ ਨੇ ਪੰਜਾਬ ਦੀ ਧਰਤੀ ਦੇ ਉੱਪਰ ਲਗਾਤਾਰ 6 ਸਾਲ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡੇ ਸੀ ਮਸਲੂਦੀਨ ਅੱਲ੍ਹਾਮ ਚ ਲੈਂਦਾ ਤੇ ਮੁਸਕਰਾ ਕੇ ਬੰਦਾ ਸਿੰਘ ਬਹਾਦਰ ਕਹਿੰਦਾ ਫਿਰ ਤੂੰ ਆਪਣਾ ਜ਼ਬਰ ਪਰਖ ਲੈ ਤੇ ਮੈਨੂੰ ਆਪਣਾ ਸਬਰ ਪਰਖਣ ਦੇ ਉਸੇ ਵੇਲੇ ਦਰਬਾਰਖਾਨੇ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਦਾ ਤਾਂ ਪੌਣੇ ਚਾਹ ਸਾਬ ਦਾ ਪੁੱਤਰ ਮੈਂ ਫਰਵਰੀ ਦੇ ਵਿੱਚ ਉਸ ਦੀ ਉਮਰ ਸਵਾ 3 ਸਾਲ ਦੱਸੀ ਸੀ 7 ਮਹੀਨੇ ਹੋਰ ਬੀਤ ਚੁੱਕੇ ਨੇ ਬੱਚੇ ਦੇ ਉੱਪਰ ਪੌਣੇ 4 ਸਾਲ ਹੋ ਚੁੱਕੀ ਹੈ ਪੌਣੇ 4 ਸਾਲ ਦਾ ਪੁੱਤਰ માતા ਸਸ਼ੀਲਕੌਰ ਦੀ ਗੋਦ ਦੇ ਵਿੱਚੋਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਉਹਦੀ ਗੋਦ ਦੇ ਵਿੱਚ ਬਿਠਾ ਦਿੱਤਾ ਪੌਣੇ 8 ਮਹੀਨੇ ਦੇ ਬਾਅਦ ਪਿਤਾ ਔਰ ਪੁੱਤਰ ਦਾ ਮਿਲਾਪ ਪੌਣੇ 4 ਸਾਲ ਦਾ ਬੱਚਾ ਨੂੰ ਨਹੀਂ ਪਤਾ ਕਿ ਕੀ ਕੱਟਣਾ ਵਾਪਰ ਲੱਗੀ ਹੈ ਪਰ ਉਸੇ ਵੇਲੇ ਮੁਹੰਮਦ ਅਮੀਨ ਖਾਨ ਨੇ ਬੰਦਾ ਸਿੰਘ ਬਹਾਦਰ ਦੀ ਇੱਕ ਹੱਤਕੜੀ ਖੋਲੀ ਔਰ ਉਹਦੇ ਹੱਥ ਦੇ ਵਿੱਚ ਖੰਜਰ ਫੜਾ ਕੇ ਕਹਿੰਦਾ ਬੰਦਾ ਸਿੰਘ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰਸ ਤਿੰਨ ਤਰੀਕੇ ਦਿੰਦੇ ਨੇ ਇਸਲਾਮ ਚ ਕਤਲ ਕਰਨ ਦੇ ਚਤਾਲਿਤ ਸਹੀਆਂ ਦੇ ਵਿੱਚ ਸਿੱਧਾ ਛਾਤੀ ਚ ਖੰਜਰ ਮਾਰਿਆ ਜਾਵੇ ਉਸ ਨੂੰ ਜ਼ਰਹਰਾ ਕਰਨਾ ਕਹਿੰਦੇ ਨੇ ਹਲਕੂੰਗ ਨੂੰ ਕੱਟਿਆ ਜਾਵੇ ਹਲਾਲ ਕਰਨਾ ਕਹਿੰਦੇ ਨੇ ਤੇ ਛਾਤੀ ਨੂੰ ਸਿੱਧਾ ਚੀਰਾ ਦਿੱਤਾ ਜਾਵੇ ਉਸ ਨੂੰ ਜ਼ਿਬਾ ਕਰਨਾ ਕਹਿੰਦੇ ਨੇ ਬੰਦਾ ਸਿੰਘ ਪਹਾਦਰ ਨੂੰ ਕਿਹਾ ਗਿਆ ਕਿ ਆਪਣੇ ਪੁੱਤਰ ਨੂੰ ਜ਼ਿਬਾ ਕਰ ਇਹਦੀ ਛਾਤੀ ਚੀਰ ਦੇ ਕੌਂਗ ਦੇ ਜ਼ਮੇਲ ਦਾ ਜਵਾਬ ਇਸਲਾਮੀ ਸਲਤਨਤ ਦੇ ਮਤਬਕ ਬੰਦਾ ਸਿੰਘ ਪਹਾਦਰ ਨੇ ਕਿਹਾ ਫਰਕ ਸੇ ਤੂੰ ਮੇਰਾ ਦਸ਼ਮਣ ਹੈ ਮੇਰੀ ਗੋਦੀ ਚ ਮੇਰਾ ਪੁੱਤ ਪਿਆ ਜਿਸ ਗੁਰੂ ਨੇ ਮੈਨੂੰ ਖੰਡੇ ਪਾਟੇ ਦੀ ਪਾਉ ਦਿੱਤੀ ਸੀ ਉਸਨੇ ਕਿਹਾ ਸੀ ਮਜਲੂਹ ਔਰ ਮਸਲੂਹ ਦੇ ਪਰਿਵਾਰ ਨਹੀਂ ਕਰਨਾ ਤੂੰ ਮੇਰਾ ਦੁਸ਼ਮਣ ਹੈ ਜੇ ਕਿਤੇ ਮੇਰੇ ਪੁੱਤ ਦੀ ਜਗ੍ਹਾ ਮੇਰੀ ਗੋਦੀ ਚ ਤੇਰਾ ਪੁੱਤ ਵੀ ਪਿਆ ਹੁੰਦਾ ਮੈਂ ਤਾਂ ਵੀ ਇੱਜ਼ਤ ਨਾ ਕਰਦਾ ਪਤਾ ਵੀ ਜ਼ਬਾਹਰ ਦਾ ਅਖੀਲ ਚ ਲਾਦਨੇ ਬੱਚੇ ਨੂੰ ਪੈਰਾ ਤੋਂ ਫੜ ਕੇ ਖਿੱਚਿਆ ਸਿਫ ਪਾਪ ਦੀ ਗੋਤ ਦੇ ਵਿੱਚ ਧੜ ਜ਼ਮੀਨ ਦੇ ਉੱਪਰ ਬੱਚੇ ਦੀ ਛਾਤੀ ਨੂੰ ਜ਼ਬਾਹ ਕੀਤਾ ਰਿਹਾ ਪੌਣੇ 4 ਸਾਲ ਦੇ ਬੱਚੇ ਦੀਆਂ ਚੀਕਾਂ ਦੇ ਨਾਲ ਅਸਮਾਨ ਗੂੰਜ ਉੱਠਿਆ ਖੂਨ ਦੇ ਫੁਹਾਰੇ ਬੱਚਾ ਤੜਫਿਆ ਉਹਦਾ ਖੂਨ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਚਿਹਰੇ ਦੇ ਉੱਪਰ ਮਲ ਦਿੱਤਾ ਉਹਦਾ ਦਿਲ ਕੱਢ ਕੇ ਪਾਪਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਧੱਕ ਦਿੱਤਾ ਗਿਆ ਇਹ ਬ੍ਰਤਨਾਮੇ ਦਾ ਲਖਾਰੀ ਲਿਖਦਾ ਹੈ ਕਿ ਉਹਦੇ ਜਿਸਮ ਦੇ ਛੋਟੇ-ਛੋਟੇ ਟੁਕੜੇ ਕਰਕੇ ਕਹਾਰ ਪਰੋ ਕੇ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਪਾ ਦਿੱਤਾ ਉਹਦਾ ਕੱਟਿਆ ਹੋਇਆ ਸਿਰ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਰੱਖ ਕੇ ਫਰਕਸ਼ਰ ਕਹਿੰਦਾ ਬੰਦਾ ਸਿੰਘ ਤੇਰੀ ਕੁੱਲ ਦਾ ਆਖਰੀ ਚਿਰਾਗ ਬੁੱਝ ਚੁੱਕਾ ਹੈ ਹੁਣ ਤੇ ਦੀਨ ਸਲਾਮ ਕਬੂਲ ਕਰਨਾ ਬੰਦਾ ਸਿੰਘ ਬਹਾਦਰ ਮੁਸਕਰਾ ਪਿਆ ਕਹਿੰਦਾ ਕੀ ਗੱਲ ਪਾਗਲ ਹੋ ਗਏ ਆ ਆਪਣੇ ਪੁੱਤ ਦੀ ਮੌਤ ਨਹੀਂ ਵੇਖੀ ਗਈ ਤੇਰੀ ਗੋਦ ਵਿੱਚ ਤੇਰੇ ਪੁੱਤਰ ਦਾ ਕੱਟਿਆ ਹੋਇਆ ਸਿਰ ਪਿਆ ਤੇ ਤੂੰ ਹੱਸ ਰਿਹਾ ਹੈ ਕਹਿੰਦਾ ਹਾਂ ਇਸ ਕਰਕੇ ਹੱਸ ਰਿਹਾ ਕਿ ਇੱਕ ਕਰਜ਼ਾ ਰਹਿੰਦਾ ਸੀ ਤੂੰ ਉਹ ਵੀ ਲਾ ਦਿੱਤਾ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕੀਤੀ ਸੀ ਉਸਨੇ ਮੇਰੀ ਝੋਲੀ 'ਚ ਆਪਣੇ ਚਾਰ ਪੁੱਤਰਾਂ ਦੇ ਸਿਰ ਪਾਏ ਸੀ ਅੱਜ ਮੈਂ ਸੁਖਰੂ ਹੋ ਗਿਆ ਕਿ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਗੁਰੂ ਦੀ ਗੋਦ 'ਚ ਜਾ ਰਿਹਾ ਅਖੀਰ ਕੌਮ ਦੇ ਇਸ ਜਨਰਲ ਨੂੰ ਇੱਕ ਸਵਾਲ ਇੱਤਾ ਗਿਆ ਅਕਸਰ ਤੁਸੀਂ ਜਦੋਂ ਸਿਕੰਦਰ ਔਰ ਪੋਰਸ ਦੀ ਜੰਗ ਦੇ ਬਾਰੇ ਉਹਨਾਂ ਦੇ ਵਾਰਤਾਲਾਪ ਦੇ ਬਾਰੇ ਜੋ ਕੁਝ ਸਨ ਸਕੂਲਾਂ ਚ ਪੜਾਇਆ ਜਾਂਦਾ ਤੁਸੀਂ ਪੜ੍ਹਿਆ ਹੋਵੇਗਾ ਕਿ ਪੰਧੀ ਪੜਾਉਣ ਤੋਂ ਬਾਅਦ ਸਿਕੰਦਰ ਨੇ ਪੋਰਸ ਨੂੰ ਇੱਕ ਸਵਾਲ ਕੀਤਾ ਸੀ ਤੇਰੇ ਨਾਲ ਕਿਵੇਂ ਦਾ ਵਰਤਾਕ ਕੀਤਾ ਜਾਵੇ ਤੇ ਪੋਰਸ ਦੇ ਜਵਾਬ ਨੂੰ ਬੜਾ ਸਖ਼ਤ ਚ ਪੜਾਇਆ ਜਾਂਦਾ ਸੀ ਨੇ ਕਿ ਆਸੀ ਜਿਵੇਂ ਦਾ ਇੱਕ ਰਾਜਾ ਦੂਜੇ ਰਾਜੇ ਦੇ ਨਾਲ ਕਰਦਾ ਤਵਾਰੀ ਗੁਰੂਖਾਲ ਸਾਹਿਬ ਦੇ ਚ ਗਿਆਨੀ ਗਿਆਨ ਸਿੰਘ ਨੂੰ ਪੜ੍ਹ ਕੇ ਵੇਖਿਓ ਫਰਖੀਰ ਬੰਦਾ ਸਿੰਘ ਭਾਦਰ ਨੂੰ ਕਹਿੰਦਾ ਕਿਹਦਾ ਤੈਨੂੰ ਮੌਤ ਕਿਵੇਂ ਦੀ ਦਿੱਤੀ ਜਾਵੇ ਤੈਨੂੰ ਮੌਤ ਕਿਵੇਂ ਦੀ ਦਿੱਤੀ ਜਾਵੇ ਕਿਵੇਂ ਦੀ ਮੌਤ ਤਜ਼ਵੀਜ਼ ਕਰਦਾ ਤੂੰ ਆਪਣੇ ਵਾਸਤੇ ਤੇ ਬੰਦਾ ਸਿੰਘ ਪਾਤਰ ਕਹਿੰਦਾ ਕਿੰਦਾ ਮੇਰੇ ਵਾਸਤੇ ਇੰਨੀ ਔਖੀ ਮੌਤ ਤਜ਼ਵੀਜ਼ ਕਰੀ ਕਿ ਮੈਨੂੰ ਪਤਾ ਲੱਗ ਸਕੇ ਮੈਂ ਗੁਰੂ ਦੇ ਹੁਕਮ ਚ ਰਹਿਂਦਾ ਤੇਰੇ ਕਿੰਨੇ ਜ਼ਬਰ ਨੂੰ ਬਰਦਾਸ਼ਤ ਕਰ ਸਕਦਾ ਮੈਂ ਕਿਰਪਾ ਤੋਂ ਕਿ ਸੌਖੀ ਮੌਤ ਦੀ ਮੰਗ ਦੀ ਕਰਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਖੱਬੀ ਅੱਖ ਕੱਢੀ ਗਈ ਜ਼ਬਾਨ ਕੱਟੀ ਗਈ ਸੱਜੀ ਅੱਖ ਪੈਰ ਵਟੇ ਗੇ ਜਿਸਨੂੰ ਲਹਤਾਂ ਦੇ ਨਾਲ ਮਾਸੋਂ ਚੱਲਿਆ ਉਹਦੇ ਸਿਰ ਦੇ ਵਿੱਚ ਹਥੌੜੇ ਮਾਰ-ਮਾਰ ਕੇ ਸਿਰ ਨੂੰ ਫਿਆਂ ਗਿਆ ਤੇ ਅਖੀਰ ਜੂਨ 1716 ਦੇ ਵਿੱਚ ਕੌਂਗ ਦਾ ਇਹ ਜਰਮ ਸ਼ਹਾਦਤ ਪ੍ਰਾਪਤ ਕਰ ਗਿਆ ਜਿਸਨੇ ਸਿੱਖ ਰਾਜ ਦਾ ਮੁੱਢ ਬੰਦਿਆ ਸੀ ਪਰ ਜਿਸ ਸਰਹੰਦ ਫਤਿਹ ਦੇ ਵਸੀਆਤ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ ਵਕਤ ਮੈਂ ਤੁਹਾਡਾ ਤਕਰੀਬਨ 30 35 ਮਿੰਟ ਜ਼ਿਆਦਾ ਲੱਗੇ ਕਿ ਮਤਾ ਚਾਚਕਾ ਇੰਨੀ ਇੱਕ ਬੇਨਤੀ ਆ ਪ੍ਰਵਾਹ ਫਤਿਹ ਦੀ ਸਾਂਝ ਕੱਟ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ